ਅਗਰ ਕਿਹਨੂੰ ਲੱਗਦਾ ਕਿ ਯਾਰ ਉਹ ਬੰਦਾ ਗਲਤ ਬੋਲਦਾ ਤੇ ਉਹਨੂੰ ਚੁੱਪ ਕਰਾਉਣ ਦੀ ਬਜਾਏ ਆਪਾਂ ਨੂੰ ਇੱਕ ਬੈਟਰ ਆਪਸ਼ਨ ਦੇਣੀ ਚਾਹੀਦੀ ਆ ਕਿ ਉਹ ਬੰਦੇ ਨੇ ਗਲਤ ਬੋਲਿਆ ਕਿ ਉਹਨਾਂ ਅਸੀਂ ਗਰੀ ਨਹੀਂ ਕਰਦੇ ਆ ਸਾਡੀ ਗੱਲ ਸੁਣੋ ਇਹ ਉਤੋਂ ਬੈਟਰ ਆ ਪੰਜਾਬ ਤੋਂ ਬਾਹਰ ਨਿਕਲ ਆਏ ਆਪਣੇ ਪੰਜਾਬ ਦੇ ਵਿੱਚ ਸਿਰਫ ਪੰਜਾਬੀ ਹੀ ਟੱਕਰਦੇ ਨੇ ਤੁਹਾਨੂੰ ਇੱਥੇ ਤੁਹਾਨੂੰ ਵੱਖਰੀਆਂ ਰੇਸਿਸ ਵੀ ਟੱਕਰਦੀਆਂ ਨੇ ਉੱਥੇ ਵੱਖਰੇ ਵੱਖਰੇ ਇੰਡੀਅਨਸ ਵੀ ਟੱਕਰਦੇ ਨੇ ਤੇ ਉਸ ਕਾਰਨ ਕਰਕੇ ਆਪਣਾ ਇੱਕ ਮਿਕਸ ਅਪ ਹੋ ਜਾਂਦਾ ਲੈਂਗੁਏਜ ਦੇ ਵਿੱਚ ਕਿ ਜਿਹੜਾ ਵੱਡਾ ਮੁੰਡਾ ਹੈ ਨਾ ਉਹ ਹੈ ਤੁਹਾਡਾ ਦਿਮਾਗ ਹੂੰ ਜਿਹੜਾ ਛੋਟਾ ਮੁੰਡਾ ਹੈ ਨਾ ਉਹ ਹੈ ਤੁਹਾਡਾ ਦਿਲ ਅੱਛਾ ਦਿਲ ਨੇ ਹਮੇਸ਼ਾ ਜਾਣਾ ਹੈ ਹੂੰ ਠੱਕੇ ਖਾ ਕੇ ਵਾਪਸ ਆਉਣਾ ਦਿਮਾਗ ਨੇ ਤੁਹਾਨੂੰ ਕਦੀ ਨਹੀਂ ਛੱਡਣਾ ਜਦੋਂ 1947 ਜਦੋਂ ਵੰਡ ਹੋਈ ਆ ਉਹ ਵੰਡ ਦੇ ਵਿੱਚ ਵੈਸਟਰਨ ਆਸਟ੍ਰੇਲੀਆ 'ਚ ਸਿਰਫ ਤਿੰਨ ਜਾਂ ਚਾਰ ਆਪਣੇ ਪੰਜਾਬੀ ਲੋਕ ਰਹਿ ਗਏ ਸੀ। ਸ਼ਰਮ ਦੇ ਉੱਤੇ ਕਮੈਂਟ ਭਾਵੇਂ ਕੋਈ ਸਹੀ ਵੀ ਕਰਨ ਦੀ ਕੋਸ਼ਿਸ਼ ਕਰਦਾ ਹਨਾ ਕੋਈ ਸਹੀ ਵੀ ਬੋਲਣ ਦੀ ਕੋਸ਼ਿਸ਼ ਕਰਦਾ ਤੇ ਉਹ ਕੌਂਟਰੋਵਰਸੀ ਜੁੜੀ ਜਾਂਦੀ ਭਾਵੇਂ ਸੱਜੇ ਪਾਸੇ ਹੋਵੇ ਭਾਵੇਂ ਖੱਬੇ ਪਾਸੇ ਹੋਵੇ ਜਿਹੜਾ ਪੰਜਾਬ ਦੇ ਵਿੱਚ ਜਿਹੜੇ கரੰਟ ਜਿੰਨੇ politix ਵਾਲੇ ਲੀਡਰ ਹੈਗੇ ਆ ਉਹਨਾਂ ਉਹਨਾਂ ਕੋਲ ਇੱਕ ਨਾ ਇੱਕ ਸਟਰੋਂਗ ਚੀਜ਼ ਹੈਗੀ ਆ ਜਾਂ ਤਾਂ ਉਹਨਾਂ ਕੋਲ ਪੈਸਾ ਹੈਗਾ ਤੇ ਜਾਂ ਉਹਨਾਂ ਕੋਲ ਸਕਿੱਲ ਹੈਗੀ ਆ ਤੇ ਨਿਊਜ਼ੀਲੈਂਡ ਦਾ ਮਾਹੌਲ ਇਸ ਟਾਈਮ ਐ ਕਹਿ ਦਵਾਂ ਬਹੁਤ ਵਧੀਆ ਹੈ ਲੇਬਰ ਦੀ ਸ਼ੋਰਟੇਜ ਆ ਬਹੁਤ ਜ਼ਿਆਦੀ ਤੇ ਲੇਬਰ ਨੂੰ ਤੇ ਪੈਂਦੇ ਆ ਭੱਜ ਕੇ ਹਾਂਜੀ ਸਸਿਕਲ ਜੀ ਕੀ ਹਾਲ ਚਾਲ ਨਵਾਂ ਇੱਕ ਹੋਰ ਐਪੀਸੋਡ ਇੰਟਰੋਡਕਸ਼ਨ ਮੈਂ ਕਿਹਾ ਹੀ ਮੈਂ ਨਹੀਂ ਦਊਂਗਾ ਪਰ ਹੁਣ ਹੱਥ ਪਈ ਹੋਈ ਆ ਵੀ ਚਲੋ ਇੱਕ ਹੋ ਹੋ ਜਾਂਦਾ ਤੇ ਇਹ ਸਪੈਸ਼ਲ ਇੱਕ ਹੋਰ ਕੀ ਕਹਿੰਦੇ ਹੁੰਦੇ ਆ ਅਨਦਰ ਕੰਟਰੋਵਰਸ਼ੀਅਲ ਪੋਡਕਾਸਟ ਅਸੀਂ ਅਸੀਂ ਲੈ ਕੇ ਆ ਗਏ ਦੁਬਾਰਾ ਹੁਣ ਪੂਰਾ ਕੀ ਕਹਿੰਦੇ ਹੁੰਦੇ ਆ ਰੌਲਾ ਪਾ ਦੇਣਾ ਸਾਰੇ ਪਾਸੇ ਤੇ ਬਾਈ ਕਾਕਾਬਲੀ ਸਾਡੇ ਨਾਲ ਨੇ ਤੇ ਬਹੁਤ ਸੁੜਜੇ ਹੋਏ ਗੀ ਕਹਿੰਦੇ ਹੁੰਦੇ ਆ ਸਾਫ਼ ਸਿੱਧੀ ਗੱਲ ਕਰਨ ਦੇ ਵਾਲਾ ਭਰਾ ਆ ਸਾਡਾ ਤੇ ਭਾਈ ਥੋੜਾ ਜਿਹਾ ਪਹਿਲਾਂ ਆਪਣੇ ਬਾਰੇ ਦੱਸ ਦਿਓ ਤੇ ਫਿਰ ਆਪਾਂ ਸ਼ੁਰੂ ਕਰਦੇ ਆਂ ਅ ਗਗਨਦੀਪ ਸਿੰਘ ਤੁਹਾਨੂੰ ਪਤਾ ਹੀ ਮੇਰਾ ਨਾਮ ਤੇ ਮੇਰਾ ਛੋਟਾ ਜਿਹਾ ਚੈਨਲ ਹੈ YouTube ਤੇ ਆ ਪੋਡਕਾਸਟ ਸੁਣਨਾ ਮੈਨੂੰ ਬੜਾ ਪਸੰਦ ਹੈ ਪੋਡਕਾਸਟ ਮੈਨੂੰ ਕਰਨਾ ਬੜਾ ਪਸੰਦ ਹੈ ਉਹ ਏਰੀਆ 'ਚ ਜਾਣਾ ਜਿੱਥੇ ਲੋਕਾਂ ਨੂੰ ਜਾਣਾ ਪਸੰਦ ਨਹੀਂ ਜਿਹਦੇ ਬਾਰੇ ਗੱਲ ਕਰਨਾ ਪਸੰਦ ਨਹੀਂ ਮੈਨੂੰ ਉਹ ਏਰੀਆਜ਼ ਐਕਸਪਲੋਰ ਕਰਨਾ ਬੜਾ ਪਸੰਦ ਹੈ ਤੇ ਅਗਰ ਤੁਸੀਂ ਪੋਡਕਾਸਟਿੰਗ ਦੇ ਫੈਨ ਹੋ ਤੇ ਤੁਸੀਂ ਮੈਨੂੰ ਲੱਭ ਸਕਦੇ ਹੋ Spotify ਤੇ Apple ਤੇ ਤੇ YouTube ਤੇ ਮੇਰਾ ਛੋਟਾ ਚੈਨਲ ਹੈ ਜੀ ਹਾਂਜੀ ਤੇ ਇਹੀ ਨਹੀਂ ਇਹੀ ਥੋੜੀ ਜਿਹੜੀ ਮੇਨ ਖਾਸੀਅਤ ਹੁੰਦੀ ਆ ਨਾ ਕਰਕੇ ਜਿਹੜੀ ਬਿਗੇਸਟ ਸਟਰੈਂਥ ਜਿਹੜੀ ਮੈਨੂੰ ਲੱਗਦੀ ਹੈ ਵੀ ਇੱਕ ਤਾਂ ਓਪਨਲੀ ਇਹਨਾਂ ਚੀਜ਼ਾਂ ਕਿਸੇ ਕਿਸੇ ਵੀ ਗੱਲ ਉੱਤੇ ਤੁਸੀਂ ਗੱਲ ਕਰਨੀ ਤੇ ਗੱਲ ਕਰਕੇ ਇੱਕ ਆਪਣਾ ਪੁਆਇੰਟ ਆਫ 视图 ਰੱਖਣਾ ਜਿਹੜਾ ਤੁਸੀਂ ਉਹ ਪੁਆਇੰਟ ਆਫ 视图 ਰੱਖਣਾ ਉਹ ਬੰਦੇ ਨੂੰ ਸੋਚਣ ਤੇ ਮਜਬੂਰ ਕਰਨਾ ਹਾਂ ਵੀ ਭਾਈ ਇਹ ਬੰਦੇ ਨੇ ਕੋਈ ਗੱਲ ਕਹੀ ਆ ਵੀ ਅਮ ਇਹ ਚਾਹੇ ਮੈਂ ਉਹਦੇ ਨਾਲ ਐਗਰੀ ਕਰਦਾ ਚਾਹੇ ਨਹੀਂ ਕਰਦਾ ਪਰ ਇਹ ਗੱਲ ਸੋਚਣ ਵਾਲੀ ਗੱਲ ਹੈਗੀ ਆ ਇਹ ਮਤਲਬ ਐਵੇਂ ਨਹੀਂ ਹੈਗਾ ਵੀ ਤੁਸੀਂ ਬਸ ਕੁਝ ਬੋਲਤਾ ਮਤਲਬ ਜੇ ਤੁਸੀਂ ਕੋਈ ਗੱਲ ਵੀ ਕਰ ਰਹੇ ਹੋ ਗੱਲ ਦੇ ਵਿੱਚ ਕੁਝ ਕੁਝ ਹੁੰਦਾ ਵਾ ਮੈਨੂੰ ਮਤਲਬ ਵਧੀਆ ਲੱਗਦਾ ਮੈਂ ਮੈਂ ਖੁਦ ਤੁਹਾਡੇ ਪੋਡਕਾਸਟ ਥੈਟ ਇਜ਼ ਦਾ ਹੋਲ ਪੁਆਇੰਟ ਆਫ ਗੱਲ ਕਰਨ ਦਾ ਨਾ that is the whole point ਕਿ ਅਗਰ ਕਿਸੇ ਕੋ ਬੈਡ ਆਈਡੀਆ ਹੈ ਫੋਰ ਇਗਜ਼ਾਮਪਲ ਆਈਡੀਆ ਇਜ਼ ਜਸਟ ਐਨ ਆਈਡੀਆ ਠੀਕ ਹੈ ਭਾਵੇਂ ਬੈਡ ਹੈ ਭਾਵੇਂ ਚੰਗਾ ਹੈ ਅਗਰ ਕਿਹਨੂੰ ਲੱਗਦਾ ਕਿ ਯਾਰ ਉਹ ਬੰਦਾ ਗਲਤ ਬੋਲਦਾ ਤੇ ਉਹਨੂੰ ਚੁੱਪ ਕਰਾਉਣ ਦੀ ਬਜਾਏ ਆਪਾਂ ਨੂੰ ਇੱਕ ਬੈਟਰ ਆਪਸ਼ਨ ਦੇਣੀ ਚਾਹੀਦੀ ਹੈ ਕਿ ਉਹ ਬੰਦੇ ਨੇ ਗਲਤ ਬੋਲਿਆ ਕਿ ਉਹਨਾਂ ਅਸੀਂ ਗਰੀ ਨਹੀਂ ਕਰਦੇ ਆ ਸਾਡੀ ਗੱਲ ਸੁਣੋ ਇਹ ਉਸ ਤੋਂ ਬੈਟਰ ਆ ਨਾ ਕਿ ਉਹਨੂੰ ਕਹਿਣਾ ਵੀ ਚਲ ਵੀ ਤੂੰ ਚੁੱਪ ਕਰ ਜਾ ਤੈਨੂੰ ਨਹੀਂ ਬੋਲਣਾ ਕਿ ਜਦੋਂ ਆਪਾਂ ਬੈਡ ਸਾਈਡ ਲਾਈਨ ਕਰਨਾ ਜਦੋਂ ਆਪਾਂ ਬੈਡ ਆਈਡੀਆਜ਼ ਨੂੰ ਵੀ ਰੋਕਦੇ ਆ ਨਾ ਉਹ ਵੀ ਇੱਕ ਪ੍ਰੋਬਲਮ ਹੈ ਕਿਉਂਕਿ ਆਈਡੀਆ ਤੇ ਕੋਈ ਕੋਈ ਅਗਰ ਬੰਦਾ ਕਰਨ ਦੀ ਕੋਈ ਕੋਸ਼ਿਸ਼ ਕਰ ਰਿਹਾ ਹਮਮਟ ਮੀਨਸ ਉਹ ਥੋੜੀ ਇੰਪਰੂਵਮੈਂਟ ਲਿਆਂ ਦੀ ਕੋਸ਼ਿਸ਼ ਕਰ ਰਿਹਾ ਭਾਵੇਂ ਉਹ ਮੀਡੀਆ ਦੇ ਫੀਲਡ ਚ ਵੀ ਹੋਵੇ ਓਹ ਹੋ ਹੁਣ ਮੈਨੂੰ ਲੱਗਦਾ ਕਿ ਆਪਣੇ ਮੀਡੀਆ ਦੇ ਫੀਲਡ ਚ ਐਦਾ ਕਿ ਬੜੇ ਰੋਬੋਟਿਕ ਜਿਹਾ ਕੰਮ ਹੈ ਜੇ ਤੁਸੀਂ ਪੰਜਾਬੀ ਚੈਨਲ ਸੁਣਦੇ ਹੋ ਜਾਂ ਖਬਰਾਂ ਸੁਣਦੇ ਹੋ ਨਾ ਪਹਿਲਾਂ 7 ਵਜੇ ਵਾਲੀਆਂ ਖਬਰਾਂ ਸੁਣਦੇ ਹੁੰਦੇ ਸੀ ਆਪਾਂ ਕਿ 15 ਮਿੰਟ 7 ਵਜੇ ਖਬਰਾਂ ਆਉਣੀ ਹੈ ਤੇ ਉਹ ਬਿਲਕੁਲ ਕੋਈ ਐਕਸਪ੍ਰੈਸ਼ਨ ਨਹੀਂ ਉਹਨਾਂ ਦੇ ਫੇਸ ਤੇ ਕੋਈ ਹਾਸਾ ਨਹੀਂ ਉਹ ਮੈਨੂੰ ਬੜੀ ਚੁੱਭਦੀ ਹੁੰਦੀ ਸੀ ਗੱਲ ਠੀਕ ਹੈ ਹੁਣ ਵੀ ਅਗਰ ਜਿਹੜੇ ਬੜੇ ਆਫੀਸ਼ੀਅਲ ਚੈਨਲ ਆਪਾਂ ਖੈਰੀ ਨਾ ਬੜੇ ਰੋਬੋਟਿਕ ਜੀ ਆ ਮੈਂ ਸਮਝਦਾ ਵਾਂ ਕਿ ਉਹ ਪੂਰੇ ਬੌਸ ਹੁੰਦੇ ਜੇ ਉਹਨਾਂ ਨੂੰ ਲੀਡ ਕਰਦੇ ਉਹ ਕੁਝ ਨਹੀਂ ਬੋਲ ਸਕਦੇ ਇਦਾਂ ਦਾ ਸ਼ਬਦ ਵੀ ਤੇ ਜਦੋਂ ਮੈਂ ਕੋਈ ਇੱਧਰ ਉੱਧਰ ਦਾ ਸ਼ਬਦ ਵਰਤਦਾ ਨਾ ਹੂੰ ਥੱਲੇ ਕਮੈਂਟ ਭਾਜੀ ਤੁਹਾਡੇ ਤੋਂ ਐਕਸਪੈਕਟਡ ਨਹੀਂ ਇਦਾਂ ਦੇ ਸ਼ਬਦ ਨਾ ਵਰਤਿਆ ਕਰੋ ਬਟ ਮੈਂ ਕਹਿੰਦਾ ਕਿ ਆਈ ਏਮ ਜਸਟ ਬੀਨ ਮੀ ਠੀਕ ਹੈ ਜੋ ਮੈਂ ਹੈਗਾ ਵਾਂ ਜਿੱਦਾਂ ਮੈਂ ਐਕਸਪ੍ਰੈਸ ਕਰਨਾ ਚਾਹੁੰ ਕਿ ਮੈਂ ਇਹੀ ਸੋਚਦਾ ਰਹਾ ਕਿ ਯਾਰ ਆ ਮੈਨੂੰ ਸ਼ਬਦ ਟੱਟੀ ਨਹੀਂ ਕਹਿਣਾ ਚਾਹੀਦਾ ਬੋਲਣਾ ਚਾਹੀਦਾ ਫਿਰ ਮੇਰਾ ਦਿਮਾਗ ਨਹੀਂ ਚਾਹੀਦਾ ਉਹ ਫਿਰ ਮੇਰਾ ਦਿਮਾਗ ਉਦਾਂ ਹੀ ਕਿ ਇਤੋਂ ਬੈਟਰ ਵਰਡ ਕਿਹੜਾ ਹੋ ਸਕਦਾ ਬਟ ਜਦੋਂ ਮੈਂ ਕੋਈ ਚੀਜ਼ ਐਕਸਪਲੇਨ ਕਰਦਾ ਅਗਰ ਮੈਂ ਉਹ ਬੋਲਣਾ ਹੈ ਤਾਂ ਮੈਂ ਉਹ ਬੋਲਣਾ ਹੀ ਹੈ ਐਸ ਲੌਂਗ ਐਸ ਮੈਂ ਐਕਸਪਲੇਨ ਆਪਣਾ ਪੁਆਇੰਟ ਦੇ ਰਿਹਾ ਹਾਂ ਬਟ ਲੋਕਾਂ ਦਾ ਧਿਆਨ ਉਹ ਪੁਆਇੰਟ ਤੇ ਨਹੀਂ ਰਹਿੰਦਾ ਉਹਨਾਂ ਦਾ ਹੋ ਜਾਂਦਾ ਸ਼ਬਦਾਵਲੀ ਦੇ ਉੱਤੇ ਹੂੰ ਕਿ ਯਾਰ ਸ਼ਬਦਾਵਲੀ ਕਿੱਦਾਂ ਵਰਤਦਾ ਪਿਆ ਇੱਕ ਇਹਦੇ ਵਿੱਚ ਨਾ ਇੱਕ ਤਾਂ ਸ਼ਬਦਾਵਲੀ ਹੋ ਗਈ ਦੇ ਦੂਜਾ ਨਾ ਲੋਕਾਂ ਨੂੰ ਇੱਕ ਸੇਮ ਵਰਡ ਠੀਕ ਆ ਤੇ ਹੁਣ ਟੱਟੀ ਨੂੰ ਪੰਜਾਬ ਅੰਗਰੇਜ਼ੀ ਚ ਸ਼ਿਟ ਕਹਿੰਦੇ ਆ ਠੀਕ ਆ ਜੇ ਤੁਸੀਂ ਸ਼ਿਟ ਕਹਿੰਦੇ ਹੋ ਤਾਂ ਤੁਸੀਂ ਸੋਫਿਸਟੀਕੇਟਿਡ ਲੱਗਦੇ ਹੋ ਠੀਕ ਆ ਲੋਕਾਂ ਨੂੰ ਖਣਾ ਯਾਰ ਜੋ ਇਹ ਕੀ ਆ ਇਹ ਕੀ ਸ਼ਿਟ ਆ ਕਰਕੇ ਜੇ ਤੁਸੀਂ ਉਹ ਸ਼ਬਦ ਪੰਜਾਬੀ ਚ ਬੋਲਦੇ ਕਰਕੇ ਲੋਕਾਂ ਨੇ ਯਾਰ ਕੀ ਅਨਪੜਿਆ ਇਹ ਮੈਨੂੰ ਲੱਗਦਾ ਹੈ ਮੈਂ ਕਦੀ ਕਦੀ ਸੋਚਦਾ ਮੈਂ ਕੀ ਵਾਟ ਇਜ਼ ਦਾ ਪੁਆਇੰਟ ਹੁਣ ਮੈਂ ਇੰਨਾ ਜਦੋਂ ਵੀ ਕੋਈ ਕਲਚਰ ਦੀ ਗੱਲ ਕਰਦਾ ਜਾਂ ਆਪਣੇ ਹਿਸਟਰੀ ਦੀ ਗੱਲ ਕਰਦਾ ਹਾਂ ਠੀਕ ਹੈ ਆਪਾਂ ਨੂੰ ਯਾਦ ਰੱਖਣਾ ਚਾਹੀਦਾ ਬਟ ਵਾਟ ਇਜ਼ ਦਾ ਲੌਂਗ ਟਰਮ ਗੋਲ ਆਪਾਂ ਕੀ ਅਚੀਵ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਕੀ ਸਿਰਫ ਹਿਸਟਰੀ ਨੂੰ ਵਾਰ-ਵਾਰ ਰਿਪੀਟ ਕਰਨਾ ਜਾਂ ਉਹਨਾਂ ਦੇ ਕੋਈ ਪ੍ਰਿੰਸੀਪਲਸ ਵੀ ਆਪਾਂ ਗੇਨ ਕਰਦੇ ਪਏ ਆ ਜਿੰਨੀਆਂ ਵੀ ਸਾਖੀਆਂ ਹੁੰਦੀਆਂ ਨੇ ਠੀਕ ਹੈ ਯਾਦ ਹੋਣੀਆਂ ਚਾਹੀਦੀਆਂ ਨੇ ਬਟ ਉਹਦਾ ਆਈ ਥਿੰਕ ਲਿਟਰਲ ਜੋ ਲਿਟਰਲੀ ਕਦੀ ਕਦੀ ਸਾਖੀ ਓਵਰ ਰੇਟਡ ਜੀ ਹੁੰਦੀ ਹੈ ਇਨ ਦਾ ਸੈਂਸ ਕਿ ਸਟੋਰੀ ਇਦਾਂ ਹੀ ਦੱਸਤੀ ਜਾਂਦੀ ਹੈ ਕਿ ਉਹ ਚ ਚਮਤਕਾਰ ਆ ਤੇ ਦਾ ਫੋਰ ਐਗਜ਼ਾਮਪਲ ਤੇ ਆਪਣੇ ਚਮਤਕਾਰ ਨੂੰ ਨਹੀਂ ਮੰਨਿਆ ਜਾਂਦਾ ਕਿ ਆਪਾਂ ਚਮਤਕਾਰ ਦੇ ਵਿੱਚ ਨਹੀਂ ਬਲੀਵ ਕਰਦੇ ਕਿ ਸਿੱਖਾਂ ਨੇ ਕੋਈ ਚਮਤਕਾਰ ਕੀਤਾ ਨਾ ਆਪਣੀ ਸਿੱਧੀ ਸਾਦੀ ਜੀ ਸਟੋਰੀ ਹੈ ਪਰ ਜਦੋਂ ਕਦੀ ਕਦੀ ਉਹ ਸਾਖੀ ਨੂੰ ਜਾਂ ਸਟੋਰੀ ਨੂੰ ਇਦਾਂ ਦੱਸਿਆ ਜਾਂਦਾ ਨਾ ਮੈਂ ਸੋਚਦਾ ਹੁੰਦਾ ਕਿ ਇਹਦਾ ਡੀਪ ਮੀਨਿੰਗ ਕੀ ਹੋ ਸਕਦਾ ਤੇ ਆਈ ਫੀਲ ਲਾਈਕ ਕਿ ਹਾਂ ਠੀਕ ਹੈ ਤੁਸੀਂ ਕਨੈਕਟਡ ਹੋ ਜਾਂ ਰੂਟਸ ਨਾਲ ਨਹੀਂ ਕਨੈਕਟਡ ਹੋ ਕਿ ਕੀ ਸਟੋਰੀ ਦੇ ਵਿੱਚੋਂ ਉਹਦੀ ਵੈਲਿਊਜ਼ ਤੁਸੀਂ ਜਾਂ ਪ੍ਰਿੰਸੀਪਲ ਲਿਆ ਜਿੱਦਾਂ ਮੈਂ ਬਾਬੇ ਦੀਪ ਸਿੰਘ ਦੀ ਮੈਂ ਗੱਲ ਕਰਦਾ ਹੁੰਦਾ ਨਾ ਕਿ ਉਹਨਾਂ ਨੇ ਸਿਰ ਤੇ ਰੱਖੇ ਸਿਰਕਿਆ ਆਪਣਾ ਤਲੀ ਦੇ ੱਟ ਲੜੇ ਹੁਣ ਸਾਇੰਸ ਕੋਲੋਂ ਦੇਖੀਏ ਕਿ ਹਾਊ ਇਜ਼ ਦੈਟ ਪੋਸੀਬਲ ਬਟ ਉਹਦੇ ਚ ਸਟੋਰੀ ਦੇ ਵਿੱਚੋਂ ਆਪਾਂ ਕੀ ਲੈਣੇ ਪਏ ਕਿ ਕਿ ਤੁਸੀਂ ਰੁਕਣਾ ਨਹੀਂ ਜਿੰਨਾ ਚਿਰ ਵੀ ਤੁਸੀਂ ਆਪਣਾ ਟੀਚਾ ਅਚੀਵ ਨਹੀਂ ਕਰਦੇ ਠੀਕ ਹੈ ਇਹ ਬੇਸਿਕ ਜੀ ਸਟੋਰੀ ਹੈ ਹੁਣ ਕਿ ਬਾਈਬਲ ਦੀ ਬੜੀ ਵਧੀਆ ਸਟੋਰੀ ਸੀ ਜਿੱਦਾਂ ਪ੍ਰੋਡਿਗਲ ਸਨ ਦੀ ਮੈਂ ਗੱਲ ਕੀਤੀ ਬੜੇ ਪੋਡਕਾਸਟਾਂ ਦੇ ਵਿੱਚ ਕਿ ਦੋ ਸਨ ਹੁੰਦੇ ਨੇ ਤੇ ਇੱਕ ਪਿਤਾ ਦੇ ਦੋ ਸਨ ਹੁੰਦੇ ਨੇ ਤੇ ਪਿਤਾ ਬੜਾ ਅਮੀਰ ਹੁੰਦਾ ਨਾ ਹੁਣ ਬਾਈਬਲ ਦੇ ਵਿੱਚ ਇੱਕ ਲਿਟਰਲ ਸਟੋਰੀ ਹੈ ਇੱਥੇ ਸਿੱਖਾਨੂੰ ਤੁਹੀ ਇੱਕ ਅਲੱਗ ਮੀਨਿ ਵੀ ਕਰ ਸਕਦੇ ਬੜੇ ਇੱਕ ਬੰਦੇ ਨੇ ਬੜੀ ਸੋਹਣੀ ਇਹਨੂੰ ਐਕਸਪਲੇਨ ਕੀਤਾ ਤੇ ਮੈਂ ਹਰੇਕ ਬੰਦੇ ਨੂੰ ਸਟੋਰੀ ਸੁਣਾਉਂਦਾ ਹਾਂ ਕਿ ਉਹਦੇ ਦੋ ਮੁੰਡੇ ਸੀਗੇ ਇੱਕ ਬਾਪ ਦੇ ਹੂੰ ਤੇ ਜਿਹੜਾ ਵੱਡਾ ਮੁੰਡਾ ਸੀ ਉਹ ਬੜਾ ਜ਼ਿਆਦਾ ਆਗਿਆਕਾਰੀ ਸੀ ਹੂੰ ਉਹਨੇ ਹਰੇਕ ਗੱਲ ਪਿਓ ਦੀ ਮੰਨਣੀ ਠੀਕ ਹੈ ਜਿੱਦਾਂ ਪਿਓ ਨੇ ਕਹਿਣਾ ਹੁੰਦਾ ਉਦਾਂ ਹੀ ਕਰਨਾ ਤੇ ਜਿਹੜਾ ਯੰਗ ਸੀ ਨਾ ਉਹ ਇੰਨਾ ਜ਼ਿਆਦਾ ਆਗਿਆਕਾਰੀ ਨਹੀਂ ਸੀਗਾ ਹੂੰ ਤੇ ਯੰਗ ਨੇ ਇੱਕ ਦਿਨ ਕਿਹਾ ਕਿ ਯਾਰ ਮੇਰਾ ਬਿਟਵਾਰਾ ਕਰ ਦੇ ਤੇ ਮੈਂ ਤੇਰੇ ਨਾਲ ਨਹੀਂ ਰਹਿਣਾ ਮੈਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦਾ ਹਾਂ ਜੀ ਠੀਕ ਹੈ ਉਹਦੇ ਪਿਓ ਨੇ ਕਿਹਾ ਹਾਂ ਠੀਕ ਹੈ ਚਲ ਠੀਕ ਹੈ ਆਪਾਂ ਤੇਰਾ ਕਰਦੇ ਨੇ ਬਟਵਾਰੇ ਚ ਉਹਨੂੰ ਨਹੀਂ ਪਸੰਦ ਇੱਥੇ ਤੇ ਆਹ ਦੇ ਰਿੱਧੀ ਦੌਲਤ ਆ ਹੂੰ ਤੇ ਤੂੰ ਚਲ ਜਾ ਠੀਕ ਹੈ ਉਹ ਦੂਜੇ ਸ਼ਹਿਰ ਚ ਗਿਆ ਉਹਨੇ ਪਾਰਟੀ ਕਰਨੀ ਸ਼ੁਰੂ ਕਰ ਦਿੱਤੀ ਹੂੰ ਠੀਕ ਹੈ ਜੋ ਵੀ ਉਹਨੇ ਚੀਜ਼ਾਂ ਬਾਏ ਕਰਨੀਆਂ ਸੀ ਮਤਲਬ ਬਹੁਤ ਐਸ਼ੋ ਆਰਾਮ ਨੇ ਕੀਤਾ ਹੂੰ ਤੇ ਇੱਕ ਦਿਨ ਉਹਦੇ ਪੈਸੇ ਖਤਮ ਹੋ ਗਏ ਜਿੰਨੀ ਵੀ ਉਹਦੀ ਅੱਧੀ ਦੌਲਤ ਸੀ ਨਾ ਬਾਪ ਨੇ ਵੰਡੀ ਉਹ ਸਾਰੀ ਉਹਨੇ ਖਤਮ ਕਰ ਦਿੱਤੀ ਤੇ ਉਹ ਕਹਿੰਦਾ ਹਣ ਬਾਪ ਕੋ ਤੇ ਮੈਂ ਵਾਪਸ ਨਹੀਂ ਜਾ ਸਕਦਾ ਹੂੰ ਤੇ ਹੁਣ ਕੀ ਕੀਤਾ ਜਾ ਕਹਿੰਦਾ ਚ ਮੈਂ ਜੌਬ ਲੱਭਦਾ ਵਾਂ ਅੱਛਾ ਠੀਕ ਹੈ ਤੇ ਨੂੰ ਜੌਬ ਲੱਭੀ ਤੇ ਜੌਬ ਉਹਨੂੰ ਮਿਲੀ ਕਿਸੇ ਕਿਸਾਨ ਦੇ ਘਰ ਤੇ ਉਹਦਾ ਕੰਮ ਸੀ ਸੂਰਾ ਨੂੰ ਪੱਠੇ ਪਾਉਣੇ ਹੂੰ ਤੇ ਉਸ ਟਾਈਮ ਉਹ ਜੌਬ ਸਭ ਤੋਂ ਮਾੜੀ ਮੰਨੀ ਜਾਂਦੀ ਸੀ ਸੂਰਾ ਨੂੰ ਖਾਣਾ ਖੁਣਾ ਪਾਉਣਾ ਤੇ ਉਹ ਕਹਿੰਦਾ ਚੱਲ ਹੁਣ ਮੈਨੂੰ ਕਰਨਾ ਤੇ ਪਹਿਣਾ ਹੀ ਆ ਹੂੰ ਹੂੰ ਤੇ ਉਹਨੇ ਕਰਨਾ ਸ਼ੁਰੂ ਕੀਤਾ ਤੇ ਇੱਕ ਦਿਨ ਨੂੰ ਇੰਨੀ ਭੁੱਖ ਜ਼ਿਆਦਾ ਲੱਗੀ ਕਿ ਉਹ ਕੋ ਖਾਣ ਦੇ ਪੈਸੇ ਨਹੀਂ ਸੀ ਤੇ ਉਹਨੇ ਜਿਹੜਾ ਸੂਰਾਂ ਦਾ ਖਾਣਾ ਸੀ ਨਾ ਉਹ ਖਾਣਾ ਚਾਹਿਆ। ਹੂੰ। ਅੱਛਾ। ਉਹ ਮੂਮੈਂਟ ਤੇ ਉਹ ਟੁੱਟ ਗਿਆ। ਕਿੰਦਾ ਮੈਂ ਕਿੱਥੋਂ ਆਇਆ ਵਾਂ ਤੇ ਮੈਂ ਕਿੱਥੇ ਬੈਠਾ ਵਾਂ। ਹੂੰ। ਕਿੰਦਾ ਕਿ ਮੈਂ ਵਾਪਸ ਹੋਣਾ ਆਪਣੇ ਘਰ ਜਾਵਾਂਗਾ। ਹੁਣ ਮੈਨੂੰ ਆਪਣੇ ਮਤਲਬ ਸਿੱਖ ਮਿਲ ਗਈ ਬੇਸਿਕਲੀ। ਹੂੰ। ਠੀਕ ਹੈ। ਉਹ ਕਹਿੰਦਾ ਮੈਂ ਆਪਣੇ ਸ਼ਹਿਰ ਜਾਂਦਾ ਵਾਂ ਤੇ ਉਹ ਸ਼ਹਿਰ ਨੂੰ ਗਿਆ ਤੇ ਘਰ ਦੇ ਬਾਪਾ ਦੂਰੋਂ ਦੇ ਪਿਓ ਨੂੰ ਦੇਖ ਲਿਆ। ਹੂੰ। ਕਿ ਮੇਰਾ ਮੁੰਡਾ ਵਾਪਸ ਆਉਂਦਿਆ। ਹੂੰ। ਤੇ ਉਹਨੇ ਸਾਰੇ ਨੌਕਰਾਂ ਨੂੰ ਕਿਹਾ ਕਿ ਦੇਖੋ ਮੇਰਾ ਮੁੰਡਾ ਵਾਪਸ ਆ ਰਿਹਾ ਤੇ ਪਾਰਟੀ ਆਪਾਂ ਕਰਾਂਗੇ ਰਾਤ ਨੂੰ ਤੇ ਉਹਨੂੰ ਲਿਆਉਣ ਲਈ ਵਧੀਆ ਕੱਪੜੇ ਲਿਆਓ ਹਰ ਇੱਕ ਚੀਜ਼ ਲਈ ਵਧੀਆ ਕਰੋ ਆਪਾਂ ਰਾਤ ਨੂੰ ਪਾਰਟੀ ਕਰਦੇ ਆ ਤੇ ਜਿਹੜਾ ਸਭ ਤੋਂ ਤਗੜੀ ਗਾਈ ਹੈ ਨਾ ਅੱਜ ਆਪਾਂ ਮਾਰਨੀ ਉਹਦਾ ਮੀਟ ਬਣਾਉਣਾ ਉਹ ਜਿਹੜੀ ਗਾਈ ਆਪਾਂ ਸਭ ਤੋਂ ਜਿਹਨੂੰ ਆਪਾਂ ਫੀਡ ਕਰਦੇ ਪਏ ਸੀ ਜਾਂ ਬੀਫ ਕਹਿ ਲਓ ਜਿਹਦਾ ਜੋ ਵੀ ਆਪਾਂ ਤਗੜਾ ਜਿਹੜਾ ਬੋਲਿਆ ਉਹ ਵੱਡਣਾ ਆਪਾਂ ਚ ਤੇ ਹੁਣ ਜਿਹੜਾ ਵੱਡਾ ਮੁੰਡਾ ਸੀ ਉਹਨੂੰ ਸੀਗਾ ਯਾਰ ਉੱਦੀ ਪ੍ਰਾਪਰਟੀ ਵੀ ਲੈ ਗਿਆ ਹੂੰ ਠੀਕ ਹੈ ਹੁਣ ਫੇਰ ਵਾਪਸ ਆਉਂਦਿਆ ਤੇ ਉਹ ਗਾਂ ਜਿਹਦੀ ਅਸੀਂ ਵਾਵਾ ਚ ਤੋ ਖਵਾਉਂਦੇ ਆ ਹੂੰ ਸੇਵਾ ਕਰਦੇ ਉਹਨੂੰ ਉਹਦੀ ਸੇਵਾ ਕਰਦੇ ਉਹਨੂੰ ਵੱਡ ਵੀ ਲੱਗੇ ਆ ਕਿ ਫੇਰ ਨਹੀਂ ਹੈਗਾ ਹੂੰ ਤੇ ਪਿਓ ਨੇ ਕਿਹਾ ਕਿ ਤੇਰਾ ਜਿਹੜਾ ਨਿੱਕਾ ਮੁੰਡਾ ਸੀ ਹੂੰ ਉਹ ਗਵਾਚ ਗਿਆ ਸੀ ਹੂੰ ਸੋਰੀ ਜਿਹੜਾ ਨਿੱਕਾ ਭਰਾ ਸੀ ਤੇਰਾ ਉਹ ਗਵਾਚ ਗਿਆ ਸੀ ਹੁਣ ਉਹ ਲੱਭ ਗਿਆ ਹੂੰ ਤੇ ਹੁਣ ਵਾਪਸ ਆ ਰਿਹਾ ਬਾਈਬਲ ਚ ਇਹ ਸਟੋਰੀ ਆ ਦੀ ਐਂਡ ਹੁਣ ਅਗਰ ਤੁਸੀਂ ਆਪਾਂ ਦੇਖੀਏ ਨਾ ਆਪਾਂ ਪੜ੍ਹੀਏ ਸਟੋਰੀ ਨੂੰ ਆਪਾਂ ਉਹਦੀ ਉਹ ਇੱਕ ਸੈਂਸ ਨਹੀਂ ਬਣਦੀ ਬਈ ਕਿ ਵਾਟ ਇਜ਼ ਦਾ ਪੁਆਇੰਟ ਕਿ ਵੱਡੇ ਮੁੰਡੇ ਨਾਲ ਤੇ ਜਸਟਿਸ ਨਹੀਂ ਹੋਈ ਹੂੰ ਠੀਕ ਹੈ ਇਹ ਸੀ ਲਿਟਰਲ ਸਟੋਰੀ ਹੂੰ ਹੁਣ ਇਹਦਾ ਮੀਨਿੰਗ ਕੀ ਨਿਗਲਦਾ ਬੰਦੇ ਨੇ ਸੁਣਿਆ ਕਹਿੰਦਾ ਇਹਦਾ ਡਬਲ ਮੀਨਿੰਗ ਆ ਕਿ ਜਿਹੜਾ ਵੱਡਾ ਮੁੰਡਾ ਹੈ ਨਾ ਉਹ ਹੈ ਤੁਹਾਡਾ ਦਿਮਾਗ ਹੂੰ ਜਿਹੜਾ ਛੋਟਾ ਮੁੰਡਾ ਹੈ ਨਾ ਹੂੰ ਉਹ ਹੈ ਤੁਹਾਡਾ ਦਿਲ ਅੱਛਾ ਦਿਲ ਨੇ ਹਮੇਸ਼ਾ ਜਾਣਾ ਹੈ ਹੂੰ ਟੱਕੇ ਖਾ ਕੇ ਵਾਪਸ ਆਉਣਾ ਦਿਮਾਗ ਨੇ ਤੁਹਾਨੂੰ ਕਦੀ ਨਹੀਂ ਛੱਡਣਾ ਹੂੰ ਤੁਸੀਂ ਜਾਣਾ ਹਮੇਸ਼ਾ ਤੁਸੀਂ ਦਿਲ ਦੀ ਸੁਣਨੀ ਹੈ ਤੇ ਤੁਸੀਂ ਸੁਣਦੇ ਵੀ ਆ ਬਹੁਤ ਹਰਕਤਾਂ ਬਹੁਤ ਚੀਜ਼ਾਂ ਤੁਸੀਂ ਇਦਾਂ ਦੀਆਂ ਕਰਦੇ ਹੋਗੇ ਜਿਹਦਾ ਤੁਹਾਡੇ ਦਿਲ ਚ ਆਇਆ ਹੂੰ ਦਿਮਾਗ ਨੇ ਰੋਕਿਆ ਜਰੂਰ ਕਿ ਥਿਸ ਇਜ਼ ਨਾਟ ਗੁੱਡ ਮੈਨ ਠੀਕ ਹੈ ਪਰ ਦਿਲ ਨੇ ਕਿਹਾ ਕਿ ਜਾ ਬਟ ਉਹ ਦਿਲ ਹਮੇਸ਼ਾ ਠੋਖਾ ਖਾਣਾ ਤੇ ਫਿਰ ਵਾਪਸ ਆਉਂਦਾ ਏ ਸਟੋਰੀ ਆ ਪ੍ਰੋਡੀਗਲ ਸਨ ਪ੍ਰੋਡੀਗਲ ਸਨ ਰਿਟਰਨਸ ਇਹ ਹਾਣ ਤੁਸੀਂ ਇਹ ਸਟੋਰੀ ਨੂੰ ਇਦਾਂ ਦੇਖੋ ਜਿਹਦਾ ਕੀ ਮਤਲਬ ਸੀ ਥੱਲੇ ਤੇ ਫੇਰ ਤੁਸੀਂ ਸਮਝ ਦੇਗਾ ਹਾਂ ਠੀਕ ਹੈ ਉਹ ਛੋਟਾ ਮੁੰਡਾ ਹਮੇਸ਼ਾ ੱੱੱਕੇ ਖਾ ਕੇ ਵਾਪਸ ਘਰ ਹੀ ਆਊਗਾ ਤੇ ਜਿਹੜਾ ਪਿਓ ਆ ਉਹ ਆ ਆਪਾਂ ਹੂੰ ਕਿ ਦਿਲ ਨੂੰ ਹਮੇਸ਼ਾ ਮੇਕ ਸ਼ੋਰ ਕਿ ਤੁਸੀਂ ਵੱਡੇ ਮੁੰਡੇ ਦੀ ਜਿਆਦਾ ਸੁਣੋ ਨਾ ਕਿ ਨਿੱਕੇ ਮੁੰਡੇ ਦੀ ਤੇ ਇਦਾਂ ਜਿੰਨੀਆਂ ਵੀ ਸਾਖੀਆਂ ਹੋਈਆਂ ਨੇ ਹੂੰ ਮੈਂ ਉਹਨਾਂ ਨੂੰ ਲਿਟਰਲੀ ਨਹੀਂ ਲੈਂਦਾ ਹੁੰਦਾ ਹੂੰ ਹੂੰ ਮੈਂ ਕਹਿੰਦਾ ਦੇ ਹੈਵ ਟੂ ਹੈਵ ਅ ਡੀਪ ਮੀਨਿੰਗ ਹੂੰ ਠੀਕ ਆਪਾਂ ਨੂੰ ਤਲਵਾਰ ਮਿਲੀ ਸੀ ਨਾ ਹੂੰ ਹੂੰ ਸਿੱਖਾਂ ਨੂੰ ਉਹ ਤਲਵਾਰ ਦੇ ਮਾਇਨੇ ਬਦਲੇ ਨੇ ਟਾਈਮ ਦੇ ਨਾਲ ਕਿਰਪਾਨ ਕਿਰਪਾਨ ਸੀ ਤਲਵਾਰ ਸੀ ਸੋੜ ਸੀ ਹੂੰ ਉਦੋਂ ਆਪਾਂ ਨੂੰ ਲੜਨ ਦੀ ਲੋੜ ਸੀ ਉਦੋਂ ਸੀਗੇ ਯੁੱਧ ਹੁੰਦੇ ਹੂੰ ਉਹ ਕਿਰਪਾਨ ਆਪਾਂ ਨੂੰ ਮਿਲੀ ਅੱਜ ਦੀ ਜਿਹੜੀ ਏਜ ਹੈ ਇਹ ਇਨਫੋਰਮੇਸ਼ਨ ਦੀ ਏਜ ਹੈ ਹੂੰ ਜਿਹਦੇ ਕੋਈ ਇਨਫੋਰਮੇਸ਼ਨ ਹੈ ਉਹ ਕਟਾਕਸ਼ ਕਰ ਸਕਦਾ ਮਾੜੀ ਚੀਜ਼ ਆ ਠੀਕ ਹੈ ਅੱਜ ਦੀ ਜਿਹੜੀ ਕਿਰਪਾਨ ਹੈ ਉਹ ਕਲਮ ਹੂੰ ਯਾ ਆਪਣੀ ਅਜੀ ਦੀ ਆਵਾਜ਼ ਹੂੰ ਠੀਕ ਹੈ ਉਹ ਚੀਜ਼ ਨੂੰ ਆਪਾਂ ਦੇਖੀਏ ਆਪਾਂ ਹਰੇਕ ਚੀਜ਼ ਨੂੰ ਲਿਟਰਲੀ ਨਾਲ ਲਈਏ ਉਹਦੇ ਜੋ ਵੈਲਿਊਜ਼ ਨੇ ਜਾਂ ਪ੍ਰਿੰਸੀਪਲਸ ਨੇ ਉਹਤੇ ਜ਼ਿਆਦਾ ਫੋਕਸ ਕਰੀਏ ਤੇ ਹੁਣ ਮੈਨੂੰ ਮਾਰਿਆ ਨਾ ਪਤਾ ਨਹੀਂ ਆਪਣੇ ਵਾਲਾ ਕਲਿੱਪ ਵਾਇਰਲ ਹੋਇਆ ਸੀ ਪਤਾ ਨਹੀਂ ਉਹ ਬੰਦ ਕਰਾ ਦਿੱਤਾ ਗਿਆ ਜਾਂ ਤੁਸੀਂ ਉਹਨੂੰ ਕਰਤਾ ਲਾਤਾ ਇੰਸਟਾਗ੍ਰਾਮ ਤੋਂ ਮੈਂ ਨਹੀਂ ਇਹ ਪੌਡਕਾਸਟ ਡਿਲੀਟ ਕਿਉਂ ਜੀ ਹਾਂਜੀ ਸੌਰੀ ਉਹਦੇ ਵਿੱਚ ਨਾ ਮੈਨੂੰ ਕੀ ਲੱਗਿਆ ਸ਼ਾਇਦ ਨਾ ਵੀ ਜਿਹੜਾ ਟਾਈਟਲ ਬਣਾਇਆ ਸੀਗਾ ਨਾ ਟਾਈਟਲ ਥੋੜਾ ਜ਼ਿਆਦਾ ਹੋ ਗਿਆ ਮੈਨੂੰ ਲੱਗਦਾ ਮੈਨੂੰ ਨਹੀਂ ਮੱਝਾ ਨਹੀਂ ਨਹੀਂ ਮੈਂ ਪਤਾ ਕੀ ਮੈਂ ਕੀ ਸੋਚਣ ਦਿਆ ਸੀ ਨਹੀਂ ਇਟਸ ਓਕੇ ਹਾਂ ਜਦੋਂ ਕਲਿੱਪ ਵੇਖਣ ਵਾਲ ਨੂੰ ਲੱਗਦਾ ਜ਼ਰੂਰ ਹੋਏਗਾ ਬਟ ਉਹ ਚ ਆਪਣੀ ਅਗਰ ਟੋਨ ਦੇਖੀਏ ਨਾ ਹੂੰ ਉਹ ਸੀ ਕਿ ਬੈਂਡਰ ਵਾਲੀ ਟੋਨ ਹੂੰ ਕਿ ਵੀਰ ਜਸ ਹੈਵਿੰਗ ਫਨ ਅਗਰ ਕੋਈ ਪੂਰਾ ਪੋਡਕਾਸਟ ਨੂੰ ਸੁਣਦਾ ਨਾ ਫਿਰ ਉਹਨੂੰ ਪਤਾ ਲੱਗਦਾ ਨਹੀਂ ਇਹਦੇ ਵਿੱਚ ਨਾ ਇੱਕ ਇੱਕ ਹਾਂਜੀ ਇਹ ਮੈਨੂੰ ਸੀਗਾ ਇਹਦੇ ਵਿੱਚ ਨਾ ਆਪਾਂ ਇੱਕ ਦੋ ਗੱਲਾਂ ਕਰਨੀਆਂ ਨੇ ਉਹੀ ਲਾਈਕ ਉਹਦੇ ਰਿਗਾਰਡਿੰਗ ਵੀ ਆਪਾਂ ਗੱਲਾਂ ਕਰਾਂਗੇ ਇੱਕ ਤਾਂ ਜਿਹੜਾ ਲੋਕ ਨਾ ਜੀਨੇ ਰੌਲਾ ਪਾਉਣਾ ਹੁੰਦਾ ਉਹਨੇ ਹਰੇਕ ਚੀਜ਼ ਤੇ ਰੌਲਾ ਪਾ ਲੈਣਾ ਵੀ ਹੁਣ ਕਬਜ਼ੇ ਦਾ ਮਤਲਬ ਇੱਕ ਜਿਹੜੇ ਇੱਕ ਦੋ ਚੀਜ਼ਾਂ ਜਿਹੜੀਆਂ ਮੈਨੂੰ ਲੱਗੀਆਂ ਨੇ ਹੁਣ ਕਬਜ਼ੇ ਦਾ ਮਤਲਬ ਲਿਟਰਲੀ ਐਂ ਥੋੜੀ ਐ ਵੀ ਹੁਣ ਡਾਂਗਾ ਛੋਟੇ ਲੈ ਕੇ ਆਪਣੇ ਬੰਦੇ ਕਬਜ਼ਾ ਕਰ ਲੈਂਦੇ ਆ ਐਂ ਕਿਹਾ ਸੀ ਵੀ ਸਿੱਖ ਕਬਜ਼ਾ ਕਰ ਲੈਂਦੇ ਆ ਕਬਜ਼ਾ ਐਦਾਂ ਹੁੰਦਾ ਹੁਣ ਇਹ ਰੀਸੈਂਟ ਗੱਲ ਹੈ ਠੀਕ ਆ ਅਸੀਂ ਹਾਊਸ ਓਪਨ ਕੀਤਾ ਸਾਡਾ ਸੈਟਰਡੇ ਹਾਊਸ ਓਪਨ ਸੀਗਾ ਤੇ ਉੱਥੇ ਉਹ ਉਹ ਏਰੀਆ ਦੇ ਵਿੱਚ ਆ ਜਿਹੜੇ ਏਰੀਆ ਦੇ ਵਿੱਚ ਆਪਣੀਆਂ ਸਭ ਤੋਂ ਕਮਿਊਨਿਟੀ ਰਹਿੰਦੀ ਆ ਸਿਟੀ ਆ ਸੌਨ ਦੇ ਵਿੱਚ ਉਹ ਹਾਊਸ ਸੀਗਾ ਤੇ ਉੱਥੇ ਉਹ ਲਗਭਗ 35 ਕਪਲਸ ਆਏ ਸੀਗੇ ਉਹ ਘਰ ਨੂੰ ਦੇਖਣ ਵਾਸਤੇ ਜੋ ਵੀਡੀਓ ਦੇਖ ਮਤਲਬ ਮੈਂ ਵੀਡੀਓ ਪਾਉਣਾ ਉੱਥੇ ਸਾਰੇ ਆਪਣੀ ਕਮਿਊਨਿਟੀ ਦੇ ਬੰਦੇ ਨੇ ਤੇ ਆਸਕਿੰਗ ਪ੍ਰਾਈਸ ਤੋਂ ਉੱਥੇ ਮੇਰੀ ਇੱਕ ਦੋ ਬੰਦੇ ਨਾਲ ਗੱਲ ਹੋਈ ਠੀਕ ਆ ਤੇ ਆਸਕਿੰਗ ਪ੍ਰਾਈਸ ਤੋਂ ਉਹ 70000 ਡਾਲਰ ਐਕਸਟਰਾ ਘਰ ਵੇਚ ਗਿਆ ਜਦ ਕਿ ਤਿੰਨ ਬੈਡਰੂਮ ਛੋਟੇ ਘਰ ਵਾਸਤੇ ਵੀ ਪਹਿਲਾਂ ਹੀ ਉਹਦਾ ਰੇਟ ਕਾਫੀ ਹਾਈ ਸੀਗਾ ਜ਼ਿਆਦਾ ਸੀ ਹੂੰ ਉਹ ਤੋਂ 70000 ਡਾਲਰ ਜ਼ਿਆਦਾ ਵੇਖ ਗਿਆ ਤੇ ਉਹ ਆਪਣੇ ਕਿਸੇ ਭਰਾ ਨੇ ਲਿਆ ਤੇ ਉਹਨੂੰ ਇਦਾਂ ਵੀ ਕਹਿੰਦਾ ਵੀ ਮੇਰੇ ਮੇਰੇ ਫਰੈਂਡਸ ਰਹਿੰਦੇ ਨੇ ਇੱਧਰ ਤੇ ਮੈਂ ਵੀ ਆਪਣਾ ਘਰ ਇਸ ਏਰੀਆ ਚ ਦੇ ਵਿੱਚ ਲੈਣਾ ਤੇ ਹੁਣ ਕਬਜ਼ਾ ਨਹੀਂ ਹੈਗਾ ਤੇ ਹੋਰ ਕੀ ਆ ਇਹ ਤੇ ਤੁਸੀਂ ਤੁਸੀਂ ਦੱਸੋ ਹੋਰ ਕੀ ਚੀਜ਼ ਆ ਇਹ ਕਬਜ਼ਾ ਹੀ ਆ ਜਾਂ ਤੁਸੀਂ ਬਾਕੀ 10 ਬੰਦਿਆਂ ਨੂੰ ਤੋੜ ਕੇ ਤੁਸੀਂ ਇਹ ਐਕਸਟਰਾ ਪੈਸੇ ਸੁੱਟ ਕੇ ਤੁਸੀਂ ਕਹਿੰਦੇ ਹੋ ਅਸੀਂ ਰਹਿਣਾ ਹੀ ਇੱਥੇ ਆ ਤੁਸੀਂ ਦੱਸੋ ਤੁਹਾਨੂੰ ਕਿੰਨੇ ਪੈਸੇ ਚਾਹੀਦੇ ਆ ਤੇ ਹੋਰ ਇਹਦਾ ਇਹ ਤੋਂ ਹੋਰ ਅਲੱਗ ਵਰਡ ਕੀ ਹੋ ਸਕਦਾ ਹੂੰ ਨਹੀਂ ਆਪਾਂ ਥੋੜੇ ਹੈਗੇ ਆ ਕਮਿਊਨਿਟੀ ਡਰਾਈਵਨ ਜਦੋਂ ਆਪਾਂ ਪੌਡਕਾਸਟ ਵੀ ਕੀਤਾ ਸੀ ਨਾ ਉਹ ਚ ਕੋਈ ਇੰਟੈਂਸ਼ਨਲ ਆਪਾਂ ਨੂੰ ਨਹੀਂ ਸੀ ਉਹ ਵੀ ਵਰ ਜਸ ਹੈਵਿੰਗ ਫਨ ਹੂੰ ਹੂੰ ਠੀਕ ਹੈ ਉਹ ਕੋਈ ਜੇ ਅਗਰ ਬੰਦੇ ਸੀਰੀਅਸ ਲੈ ਜਾਂਦੇ ਆ ਤੇ ਉਹਨਾਂ ਦੀ ਫਿਰ ਨੌਲੇਜ ਦੇ ਵਿੱਚ ਆਪਾਂ ਗੈਪ ਕਹਿ ਸਕਦੇ ਆ ਜੀ ਜੀ ਠੀਕ ਆਪਾਂ ਹੈਗੇ ਕਮਿਊਨਿਟੀ ਡਰਾਈਵਨ ਹੁਣ ਅਗਰ ਗੋਰੇ ਨੇ ਲੈਣਾ ਆ ਘਰ ਉਹਨੇ ਦੇਖਣਾ ਕਿ ਏਰੀਆ ਮੇਰੇ ਵਾਸਤੇ ਕਿਹੜਾ ਬੈਟਰ ਆ ਹੂੰ ਹੂੰ ਆਪਾਂ ਇੰਡੀਅਨ ਜਦੋਂ ਲੈਣਾ ਆ ਆਪਾਂ ਕਹਿਣਾ ਕਿ ਦੁਕਾਨਾਂ ਕਿੱਥੇ ਕੋਲ ਆ ਇੰਡੀਅਨ ਸਟੋਰ ਕਿੱਥੇ ਕੋਲ ਆਪਣੀ ਕਮਿਊਨਿਟੀ ਕਿੱਥੇ ਜਾਂਦੀ ਆ ਜਿੱਥੇ ਮੇਰੇ ਫਰੈਂਡਸ ਨੇ ਮੈਂ ਉੱਥੇ ਮੂਵ ਹੋਵਾਂ ਹੂੰ ਹੂੰ ਠੀਕ ਹੈ ਜਦੋਂ 10 20 30 40 ਜਾਣੇ ਉੱਥੇ ਮੂਵ ਹੋ ਗਏ ਜਦੋਂ ਕਮਿਊਨਿਟੀ ਬਣ ਗਈ ਵੀ ਗੁਰਦੁਆਰਾ ਸਾਨੂੰ ਦੂਰ ਪੈਂਦਾ ਕਿਉਂ ਨਾ ਆਪਾਂ ਇੱਥੇ ਗੁਰਦੁਆਰਾ ਬ ਉਹ ਉਹ ਸਾਡਾ ਪੁਆਇੰਟ ਸੀਗਾ ਹੂੰ ਹੂੰ ਠੀਕ ਹੈ ਇਹਦਾ ਮਤਲਬ ਇਹ ਨਹੀਂ ਸੀ ਕਿ ਇਹ ਹੀ ਬਦਮਾਸ਼ੀ ਨਾਲ ਕਬਜ਼ੇ ਲੱਲੇ ਆ ਉਹਦਾ ਮਤਲਬ ਇਹ ਸੀ ਕਿ ਲੌਂਗ ਟਰਮ ਦੇ ਵਿੱਚ ਕਮਿਊਨਿਟੀ ਕਿਦਾਂ ਵਧਦੀ ਹੈ ਨਾਲ ਮੈਂ ਸੌਰੀ ਤੁਹਾਡੀ ਗੱਲ ਫੇਰ ਕੱਟ ਰਿਹਾ ਇਹਦੇ ਵਿੱਚ ਨਾ ਇਹ ਇਹ ਚੀਜ਼ ਸਿਰਫ ਆਸਟ੍ਰੇਲੀਆ ਚ ਪੋਸੀਬਲ ਹੈ ਇਹ ਚੀਜ਼ ਹੋਰ ਕਿਤੇ ਪੋਸੀਬਲ ਹੈ ਨਹੀਂ ਇਹਦਾ ਕਾਰਨ ਇਹ ਹੈ ਜਾਂ ਨਿਊਜ਼ੀਲੈਂਡ ਚ ਵੀ ਪੋਸੀਬਲ ਹੈਗੀ ਹੈ ਇਹ ਜਾਂ ਹੋ ਵੀ ਰਹੀ ਹੋਣੀ ਹੈ ਇਹ ਕਿਉਂਕਿ ਮੈਨੂੰ ਪਤਾ ਨਹੀਂ ਕਿਉਂਕਿ ਹਜੇ ਇਹਨਾਂ ਕੰਟਰੀਜ਼ ਦੇ ਵਿੱਚ ਆਪਣੀ ਮਾਈਗ੍ਰੇਸ਼ਨ ਇਨੀਸ਼ੀਅਲ ਸਟੇजेस ਦੇ ਉੱਤੇ ਆ ਦੂਜੀ ਦੂਜੀ ਤੀਜੀ ਜਨਰੇਸ਼ਨ ਮੈਕਸਿਮਮ ਤੀਜੀ ਜਨਰੇਸ਼ਨ ਤੱਕ ਪਹੁੰਚੇ ਆ 1940 ਦੇ ਵਿੱਚ ਜਦੋਂ 1947 ਜਦੋਂ ਵੰਡ ਹੋਈ ਆ ਉਹ ਵੰਡ ਦੇ ਵਿੱਚ ਵੈਸਟਰਨ ਆਸਟ੍ਰੇਲੀਆ 'ਚ ਸਿਰਫ ਤਿੰਨ ਜਾਂ ਚਾਰ ਆਪਣੇ ਪੰਜਾਬੀ ਲੋਕ ਰਹਿ ਗਏ ਸੀ 1950 ਤੋਂ ਸ਼ੁਰੂ ਹੋ ਕੇ ਠੀਕ ਆ ਤੇ ਅੱਜ ਦੂਜੀ ਤੀਜੀ ਜਨਰੇਸ਼ਨ ਤੱਕ ਅੱਜ ਲੋਕ ਪਹੁੰਚੇ ਆ ਉਹ ਗਰੋਅ ਕਰ ਰਹੇ ਆ ਉਹ ਆਪਣੇ ਧਾਰਮਿਕ ਪਲੇਸਿਸ ਬਣਾ ਰਹੇ ਆ ਗੁਰਦੁਆਰੇ ਬਣਾ ਰਹੇ ਆ ਇਨੀਸ਼ੀਅਲ ਸਟੇਜ ਦੇ ਵਿੱਚ ਅੱਜ ਇਹ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ ਕੈਨੇਡਾ ਦਾ 100 ਸਾਲ ਪਹਿਲਾਂ 150 ਸਾਲ ਪਹਿਲਾਂ ਹੋ ਗਿਆ ਇਹ ਸਾਰਾ ਕੁਝ 100 ਸਾਲ ਪਹਿਲਾਂ ਜਾਂ 1950-50 ਦੇ ਆਸ-ਪਾਸ ਇਹਨਾਂ ਟਾਈਮਾਂ ਦੇ ਵਿੱਚ ਸਾਰਾ ਕੁਝ ਉੱਥੇ ਡਨ ਹੋ ਗਿਆ ਰੇਸਿਸਿਜ਼ਮ ਜਿਆਦਾ ਉਹਨਾਂ ਲੋਕਾਂ ਨੇ ਫੀਲ ਕਰ ਲਿਆ ਸਫਰ ਕਰਕੇ ਆਪਣਾ 베ਸ ਬਣਾ ਲਿਆ ਉਹਨਾਂ ਨੇ ਇਹ ਚੀਜ਼ ਇੱਥੇ ਪੋਸੀਬਲ ਆ ਜਿਹੜਾ ਕੋਈ ਦੁਬਈ ਬੈਠਾ ਆ ਜਾਂ ਜਿਹੜਾ ਕੋਈ ਕਿਸੇ ਯੂਰੋਪੀਅਨ ਕੰਟਰੀ ਦੇ ਵਿੱਚ ਕਿਤੇ ਵੀ ਬੈਠਾ ਉਹਨਾਂ ਉਹਨੂੰ ਇਹ ਚੀਜ਼ ਦੇ ਸਮਝ ਨਹੀਂ ਆਉਣਾ ਵੀ ਮੈਂ ਆਪਾਂ ਕੀ ਗੱਲ ਕਰ ਰਹੇ ਹਾਂ ਜਾਂ ਇੱਥੇ ਚੱਲ ਕੀ ਰਿਹਾ ਇਹ ਸਿਰਫ ਆਸਟ੍ਰੇਲੀਆ ਵਾਲਾ ਨੂੰ ਪਤਾ ਇੱਥੇ ਵਾਲੇ ਕਿਸੇ ਬੰਦੇ ਨੇ ਕੋਈ ਕਮੈਂਟੇ ਨਹੀਂ ਕੀਤਾ ਕੁਛ ਦੱਸ ਮੈਂ ਮੈਂ ਖੁਦ ਦੇਖਿਆ ਨਾ ਵੀ ਕੀ ਚੱਲ ਰਿਹਾ ਇੱਥੇ ਕੌਣ ਬੰਦੇ ਕਮੈਂਟ ਕਰ ਰਹੇ ਆ ਗਾਲਾਂ ਕੌਣ ਕੱਢ ਰਹੇ ਆ ਤੇ ਚੱਲ ਕੀ ਐਟ ਲੀਸਟ ਮੈਨੂੰ ਪਤਾ ਹੋਣਾ ਚਾਹੀਦਾ ਨਾ ਵੀ ਜੇ ਕੋਈ ਹੇਟ ਆ ਰਹੀ ਹੈ ਕੁਛ ਹੈਗਾ ਤੇ ਇਹ ਬੰਦਾ ਕੌਣ ਆ ਤੇ ਇਹਦੀ ਇਹਦੀ ਮੈਂਟੈਲਿ ਤੇ ਇੱਕ ਨਾਲ ਇੱਕ ਦੋ ਚੀਜ਼ਾਂ ਹੋਰ ਮੈਂ ਕਰਨੀਆਂ ਸੀਗੀਆਂ ਜਿਹੜੀਆਂ ਮੈਂ ਖਾਸ ਖਿਆਲ ਰੱਖੀਆਂ ਮਤਲਬ ਖਿਆਲ ਨਾ ਕਰਨੀਆਂ ਨੇ ਸਾਡੇ ਵਾਸਤੇ ਮੇਰੇ ਵਾਸਤੇ ਵਾਇਰਲ ਹੋਣਾ ਕੋਈ ਔਖਾ ਨਹੀਂ ਹੈਗਾ ਮੈਨੂੰ ਬੋਲਣਾ ਆਉਂਦਾ ਠੀਕ ਆ ਮੈਂ ਕਿਸੇ ਵੀ ਚੀਜ਼ ਵਾਸਤੇ ਕੁਝ ਵੀ ਕੱਚ ਵੀ ਕਰਕੇ ਕਿਸੇ ਵੀ ਟਾਪਿਕ ਤੇ ਵੀਡੀਓ ਬਣਾ ਕੇ ਵਾਇਰਲ ਹੋ ਸਕਦਾ ਕੋਈ ਔਖਾ ਨਹੀਂ ਅਸੀਂ ਨਹੀਂ ਹੋਣਾ ਉਹ ਸਾਡੀ ਚੁਆਇਸ ਆ ਜਿਹੜੇ ਟਿਕਟੌਕ ਇਹ ਵੀਡੀਓ ਟਿਕਟੌਕ ਤੇ ਟਿਕਟੌਕ ਵਾਲੇ ਵਾਸਤੇ ਸਪੈਸ਼ਲ ਆ ਇਹ ਤੂੰ ਤੁਹਾਡੇ ਕੋਲ ਇਹੀ ਕੰਮ ਆ ਤੁਹਾਡੇ ਕੋਲ ਸ਼ਿਟ ਆ ਕਰਕੇ ਤੁਸੀਂ ਲੋਕਾਂ ਨੂੰ ਸ਼ਿਟ ਦੇ ਰਹੇ ਹੋ ਠੀਕ ਆ ਅਸੀਂ ਤੁਹਾਡੀ ਸ਼ਿਟ ਨਹੀਂ ਲੈਣੀ ਸਾਡੀ ਮਰਜ਼ੀ ਜਿਹੜਾ ਮੇਰਾ ਸਾਡਾ ਜੀ ਕਰੂਗਾ ਅਸੀਂ ਕਰਾਂਗੇ ਅਸੀਂ ਸਪੈਸ਼ਲ ਇਹ 3 ਸਾਲ ਤੋਂ ਇਨਫੋਰਮੇਟਿਵ ਚੀਜ਼ਾਂ ਕਰ ਰਹੇ ਹਾਂ ਇਹਨਾਂ ਚੀਜ਼ਾਂ ਤੇ ਜ਼ੋਰ ਲਾ ਰਹੇ ਹਾਂ ਇਹੀ ਕੁਝ ਕਰਾਂਗੇ ਮੇਰੇ ਵਾਸਤੇ ਵਾਇਰਲ ਹੋਣਾ ਸੌਖਾ ਨਹੀਂ ਹੈਗਾ ਅਸੀਂ ਦਿਨਾਂ 'ਚ ਵਾਇਰਲ ਹੋ ਸਕਦੇ ਹਾਂ ਪਰ ਨਹੀਂ ਹੋਣਾ ਕਿਉਂਕਿ ਇਸੀ ਪੈਸਾ ਕਮਾਉਣ ਵਾਸਤੇ ਚੀਜ਼ਾਂ ਕਰੇ ਨਹੀਂ ਰਹੇ ਤੁਸੀਂ ਜੋ ਬਕਵਾਸ ਕਰਦੀਆਂ ਕਰੋ ਮੈਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਤੁਹਾਡਾ ਮੇਰੀ ਹੁਣ ਪੜਾਅ ਨਿਕਲ ਗਈ ਹੁਣ ਮੈਂ ਖਾਲੀ ਆ ਮੈਨੂੰ ਸਿਰਫ ਕਲਮ ਡਾਊਨ ਮੈਂ ਕਲਮ ਡਾਊਨ ਨਹੀਂ ਨਾ ਦੈਟਸ ਫਾਈਨ ਦੈਟਸ ਫਾਈਨ ਉਹ ਇਹਨਾਂ ਆਪਾਂ ਕਦੀ ਕਦੀ ਅਗਰ ਕੋਈ ਸ਼ਰਮ ਦੇ ਉੱਤੇ ਕਮੈਂਟ ਭਾਵੇਂ ਕੋਈ ਸਹੀ ਵੀ ਕਰਨ ਦੀ ਕੋਸ਼ਿਸ਼ ਕਰਦਾ ਨਾ ਕੁਝ ਸਹੀ ਵੀ ਬੋਲਣ ਦੀ ਕੋਸ਼ਿਸ਼ ਕਰਦਾ ਤੇ ਉਹ ਕੌਂਟ੍ਰੋਵਰਸੀ ਜੋੜੀ ਜਾਂਦੀ ਭਾਵੇਂ ਸੱਜੇ ਪਾਸੇੋਂ ਹੋਵੇ ਭਾਵੇਂ ਖੱਬੇ ਪਾਸੇੋਂ ਹੋਵੇ ਖਾਸ ਕਰਕੇ ਉਹ ਆਪਣੇ ਵਰਗੇ ਕੋਨੇ ਮੋਨੇ ਗੱਲ ਕਰਦੇ ਨੇ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਬ੍ਰੋ ਕੱਲ ਨਾ ਇੱਥੇ ਰਕਵਿੰਦਰ ਬਡਾਲੀ ਦਾ ਸ਼ੋਅ ਸੀਗਾ ਤੇ ਉੱਥੇ ਨਾ ਹੁਣ ਮੇਰੇ ਨਾਲ ਇਹ ਹੋ ਰਿਹਾ ਕਿਉਂਕਿ ਹੁਣ ਮੈਂ ਮਤਲਬ ਨਾਲ ਕੁਛ ਇਹ ਜੀਆਂ ਨਾਲ ਹੁਣ ਰੀਅਲ ਏਸਟੇਟ ਦਾ ਵੀ ਕੰਮ ਸ਼ੁਰੂ ਕੀਤਾ ਤੇ ਮੈਂ ਜਿੱਥੇ ਮੈਂ ਬੈਠਾ ਮੈਂ 2021 ਚ ਘਰ ਲਿਆ ਸੀਗਾ ਤੇ ਉਸ ਟਾਈਮ ਮੇਰੇ ਘਰ ਦੇ ਵਿੱਚ ਕੁਝ ਕੁ ਪ੍ਰੋਬਲਮਸ ਆ ਗਈਆਂ ਤੇ ਮੈਂ ਵੀਡੀਓ ਬਣਾ ਕੇ ਮੈਂ ਫੇਸਬੁੱਕ ਤੇ ਪਾਤੀ ਵੀ ਮੇਰੇ ਆਹਾਹਾ ਮੇਰੇ ਤੇ ਪ੍ਰੋਬਲਮ ਆਈਆਂ ਨੇ ਵੀ ਇਹ ਚੀਜ਼ਾਂ ਮੈਂ ਫੇਸ ਕੀਤੀਆਂ ਮੈਂ ਪੰਜਾਬੀ ਗੈਂਗ ਰੂ ਦਾ ਕਾਰਨ ਵੀ ਇਹੀ ਹੈ ਵੀ ਮਾਈਗ੍ਰੇਸ਼ਨ ਦੇ ਵਿੱਚ ਜਿਹੜਾ ਕੁਝ ਮੇਰੇ ਨਾਲ ਹੋਇਆ ਮੈਂ ਲੋਕਾਂ ਨੂੰ ਦੱਸਾਂ ਭਾਈ ਤੁਸੀਂ ਆਹ ਕੁਝ ਨਾ ਕਰਿਓ ਤੇ ਇਹਦੇ 'ਚ ਵੀ ਆਹੀ ਕੁਝ ਕਰਨਾ ਇਹ ਵੀ ਆਹੀ ਸਿਸਟਮ ਆ ਵੀ ਜਿਹੜੇ ਕੰਮ ਹੁਣ ਮਾਈਗ੍ਰੇਸ਼ਨ ਦੇ ਵਿੱਚ ਅ ਜਿਹੜਾ ਕੋਲ ਇਨਫੋਰਮੇਸ਼ਨ ਹੈਗੀ ਆ ਉਹੀ ਚੱਲਣਗੇ ਹੋਰ ਕੋਈ ਬੰਦਾ ਨਹੀਂ ਚੱਲਣਾ ਇੱਥੇ ਹੁਣ ਇਹੋ ਸਟੇਟ ਦੇ ਵਿੱਚ ਵੀ ਇਹੀ ਆ ਇੱਥੇ ਤੁਸੀਂ ਕਿਸੇ ਨੂੰ ਗੁੰਮਰਾਹ ਕਰੋਗੇ ਕਿਸੇ ਨੂੰ ਕੁਝ ਵੀ ਧੋਖਾ ਲਾ ਦੋਗੇ ਕੁਝ ਵੀ ਵੇਚ ਦੋਗੇ ਉਹ ਸਿਸਟਮ ਨਹੀਂ ਚੱਲਣਾ ਇੱਥੇ ਠੀਕ ਆ ਹੁਣ ਇਹ ਚੀਜ਼ ਇਹ ਚੀਜ਼ ਦੇ ਵਿੱਚ ਜਿੰਨੀ ਵੱਧ ਤੋਂ ਵੱਧ ਸਾਡੀ ਇੰਪਰੂਵਮੈਂਟ ਲਿਆਉਣ ਦੀ ਕੋਸ਼ਿਸ਼ ਹੋਊਗੀ ਟਰਾਂਸਪੇਰੈਂਟ ਰਹਿ ਕੇ ਅਸੀਂ ਕੰਮ ਕਰਾਂਗੇ ਮੈਨੂੰ ਭਰਾ ਮਿਲਿਆ ਕਹਿੰਦਾ ਮੈਂ ਤੇਰੀ ਵੀਡੀਓ ਦੇਖੀ ਮੈਨੂੰ ਬਹੁਤ ਖੁਸ਼ੀ ਹੋਈ ਕਹਿੰਦਾ ਵੀ ਤੂੰ ਇਹ ਦੱਸਿਆ ਵੀ ਤੇਰੇ ਘਰ ਦੇ ਵਿੱਚ ਕੀ ਹੋਇਆ ਤੇ ਮੇਕਅਪ ਸਾਡਾ ਇਹ ਸਾਰਾ ਕੁਝ ਕਰਨ ਦਾ ਕਾਰਨ ਹੀ ਇਹੀ ਆ ਵੀ ਜਿਹੜੇ ਅਸੀਂ ਕੋਈ ਗਲਤੀਆਂ ਕਰੀਆਂ ਨੇ ਵੀ ਤੁਸੀਂ ਨਾ ਕਰਿਓ ਅਸੀਂ ਮੈਂ ਕੋਈ ਸਿਆਣਾ ਨਹੀਂ ਹੈਗਾ ਮੈਂ ਕੋਈ ਐ ਥੋੜੀ ਕਰਕੇ यार ਵੀ ਅਸੀਂ ਬਹੁਤ ਲੰਬੀ ਤਪੱਸਿਆ ਕਰੀ ਹੋਈ ਆ ਉਹ ਤੋਂ ਬਾਅਦ ਜੋ ਅਸੀਂ ਗੱਲਾਂ ਦੱਸ ਰਹੇ ਆ ਇਹਦਾ ਅਸੀਂ ਤੱਕੇ ਖਾਦੇ ਆ ਠੀਕ ਆ ਅਸੀਂ ਅਸੀਂ ਸਟਰਗਲ ਕਰੀ ਆ ਅਸੀਂ ਉਹ ਚੀਜ਼ਾਂ ਦੱਸ ਰਹੇ ਆ ਵੀ ਅਸੀਂ ਕਰ ਲਿਆ ਇੱਥੇ ਕੁਝ ਨਹੀਂ ਹੈਗਾ ਭਾਈ ਇੱਥੇ ਆ ਚੀਜ਼ ਤੁਸੀਂ ਨਾ ਕਰਿਓ ਤੁਸੀਂ ਬੇਸ਼ੱਕ ਮੈਨੂੰ ਫੋਨ ਕਰ ਲਓ ਜਾਂ ਕਿਸੇ ਹੋਰ ਨੂੰ ਪੁੱਛ ਲਿਓ ਪਰ ਦੇਖ ਪਰਤ ਕੇ ਹਰੇਕ ਦੋ ਵੀ ਤੁਸੀਂ ਕੰਮ ਕਰਨਾ ਉਹ ਕਰਿਓ ਕਈ ਵਾਰ ਨਾ ਮਤਲਬ ਉਹ ਚੀਜ਼ਾਂ ਕਰਵੇ ਐਦਾਂ ਹੋ ਜਾਂਦੀਆਂ ਉਹ ਜਿਆਦਾ ਵੱਡੇ ਮਸਲੇ ਬਣ ਜਾਂਦੇ ਆ ਹੁਣ ਮੈਨੂੰ ਇਹ ਲੱਗਦਾ ਵੀ ਅ ਮੈਂ ਕਈ ਵਾਰ ਮੈਂ ਤਾਂ ਹੀ ਆਪਣੇ ਆਪ ਨੂੰ ਰੋਕਦਾ ਮੈਂ ਬਹੁਤ ਬਹੁਤ ਕੰਟਰੋਲ ਕਰਦਾ ਬਹੁਤ ਚੀਜ਼ਾਂ ਦੇ ਉੱਤੇ ਵੀ ਮੈਂ ਨਹੀਂ ਬੋਲਦਾ ਆਪਣੀ ਰਾਏ ਨਹੀਂ ਦਿੰਦਾ ਹੈਗਾ ਤੇ ਮੈਂ ਹੁਣ ਕੋਸ਼ਿਸ਼ ਕਰੂੰਗਾ ਵੀ ਨਾ ਹੀ ਦਵਾਂ ਕਿਉਂਕਿ ਉਹ ਬਰਥ ਹਿੱਟ ਨਹੀਂ ਹੈਗਾ ਦੇ ਤੁਸੀਂ ਇੱਕ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਇੱਕ ਆ ਆ ਗੱਲ ਹੈ ਜੇ ਤਾਂ ਛੋਟੀ ਮੋਟੀ ਕੌਂਟਰੋਵਰਸੀ ਕਰਨ ਦਾ ਕੀ ਫਾਇਦਾ ਹੈ ਜੇ ਕਰੀ ਵੱਡੀ ਯਾ 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 ਠੀਕ ਹੈ ਵੀ ਐਵੇਂ ਕੋਈ ਸੜਕ ਤੇ ਖੜਾ ਉਹਨੂੰ ਗਾਲਾਂ ਕੱਢਾਂਗੇ ਕੀ ਮਤਲਬ ਹੈ ਕਰਕੇ ਠੀਕ ਹੈ ਹੁਣ ਮਤਲਬ ਜੇ ਤਾਂ ਜੇ ਦਾ ਕੋਸ਼ਿਸ਼ ਹੀ ਜੋ ਕੁਝ ਕਰਨਾ ਹੀ ਆ ਫਿਰ ਅਸੀਂ ਇਹਦਾ ਕੁਝ ਵੱਡਾ ਕਰਾਂਗੇ ਤੁਸੀਂ 20 50 ਡਾਲਰ ਵਾਲਾ ਥੋੜੀ ਕੰਮ ਆ ਕਰਕੇ ਠੀਕ ਆ ਵੀ ਜੇ ਕੁਝ ਕਰਨਾ ਵੀ ਆ ਮਤਲਬ ਐ ਆ ਨਾ ਵੀ ਡੋਂਟ ਅਸੀਂ ਉਹ ਰੋਲੇ ਦੇ ਵਿੱਚ ਹੈ ਹੀ ਨਹੀਂਗੇ ਛੋਟੇ ਮੋਟੇ ਚੱਕਰਾਂ ਦੇ ਵਿੱਚ ਹੈ ਹੀ ਨਹੀਂ ਸਾਡੇ ਉਹ ਡ੍ਰੀਮ ਨਹੀਂ ਹੈਗੇ ਅਸੀਂ ਉੱਤੇ ਤੱਕ ਪਹੁੰਚਣਾ ਹੀ ਹੈਗਾ ਅਸੀਂ ਤਾਂ ਸਾਡਾ ਤਾਂ ਉਹ ਮਕਸਦ ਹੈ ਆ ਵੀ ਅਸੀਂ ਫਾਈਨੈਂਸ਼ੀਅਲ ਫਰੀडम ਦੀ ਲੋਕਾਂ ਨੂੰ ਵੀਡੀਓਜ਼ ਬਣਾਉਣੀਆਂ ਨੇ ਅਸੀਂ ਤਾਂ ਆਪਣੇ ਬੰਦੇ ਖੜੇ ਕਰਨੇ ਆ ਵੀ ਤੁਸੀਂ ਬਣਾਓ ਤੁਸੀਂ ਇੱਥੇ ਰਾਜੇ ਦਾ ਪੁੱਤ ਰਾਜਾ ਥੋੜੀ ਬਣੂਗਾ ਤੁਸੀਂ ਵੀ ਆਓ ਮੂਰੇ ਸਹੀ ਆ ਠੀਕ ਆ ਆ ਚੀਜ਼ ਬਣਾਓ ਹੁਣ ਤੁਸੀਂ ਨਿਊਜ਼ੀਲੈਂਡ ਬੈਠੇ ਹੋ ਮੈਂ ਆਸਟ੍ਰੇਲੀਆ ਬੈਠਾ ਇੱਕ ਤੁਸੀਂ ਕਰ ਲੈਨੇ ਹੋ 2 ਸਾਲ ਬਾਅਦ ਚੋ ਬੈਂਕ ਤੁਹਾਨੂੰ ਆਪ ਕਹਿੰਦਾ ਵੀ ਇੱਕ ਪ੍ਰਾਪਰਟੀ ਹੋ ਲੈ ਲੈ ਭਾਈ ਹੂੰ ਠੀਕ ਆ ਇਹ ਲੋਕਾਂ ਨੂੰ ਪਤਾ ਨਹੀਂ ਹੈਗਾ ਇਨ ਇਨਫਰਮੇਸ਼ਨ ਪਹੁੰਚੀ ਨਹੀਂ ਹੈਗੀ ਕਿਉਂਕਿ ਇਨਫਰਮੇਸ਼ਨ ਇਹ ਮੂਰੇ ਵਾਲੇ ਬੰਦਿਆਂ ਕੋਲ ਰਹਿ ਜਾਂਦੀ ਆ ਆਮ ਦਿਹਾੜੀ ਜੌਬ ਜੌਬ ਵਾਲਾ ਬੰਦਾ ਵੀ 10 ਸਾਲਾਂ ਦੇ ਵਿੱਚ ਚਾਰ ਪੰਜ ਘਰ ਬਣਾ ਸਕਦਾ ਪਰ ਬਣਾਉਦਾ ਕਦੇ ਨਹੀਂ ਹੈਗਾ ਕਿਉਂਕਿ ਉਹਨੂੰ ਪਤਾ ਨਹੀਂ ਇਹ ਚੀਜ਼ ਪੋਸੀਬਲ ਹੈ 10 ਸਾਲਾਂ ਦੇ ਵਿੱਚ ਤੁਸੀਂ ਆਪਾਂ ਦੇਖੋ ਜੀ ਆਪਾਂ ਇਹ ਵਧੀਆ ਕੰਟਰੀਆਂ 'ਚ ਬੈਠੇ ਆ ਹੁਣ ਇਹਨਾਂ ਕੰਟਰੀਆਂ ਦੇ ਵਿੱਚ ਬੈਠੇ ਆ ਤੁਸੀਂ ਪਿਛਲੀ ਵਾਰ ਵੀ ਕਿਹਾ ਵੀ ਇਹ ਪ੍ਰਿਵਿਲੇਜ ਆ ਇਹ ਤੁਹਾਡੇ ਕੋਲ ਇੱਕ ਪ੍ਰਿਵਿਲੇਜ ਆ ਇੱਕ ਟੂਲ ਆ ਤੁਸੀਂ ਇੱਥੇ ਬੈਠੇ ਹੋ ਤੁਸੀਂ ਇੱਥੇ ਬੈਠੇ ਹੋ ਲੀਗਲ ਸਹੀ ਤਰੀਕੇ ਨਾਲ ਇਹਨਾਂ ਸਾਰੇ ਟੂਲਸ ਨੂੰ ਯੂਜ਼ ਕਰੋ ਵਧੀਆ ਲੈਵਲ ਦੇ ਉੱਤੇ ਪਹੁੰਚੋ 10 ਸਾਲਾਂ ਦੇ ਵਿੱਚ ਤੁਸੀਂ ਆਪਣੀ ਵਧੀਆ ਫਾਈਨੈਂਸ਼ੀਅਲ ਫ੍ਰੀडम ਅਚੀਵ ਕਰ ਸਕਦੇ ਹੋ ਕੁਝ ਬਹੁਤ ਘੱਟ ਜਾਂ ਮਿਨੀਮਮ ਅਮਾਉਂਟ ਆਫ ਐਕਸਟਰਾ ਐਫਰਟ ਕਰੇ ਬਿਨਾਂ ਇਹ ਚੀਜ਼ ਹਰ ਮੁਲਕਾਂ ਦੇ ਵਿੱਚ ਪੋਸੀਬਲ ਹੈਗੀ ਆ ਆਸਟ੍ਰੇਲੀਆ ਪੋਸੀਬਲ ਆ ਨਿਊਜ਼ੀਲੈਂਡ ਪੋਸੀਬਲ ਆ ਕੈਨੇਡਾ ਸਾਰੇ ਪਾਸੇ ਪੋਸੀਬਲ ਆ ਲੋਕੀ ਜਿੰਨੇ ਮਰਜੀ ਪਿੱਟੀਆਂਣ ਮਹंगाई ਆ ਗਈ ਫਲਾਣਾ ਟਮਕਾਣਾ ਉਹ ਸਭ ਬਕਵਾਸ ਆ ਠੀਕ ਆ ਜਿਵੇਂ ਜਿਵੇਂ ਮਹंगाई 인ਫਲੇਸ਼ਨ ਵਧਣੀ ਆ ਤੁਹਾਡੀਆਂ ਤਨਖਾਹਾਂ ਵਧਣਗੀਆਂ ਉੰਨੀਆਂ ਨਹੀਂ ਵਧਣਗੀਆਂ ਪਰ ਥੋੜਾ ਥੋੜਾ ਸਿਸਟਮ ਉੱਤੇ ਜਾਊਗਾ ਉਹ ਤੁਹਾਡਾ ਡਿਪੈਂਡ ਹੈ ਆ ਵੀ ਤੁਸੀਂ ਪਹਿਲਾਂ ਮਕਾਨ ਲੈਣੇ ਹੋ ਠੀਕ ਆ ਮਕਾਨ ਦੀਆਂ ਕਿਸ਼ਤਾਂ ਭਰਦੇ ਹੋ ਕਿ ਪਹਿਲਾਂ ਤੁਸੀਂ ਰੇਂਜ ਰੋਡ ਲੈ ਕੇ ਆਉਣੀ ਹੋ ਇਹ ਬੰਦੇ ਤੇ ਡਿਪੈਂਡ ਕਰਦਾ ਵੀ ਤੁਸੀਂ ਤੁਹਾਡੀ ਪ੍ਰਾਇੋਰਟੀਜ਼ ਕੀ ਨੇ ਤੁਸੀਂ ਕੀ ਕਰਨਾ ਚਾਹੁੰਦੇ ਹੋ ਵੀ ਕਿੱਥੇ ਤੱਕ ਕੀ ਕਰਨਾ ਸਾਰਾ ਕੁਝ ਐਨੀ ਇਨਫੋਰਮੇਸ਼ਨ ਤੁਸੀਂ ਕਿੱਥੋਂ ਲੈ ਕੇ ਆਉਨੇ ਹੋ ਕਿੰਨੀਆਂ ਕਿਤਾਬਾਂ ਪੜ੍ਹੀਆਂ ਨੇ ਕਿੰਨੇ ਪੌਡਕਾਸਟ ਸੁਨੇ ਆ ਕਿਉਂਕਿ ਮੈਨੂੰ ਹਮੇਸ਼ਾ ਨਾ ਨਾ ਮੈਂ ਜਦੋਂ ਤੁਹਾਡੇ ਪੌਡਕਾਸਟ ਸੁਣਦਾ ਹੁੰਦਾ ਤੇ ਮੈਨੂੰ ਇਹ ਹੁੰਦਾ ਵੀ ਮੈਂ ਪੁੱਛਾਂ ਬਾਈ ਨੂੰ ਵੀ ਇਹ ਇਹ ਇਨਫੋਰਮੇਸ਼ਨ ਜਿੱਥੋਂ ਐਬਜ਼ਾਰਬ ਹੋ ਮਤਲਬ ਆ ਰਹੀ ਆ ਉਹ ਕਿੱਥੋਂ ਆ ਰਹੀ ਆ ਉਹਦਾ ਸੋਰਸ ਕੀ ਆ ਆਈ ਥਿੰਕ ਪਹਿਲੀ ਗੱਲ ਮੈਂ ਕਹਾ ਮੇਰਾ ਫਰੈਂਡ ਸਰਕਲ ਉਹ ਬਹੁਤ ਜ਼ਿਆਦਾ ਵਧੀਆ ਹੈ ਤੇ ਕੁਝ ਕਿਤਾਬਾਂ ਮੈਂ ਪੜ੍ਹ ਲੈਂਦਾ ਵਾ ਜਾਂ ਕੁਝ ਕਿਤਾਬਾਂ ਮੇਰੇ ਫਰੈਂਡਸ ਪੜ੍ਹ ਲੈਂਦੇ ਨੇ ਤੇ ਉਹ ਜਦੋਂ ਹੀ ਬੈੰਨੇ ਆ ਨਾ ਜ਼ਿਆਦਾਤਰ ਇਨਫੋਰਮੇਸ਼ਨ ਮੇਰੇ ਫਰੈਂਡ ਸਰਕਲ ਤੋਂ ਹੀ ਆਉਂਦੀ ਹੈ ਜਦੋਂ ਹੀ ਕਰਨਾ ਕਰਦੇ ਆ ਸਾਡੀਆਂ ਗੱਲਾਂ ਲਗਭਗ ਅਸੀਂ ਬਹਿ ਕੇ ਘੰਟਾ ਡੇਢ ਅਗੀ ਦੋ ਤਿੰਨ ਜਾਣੇ ਬੈਠੇ ਆ ਤੇ ਕੋਈ ਬੰਦਾ ਕਰ ਰਿਹਾ ਚਾਈਨਾ ਚਾਈਨਾ ਦੀ ਪੋਲਿਸੀਜ਼ ਵਗੈਰਾ ਵਗੈਰਾ ਉੱਤੇ ਗੱਲਾਂ ਕਰ ਰਿਹਾ ਤੇ ਦੋ ਜਾਣੇ ਸੁਣਦੇ ਪਏ ਨੇ ਉੱਥੋਂ ਵੀ ਬਹੁਤ ਚੀਜ਼ ਆ ਜਾਂਦੀ ਹੈ ਕੋਈ ਬੰਦਾ ਗੱਲ ਕਰਦਾ ਪਿਆ ਜਿਹਨੇ ਰਿਚ ਡੈਡ ਪੂਰ ਡੈਡ ਪੜ੍ਹੀ ਹੈ ਉਹ ਦੱਸਦਾ ਕਿ ਉਹਨੇ ਕੀ ਪੜਿਆ ਬੁੱਕ ਦੇ ਵਿੱਚ ਫਿਓਮ ਅੱਛਾ ਠੀਕ ਹੈ ਤੇ ਯੂਜੂਲੀ ਇਦਾਂ ਨਹੀਂ ਹੁੰਦਾ ਕਿ ਇਹ ਚਾਰ ਪੰਜ ਆਣੇ ਬੈਠੀਆਂ ਤੇ ਪਿੱਛੇ ਗਾਣੇ ਲੱਗੇ ਤੇ ਇਹ ਭੰਗੜਾ ਪਾ ਰਹੇ ਆ ਇਦਾਂ ਦਾ ਸਾਡੇ ਕੋਈ ਨਹੀਂ ਹੁੰਦੀ ਗੈਦਰਿੰਗ ਜਦੋਂ ਵੀ ਗੈਦਰਿੰਗ ਹੁੰਦੀ ਹੈ ਨਾ ਉਹ ਵਧੀਆ ਹੁੰਦੀ ਹੈ ਤੇ ਬਹਿ ਕੇ ਗੱਲਬਾਤ ਕਰਨ ਵਾਲੀ ਗੈਦਰਿੰਗ ਹੁੰਦੀ ਹੈ ਪੁਆਇੰਟ ਪਹਿਲਾ ਇੱਕ ਉਹ ਇੱਕ ਵੱਡਾ ਸੋਰਸ ਆ ਇਨਫੋਰਮੇਸ਼ਨ ਦਾ ਹੂੰ ਹੂੰ ਫਿਰ ਦੂਜਾ ਮੈਂ ਪੌਡਕਾਸਟ ਬਹੁਤ ਸੁਣਦਾ ਆ ਜਾਂ ਜਿਹਦਾ ਜੋਰੋਗਨ ਪੌਡਕਾਸਟ ਹੋ ਗਿਆ ਉਹ ਨੰਬਰ 1 ਪੌਡਕਾਸਟ ਆ ਫਿਰ ਇੱਕ ਜਾਰਡਨ ਪੀਟਰਸਨ ਆ ਉਹਨੂੰ ਮੈਂ ਬਹੁਤ ਸੁਣਦਾ ਆ ਇਹ ਦੋ ਤਿੰਨ ਬੰਦੇ ਨੇ ਜਿੰਨਾ ਤੋਂ ਜੋ ਮੈਨੂੰ ਰੱਖਦੇ ਨੇ ਕਿ ਬਾਹਰ ਕੀ ਚੱਲਦਾ ਪਿਆ ਕਿਦਾਂ ਹੋਣਾ ਚਾਹੀਦਾ ਤੇ ਬਹੁਤ ਜ਼ਿਆਦਾ opinions ਕਿਸੇ ਵੀ ਚੀਜ਼ ਉੱਤੇ ਮੇਰੀਆਂ ਬਣੀਆਂ ਨਹੀਂ ਹੁੰਦੀਆਂ ਬਹੁਤ ਜ਼ਿਆਦਾ ਉਹਨਾਂ ਦੀਆਂ ਮੈਂ opinion ਸੁਣ ਕੇ ਮੈਨੂੰ ਜਿੱਦਾਂ ਨਾ ਕਈ ਕਈ ਚੀਜ਼ਾਂ ਤੁਹਾਨੂੰ ਪਤਾ ਹੁੰਦੀਆਂ ਬਟ ਜਿੰਨਾ ਚਿਰ ਕੋਈ ਦੱਸਦਾ ਨਹੀਂ ਤੁਸੀਂ ਐਕਸਪੋਜ਼ ਨਹੀਂ ਹੁੰਦੇ ਉਹਦੇ ਨਾਲੋਂ ਮਤਲਬ ਇੱਟ ਚੁੱਕਣ ਵਾਲਾ ਕੰਮ ਹੈ ਕਿ ਉਹ ਚੀਜ਼ ਉੱਥੇ ਹੀ ਸੀਗੀ ਪਰ ਕਿਸੇ ਨੇ ਆ ਕੇ ਇੱਟ ਚੁੱਕੀ ਨਾ ਫਿਰ ਅੱਛਾ ਅੱਛਾ ਇਦਾਂ ਵੀ ਹੁੰਦਾ ਹੈ ਹੂੰ ਠੀਕ ਹੈ ਤੇ ਫਿਰ ਆਡੀਓ ਬੁక్స్ ਮੈਂ ਕੋਸ਼ਿਸ਼ ਜ਼ਰੂਰ ਕਰਦਾ ਵਾਂ ਕਿਉਂਕਿ ਕਿਤਾਬ ਪੜਨ ਦਾ ਤੇ ਨਹੀਂ ਟਾਈਮ ਹੁਣ ਕਿਸੇ ਕੋ ਵੀ ਨਹੀਂ ਖਾਸ ਕਰ ਇੱਧਰ ਹੂੰ ਤੇ ਅਗਰ ਮੈਂ ਡਰਾਈਵ ਲੰਬੀ ਕਰਦਾ ਪਿਆ ਵਾਂ ਮੈਂ ਮੇਕ ਸ਼ੋਰ ਕਰਦਾ ਕਿ ਆਡੀਓ ਬੁੱਕ ਕੋਈ ਨਾ ਕੋਈ ਲੱਗੀ ਹੋਵੇ ਤੇ ਅਗਰ ਮੈਂ ਕਿਸੇ ਟਾਪਿਕ ਦੇ ਉੱਤੇ ਗੱਲ ਕਰਨੀ ਹੈ ਤੇ ਆਬਵੀਅਸਲੀ ਮੈਂ ਜਾਣਦਾ ਮੈਂ ਮੋਦੇ ਬਾਰੇ ਪੜਦਾ ਵਾਂ ਹੂੰ ਤੇ ਫਿਰ ਮੈਂ ਆਪਣੀ opinion ਫਾਰਮ ਕਰਦਾ ਵਾਂ ਹੂੰ ਤੇ ਜ਼ਿਆਦਾਤਰ ਇਦਾਂ ਹੀ ਹੈ ਕਿ ਮੇਰਾ ਜਿਹੜਾ ਸਰਕਲ ਆ ਕੋਈ ਕਦੀ ਕਦੀ ਕੰਪੀਟੀਸ਼ਨ ਵਾਲੀ ਗੱਲ ਹੋ ਜਾਂਦੀ ਨੇ ਕਿ ਯਾਰ ਉਹ ਬੰਦੇ ਨੂੰ ਇੰਨਾ ਕਿੱਦਾਂ ਪਤਾ ਮੈਨੂੰ ਕਿਉਂ ਨਹੀਂ ਪਤਾ ਔਫਰ ਤੁਸੀਂ ਚਾਰ ਬੰਨੇ ਬੈਠੇ ਤੁਹਾਨੂੰ ਕੋਈ ਗੱਲ ਹੀ ਨਾ ਆਵੇ ਉਹ ਫਿਰ ਮੈਨੂੰ ਮੈਂ ਸ਼ੁਰੂ ਸ਼ੁਰੂ ਜਿਹਾ ਬੜਾ ਏਮਬੈਰਸ ਫੀਲ ਕਰਦਾ ਹੁੰਦਾ ਸੀ ਨਾ ਜਦੋਂ ਮੈਂ ਯੂਨੀਥੇ ਸ਼ੁਰੂ ਕੀਤੀ ਮੇਰੇ ਨਾਲ ਦੇ ਦਿੱਲੀ ਦੇ ਸੀਗੇ ਸਾਰੇ ਮੁੰਡੇ ਤੇ ਮੈਂ ਇਹ ਸਾਲ ਤੇ ਚੁੱਪ ਹੀ ਰਿਹਾ ਮੈਂ ਕਿਹਾ ਮੈਨੂੰ ਤੇ ਪਤਾ ਹੀ ਨਹੀਂ ਜਿੱਥੋਂ ਇਹ ਗੱਲਾਂ ਕਰਦੇ ਆ ਐਂਡ نو ਆਈਡੀਆ ਮੈਂ ਹੁਣ ਪਿੰਡ ਚੋਂ ਆਉਣਾ ਤੇ ਕੁਝ ਬੋਲਣਾ ਨਹੀਂ ਤੇ ਉਹਨਾਂ ਨੇ ਜਿੱਦਾਂ ਦੀਆਂ ਗੱਲਾਂ ਕਰਨੀਆਂ ਦਿੱਲੀ ਆਲਿਆਂ ਨੇ ਜਿੱਥੇ ਆਪਣੀ ਸੋਚ ਨਹੀਂ ਸ਼ੁਰੂ ਉਹਨਾਂ ਦੀ ਸ਼ੁਰੂ ਆਪਣੀ ਖਤਮ ਉਹਨਾਂ ਦੀ ਸ਼ੁਰੂ ਤੇ ਸਾਲ ਤੇ ਮੈਂ ਕਹਿੰਦਾ ਠੀਕ ਆ ਮੈਂ ਹਾਂਜੀ ਹਾਂਜੀ ਕਰਕੇ ਹਾਂਜੀ ਹਾਂਜੀ ਕਰਕੇ ਕੱਢਿਆ ਸਾਰਾ ਫਿਰ ਮੈਨਰੇ ਨਹੀਂ ਯਾਰ ਅਗਰ ਇੰਨਾ ਜਿ ਵਿਚਰਨਾ ਆ ਇਹਨਾਂ ਨੂੰ ਸੁਣੋ ਵੀ ਤੇ ਆਪ ਦੇ ਕੁਝ ਵੀ ਕੁਝ ਹੋਣਾ ਚਾਹੀਦਾ ਆ ਹੂੰ ਤੇ ਅਗਰ ਤੁਹਾਡੀ ਕੰਪਨੀ ਵਧੀਆ ਆ ਹੂੰ ਇਨਫੋਰਮੇਸ਼ਨ ਆਟੋਮੈਟਿਕਲੀ ਅਡੇਗਾਊਗੀ ਉਹਨਾਂ ਨਾਲ ਗੱਲਬਾਤ ਕਰਕੇ ਹੂੰ ਠੀਕ ਹੈ ਤੁਹਾਨੂੰ ਜ਼ਿਆਦਾ ਫੋਕਸ ਕਰਨ ਦੀ ਵੀ ਲੋੜ ਨਹੀਂ ਯਾਰ ਮੈਂ ਆ ਵੀ ਪੜਨਾਲ ਆ ਵੀ ਪੜਨਾਲ ਤੁਹਾਡੇ ਫਰੈਂਡਸ ਹੀ ਬਹੁਤ ਵਧੀਆ ਇੱਕ ਮੀਡੀਅਮ ਆ ਤੁਹਾਡਾ ਫਰੈਂਡ ਸਰਕਲ ਜਾਂ ਤੁਹਾਡੇ ਕੋਲੀਗਸ ਹੋਗੇ ਉਹ ਬਹੁਤ ਵਧੀਆ ਮੀਡੀਅਮ ਆ ਕੋਈ ਤੁਹਾਨੂੰ ਇਨਫੋਰਮੇਸ਼ਨ ਦੇਣ ਵਾਸਤੇ ਸਹੀ ਗੱਲ ਆ ਇਹ ਬਹੁਤ ਹੀ ਇੰਪੋਰਟੈਂਟ ਚੀਜ਼ ਆ ਯਾ ਬਹੁਤ ਇੰਪੋਰਟੈਂਟ ਚੀਜ਼ ਆ ਕਿਉਂਕਿ ਮੈਂ ਨਾ ਕਈ ਵਾਰੀ ਕੁਝ ਇਹ ਗਲਤ ਨਹੀਂ ਹੈਗਾ ਕੁਝ ਮੈਨੂੰ ਲੱਗਦਾ ਨੇਚਰ ਦੇ ਵਿੱਚ ਹੀ ਚੇਂਜ ਹੋਣਾ ਚਾਹੀਦਾ ਜੇ ਪਾਣੀ ਵੀ ਕਹਿੰਦੇ ਖੜਾ ਤਾਂ ਪੌਸ਼ਕਮਾਨ ਲੱਗ ਜਾਂਦਾ ਬੰਦੇ ਨੂੰ ਹਾਰਡ ਟਾਈਮ ਚੇਂਜ ਕਰਦੇ ਰਹਿਣਾ ਆਪਣੇ ਆਪ ਨੂੰ ਅਪਡੇਟ ਕਰਦੇ ਰਹਿਣਾ ਚਾਹੀਦਾ ਵੀ ਕਈ ਵਾਰ ਕੁਝ ਬੰਦਿਆਂ ਦਾ ਇਦਾਂ ਹੁੰਦਾ ਵੀ ਕਿਸੇ ਸਪੈਸੀਫਿਕ ਚੀਜ਼ ਬਾਰੇ ਜਾਂ ਕਿਸੇ ਸਪੈਸੀਫਿਕ ਬੰਦੇ ਬਾਰੇ ਉਹਨਾਂ ਦੀ ਮੈਂਟੈਲਿਟੀ ਫਿਕਸ ਹੋ ਜਾਂਦੀ ਆ ਵੀ ਇਹ ਕੀ ਪਤਾ ਇਦਾਂ ਦਾ ਹੀ ਹੋਊਗਾ ਪਰ ਮੈਨੂੰ ਇਹ ਲੱਗਦਾ ਵੀ ਇਹ ਸਾਹਮਣੇ ਵਾਲੇ ਬੰਦੇ ਤੇ ਨਹੀਂ ਹੁੰਦਾ ਇਹ ਬੰਦੇ ਦੇ ਆਪਣੇ ਤੇ ਹੁੰਦਾ ਵੀ ਉਹਨੂੰ ਕੀ ਲੱਗਦਾ ਹੁਣ ਅੱਜ ਮੈਂ ਗੱਲ ਕਰ ਰਿਹਾ ਆ ਆਪਾਂ ਇਹਨਾਂ ਚੀਜ਼ਾਂ ਬਾਰੇ ਗੱਲ ਕਰ ਰਹੇ ਆਂ ਅੱਜ ਤੋਂ 2-4 ਸਾਲ ਬਾਅਦ ਜਾਂ 5 ਸਾਲ ਬਾਅਦ ਕੀ ਪਤਾ ਆਪਾਂ ਕਿਸੇ ਹੋਰ ਟੌਪਿਕ ਦੇ ਗੱਲ ਕਰੀਏ ਤੇ ਉਹ ਸਾਹਮਣੇ ਵਾਲੇ ਨੂੰ ਪਸੰਦ ਆ ਜਾਵੇ ਜੇ ਆਪਾਂ ਆਨਲਾਈਨ ਵੀ ਉਹਦੀ ਵੀ ਗੱਲ ਕਰਦੇ ਆਂ ਦੋਸਤਾਂ ਦੀ ਵੀ ਗੱਲ ਕਰਦੇ ਆਂ ਹਰੇਕ ਬੰਦੇ ਦੀ ਗੱਲ ਕਰਦੇ ਆਂ ਵੀ ਆਪਣੇ ਆਪ ਨੂੰ ਅਪਡੇਟ ਕਰਦੇ ਰਹਿਣਾ ਪੈਣਾ ਤੁਹਾਨੂੰ ਕਿਉਂਕਿ ਚੀਜ਼ਾਂ ਬਹੁਤ ਛੇਤੀ ਬਹੁਤ ਜ਼ਿਆਦਾ ਬਦਲ ਰਹੀਆਂ ਨੇ ਤੇ ਅੱਜ ਦੇ ਟਾਈਮ ਦੇ ਵਿੱਚ ਇਨਫੋਰਮੇਸ਼ਨ ਇਸ ਦਾ ਮਤਲਬ ਸਭ ਤੋਂ ਇੰਪੋਰਟੈਂਟ ਆ ਜਿਹੜੇ ਬੰਦੇ ਚਾਹੇ ਉਹ ਓਪੀਨੀਅਨ ਚੇਂਜ ਕਰਨਾ ਕੋਈ ਵੀ ਜਦੋਂ ਤੁਹਾਡੀ ਓਪੀਨੀਅਨ ਫਾਰਮ ਹੋ ਜਾਂਦੀ ਹੈ ਨਾ ਠੀਕ ਹੈ ਤੁਹਾਡੀ ਨੌਲੇਜ ਹੈ ਤੁਸੀਂ ਆਪਣੀ ਓਪੀਨੀਅਨ ਫਾਰਮ ਕਰ ਲਈ ਤੇ ਕਦੇ ਵੀ ਓਪੀਨੀਅਨ ਤੁਹਾਡੀ ਰਿਜਿਡ ਨਹੀਂ ਰਹਿਣੀ ਚਾਹੀਦੀ ਹੂੰ ਉਹ ਹਮੇਸ਼ਾ ਚੇਂਜ ਹੋਣ ਦੀ ਰਣੀ ਚਾਹੀਦੀ ਹੈ ਜਿੱਦਾਂ ਇਹਦਾ ਤੁਹਾਡੇ ਨੌਲੇਜ ਦੇ ਵਿੱਚ ਵਾਧਾ ਹੁੰਦਾ ਨਾ ਉਹ ਹਮੇਸ਼ਾ ਚੇਂਜ ਹੋਏਗੀ ਆਪਣੀ ਬਾਇਓਲੋਜੀ ਪ੍ਰੋਬਲੀ 50 ਸਾਲ ਪਹਿਲਾਂ ਕੁਝ ਬਿਮਾਰੀਆਂ ਦੇ ਇਲਾਜ ਨਹੀਂ ਸੀਗੇ ਆਪਾਂ ਕਹਿ ਸਕਦੇ ਕਿ ਯਾਰ ਇਹ ਬਿਮਾਰੀ ਦਾ ਇਲਾਜ ਨਹੀਂ ਉਹ ਤੁਹਾਡੀ opinion ਬਣ ਗਈ ਕੈਂਸਰ ਨਹੀਂ ਯਾਰ ਹਟਣਾ ਹੂੰ ਹੂੰ ਹੁਣ ਪ੍ਰੋਬਲੀ 50 ਸਾਲ ਬਾਅਦ ਆਪਾਂ ਕਹਿ ਸਕਦੇ ਹਾਂ ਹਾਂ ਯਾਰ ਹਟ ਸਕਦਾ ਕਿਉਂਕਿ ਨੌਲੇਜ ਦੇ ਵਿੱਚ ਵਾਧਾ ਹੋ ਗਿਆ ਹੂੰ ਠੀਕ ਹੈ ਸਾਇੰਸ ਦੇ ਵਿੱਚ ਵੀ ਇਦਾਂ ਹੀ ਸੀਗਾ ਕਿਸੇ ਟਾਈਮ ਆਪ ਮੰਨਦੇ ਹੁੰਦੇ ਸੀ ਕਿ ਯਾਰ ਐਟਮ ਤੋਂ ਛੋਟਾ ਕੋਈ ਪਾਰਟੀਕਲ ਹੈ ਨਹੀਂ ਹੁਣ ਆਪਾਂ ਕਹਿੰਦੇ ਆ ਆਟਮ ਦੇ ਅੰਦਰ ਵੀ ਹੁੰਦੇ ਇਲੈਕਟ੍ਰੋਨਸ ਠੀਕ ਹੈ ਪ੍ਰੋਟੋਨਸ ਹੋ ਗਏ ਠੀਕ ਹੈ ਉਹਦੇ ਅੰਦਰ ਵੀ ਬਹੁਤ ਚੀਜ਼ਾਂ ਨੇ ਉਹ ਨੌਲੇਜ ਦੇ ਵਿੱਚ ਵਾਧਾ ਹੋ ਗਿਆ ਐਦਾਂ ਹੀ ਜਦੋਂ ਕੋਈ ਬੰਦਾ ਖੜ ਜਾਂਦਾ ਨਾ ਕਿ ਓਪੀਨੀਅਨ ਦੇ ਕਿ ਐਦਾਂ ਹੀ ਆ ਸਹੀ ਗੱਲ ਆ ਉਹ ਬੰਦਾ ਲੌਂਗ ਟਰਮ 'ਚ ਮਰਦਾ ਹੂੰ ਸਹੀ ਆ ਠੀਕ ਹੈ ਹੁਣ ਮੈਡੀਸਨ ਫੀਲਡ ਦੇ ਵਿੱਚ ਉਹ ਵਿਚਾਰਾ ਉੱਥੇ ਫਸ ਰਹਿ ਜਾਂਦਾ ਹਾਂ ਤੇ ਹੁਣ ਆਪਣੇ ਜਿਹੜੇ ਪਿੰਡ ਆ ਪਿੰਡ ਜਿਹੜੇ ਪੋਲਿਟਿਕਸ ਨੇ ਨਾ ਉਹ ਐਦਾਂ ਹੀ ਮਰਦੇ ਆ ਹੂੰ ਪਾਰਟੀ ਬਾਜੀ ਅਸੀਂ ਕਾਂਗਰਸੀਆਂ ਤੇ ਅਹੀ ਹੈਗੇ ਆ ਅਕਾਲੀ ਸਹੀ ਗੱਲ ਹੈ ਅਹੀ ਨਹੀਂ ਉਹ ਚੇਂਜ ਹੋਣਾ ਜੇ ਹੋ ਗਏ ਤਾਂ ਸਾਡੀ ਇੱਜ਼ਤ ਆ ਇਹ ਬੰਦਾ ਤੇ ਬਦਲੂ ਬਹੁਤ ਆ ਮੈਂ ਕਹਿੰਦਾ ਨਹੀਂ ਯਾਰ ਤੁਸੀਂ ਆਪਣੇ ਪਿੰਡ ਦਾ ਫਾਇਦਾ ਕਿਉਂ ਨਹੀਂ ਦੇਖਦੇ ਕਿ ਤੁਹਾਡੀ ਈਗੋ ਇੰਨੀ ਕਾਦੋਂ ਤਗੜੀ ਹੋ ਗਈ ਹੈ ਕਿ ਤੁਸੀਂ ਆਪਣਾ ਪਿੰਡ ਦਾ ਨੁਕਸਾਨ ਘਰਾ ਲੈਨੇ ਆ ਜਿਹੜੇ ਲੋਕਲ ਸਮਾਲ ਪੋਲਿਟਿਕਸ ਵਾਲੇ ਜਿਵੇਂ ਜੋ ਪੰਚ ਸਰਪੰਚ ਨਾ ਇਹਨਾਂ ਦਾ ਲੱਗ حساب ਹੁੰਦਾ ਇਹਨਾਂ ਨੂੰ ਪਾਰਟੀ ਪੂਟੀ ਚੇਂਜ ਕਰਦੇ ਤੇ ਟਿੱਚਰਾਂ ਬਹੁਤ ਹੁੰਦੀਆਂ ਨੇ ਇਹ ਨਾਟ ਓਨਲੀ ਇੱਕ ਚੀਜ਼ ਆ ਦੇਖੋ ਜਿਹੜਾ ਤਾਂ ਤਕੜਾ ਬੰਦਾ ਹੈ ਇਹ ਜਿਹੜੀ ਪੋਲਿਟਿਕਸ ਵਗੈਰਾ ਹੈਗੀ ਆ ਨਾ ਇਹ ਮਾੜੇ ਬੰਦੇ ਦਾ ਕੰਮ ਨਹੀਂ ਜਾਂ ਤਾਂ ਦੇ ਇਹ ਇੱਥੇ ਮਤਲਬ ਇਹ ਫੀਲਡ ਦੇ ਵਿੱਚ ਮੀਡੀਓਕਰ ਕੁਝ ਨਹੀਂ ਚੱਲਦਾ ਜਾਂ ਤਾਂ ਤੁਸੀਂ ਬੰਦਾ ਉਹਦੇ ਕੋਲ ਪੈਸੇ ਨਾ ਹੋਣ ਉਹਦੇ ਕੋਲ ਸਕਿੱਲ ਹੋਵੇ ਠੀਕ ਆ ਉਹ ਚੀਜ਼ਾਂ ਬਿਲਡ ਕਰ ਲੰਦਾ ਉਹਨੂੰ ਬੋਲਣਾ ਆਉਂਦਾ ਹੋਵੇ ਉਹਨੂੰ ਲੋਕਾਂ ਨੂੰ ਲੋਕਾਂ ਨੂੰ ਆਪਣੇ ਨਾਲ ਕਿਵੇਂ ਜੋੜਨਾ ਉਹਨੂੰ ਆਉਂਦਾ ਆਉਂਦਾ ਹੋਵੇ ਜਾਂ ਅਦਰ ਸਾਈਡ ਤੁਸੀਂ ਤੁਹਾਡੇ ਕੋਲ ਪੈਸਾ ਬਹੁਤ ਹੋਵੇ ਜਿਹੜਾ ਪੰਜਾਬ ਦੇ ਵਿੱਚ ਜਿਹੜੇ ਕਰੰਟ ਜਿੰਨੇ ਪੋਲਿਟਿਕਸ ਵਾਲੇ ਲੀਡਰ ਹੈਗੇ ਆ ਉਹਨਾਂ ਉਹਨਾਂ ਕੋਲ ਇੱਕ ਨਾ ਇੱਕ ਸਟਰੋਂਗ ਚੀਜ਼ ਹੈਗੀ ਆ ਜਾਂ ਤਾਂ ਉਹਨਾਂ ਕੋਲ ਪੈਸਾ ਹੈਗਾ ਤੇ ਜਾਂ ਉਹਨਾਂ ਕੋਲ ਸਕਿੱਲ ਹੈਗੇ ਆ ਠੀਕ ਆ ਜਿਹਦੇ ਵਿੱਚ ਵਿਚਾਲੇ ਵਾਲੇ ਬੰਦੇ ਨੇ ਉਹ ਫਿਰ ਉਹ ਉਹ ਵਰਕ ਨਹੀਂ ਹੁੰਦਾ ਤੇ ਕੰਮ ਨਹੀਂ ਕਰਦਾ ਤੇ ਹੁਣ ਜਿਹਦੇ ਕੋਲ ਕੋਈ ਸਟਰੋਂਗ ਸਕਿੱਲ ਹੈਗਾ ਉਹਨੇ ਚਾਹੇ ਐਮਐਲਏ ਚਾਹੇ ਐਮਪੀ ਉਹਨੇ ਕਿਸੇ ਨਾ ਕਿਸੇ ਜਰੀਏ ਹੱਥ ਕੰਡਾ ਵਰਤ ਕੇ ਉਹਨੇ ਪਾਵਰ 'ਚ ਆ ਜਾਣਾ ਅੱਜ ਆਜੇ ਕੱਲ ਆਜੇ ਉਹਦੇ ਕੋਲ ਰਿਸੋਰਸਸ ਹੈਗੇ ਆ ਉਹਨੇ ਆ ਜਾਣਾ ਹੁਣ ਜਿਹੜਾ ਸਰਪੰਚ ਵਿਚਾਰਾ ਪਾਰਟੀ ਬਦਲ ਕੇ ਗਿਆ ਉਹ ਉਹ ਉਹਦੇ ਉੱਤੇ ਜਦੋਂ ਉਹਨੇ ਕੰਮ ਕਰਾਉਣਾ ਜਾਂ ਉਹਨੇ ਉਸੇ ਬੰਦੇ ਕੋਲ ਜਾਣਾ ਵੀ ਆ ਮੇਰਾ ਸਾਬਜੀ ਮੇਰਾ ਕੰਮ ਕਰਦੇਓ ਉਥੇ ਟੀਚਰਾਂ ਬਹੁਤ ਹੁੰਦੀਆਂ ਨੇ ਉੱਤੇ ਵਾਲੇ ਬੰਦੇ ਜੋ ਮਰਜ਼ੀ ਕਰਨ ਜਿਹੜੇ ਲੋ ਲੈਵਲ ਵਾਲੇ ਬੰਦੇ ਨੇ ਅਕੋਰਡਿੰਗ ਟੂ ਪੋਲਿਟਿਕਸ ਉਹੋ ਚੇਂਜ ਨਹੀਂ ਕਰ ਸਕਦੇ ਉਹਨਾਂ ਤੇ ਉਹਨਾਂ ਨੂੰ ਆਪਣੇ ਆਪ ਤੇ ਇੱਕ ਫਿਕਸ ਲੈਵਲ ਰੱਖਣਾ ਹੀ ਪੈਣਾ ਕਿਉਂਕਿ ਕਦੇ ਨਾ ਕਦੇ ਕਿਸ ਅਜਨੀ ਦਾ 5 ਸਾਲ ਬਾਅਦ ਕਦੇ ਤਾਂ ਉਹ ਸਰਕਾਰ ਦੀ ਵਾਰੀ ਆਊਗੀ ਜਿਹਦੀ ਮਾੜੀ ਮੋਟੀ ਸਪੋਰਟ ਕਰਦੇ ਆ ਤੇ ਕੀ ਪਤਾ ਉਹਨਾਂ ਨੂੰ ਥੋੜਾ ਬੋਤਾਂ ਉਹਨਾਂ ਨੂੰ ਕੁਝ ਮਿਲ ਜੇ ਇਹ ਟਾਕ ਦੇ ਵੋਟਰ ਵੋਟ ਹੈ ਹਾਂ ਜੀ ਹਾਂ ਜੀ ਹਾਂ ਜੀ ਨਹੀਂ ਸਹੀ 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 ਗੱਲ ਤੁਸੀਂ ਕਿ ਹਾਂ ਕਿਤੇ ਨਾ ਕਿਤੇ ਹੈ ਬਟ ਮੈਂ ਅਗਰ ਉਤੋਂ ਵੀ ਥੱਲੇ ਆਵਾਂ ਜੇ ਪਿੰਡ ਦੇ ਆਮ ਇਨਸਾਨ ਆਪਾਂ ਕਹਿ ਲਈਏ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਜਿੰਨੇ ਕੁਝ ਬਣਨਾ ਨਹੀਂ ਆ ਜਿੰਨੇ ਸਿਰਫ ਵੋਟਾਂ ਪਾਉਣੀਆਂ ਹੂੰ ਉਹ ਵੀ ਕਦੇ-ਕਦੇ ਇਨੇ ਰਿਜੀਡ ਹੋ ਜਾਂਦੇ ਆ ਆਪਣੇ ਸਟਾਂਸ ਤੇ ਜਿੱਦਾਂ ਮੈਂ ਆਪਣੀ ਦਾਦੀ ਦੀ ਗੱਲ ਕਰਦਾ ਹੁੰਨਾ ਉਹ 100 ਸਾਲ ਦੇ ਸੀ 100 ਸਾਲ ਤੋਂ ਉੱਪਰ ਹੀ ਸੀਗੇ ਜਦੋਂ ਪੂਰੇ ਹੋਏ ਤੇ ਉਹਨਾਂ ਨੂੰ ਮੈਂ ਪੁੱਛਦਾ ਹੁੰਦਾ ਸੀ ਕਿ ਬੀਬੀ ਕਿਹਨੂੰ ਵੋਟ ਪਾਉਣੀ ਹੈ ਉਹਨਾਂ ਦਾ ਹੁੰਦਾ ਸੀ ਕਿ ਮੈਂ ਧਰਮ ਨੂੰ ਵੋਟ ਪਾਣੀ ਪੰਥ ਨੂੰ ਪਾਉਣੀ ਹੈ ਹਾਂ ਪਾਉਣੀ ਕਿਨੂੰ ਅਕਾਲੀ ਦਲ ਨੂੰ ਕਿਉਂਕਿ ਉਹ ਇੱਕ ਪ੍ਰੋਗਰਾਮਿੰਗ ਇਦਾਂ ਦੀ ਕਰ ਦਿੱਤੀ ਗਈ ਸੀ ਹੂੰ ਕਿ ਵੱਡੇ ਐਲਡਰ ਜਿਹੜੇ ਲੋਕ ਸੀ ਉਹਨਾਂ ਲਈ ਡਿਫਰੈਂਸ਼ੀਏਟ ਕਰਨਾ ਕਿ ਪੋਲਿਟਿਕਸ ਤੇ ਧਰਮ ਉਹਨਾਂ ਲਈ بڑا ਔਖਾ ਹੋ ਗਿਆ ਸੀ ਉਹ ਕੰਡੀਸ਼ਨਿੰਗ ਇਦਾਂ ਦੀ ਹੋ ਜਾਂਦੀ ਨਾ ਉੱਥੇ ਵੀ ਨੌਲੇਜ ਦੇ ਵਿੱਚ ਆਪਾਂ ਗੈਪ ਕਹਿ ਲਈ ਕਿ ਪੋਲਿਟਿਕਸ ਕਿੱਦਾਂ ਕੰਮ ਕਰਦੀ ਉਹਨਾਂ ਲਈ ਇਹੀ ਸੀ ਕਿ ਧਰਮ ਉਹਨੂੰ ਹੀ ਵੋਟ ਪਾਉਣੀ ਆ ਹਾਂਜੀ ਸੌਰੀ ਇਹਨਾਂ ਦਾ ਸੰਘਰਸ਼ ਵੀ ਹੈਗਾ ਨਾ ਇਹਨਾਂ ਦਾ ਸੰਘਰਸ਼ ਵੀ ਸੀਗਾ ਨਾ ਅਕਾਲੀ ਦਲ ਇਹਨਾਂ ਨੇ ਚਲੋ ਹੁਣ ਆਪਾਂ ਕੀ ਨਾਂਉ ਲੈਣਾ ਇਹ ਬਾਅਦ ਵਾਲੀ ਜਨਰੇਸ਼ਨਸ ਨੇ ਨਾ ਇਹਨਾਂ ਨੇ ਇਹਨਾਂ ਦਾ ਸਿਸਟਮ ਜਾ ਗੜਬੜ ਕਰਤਾ ਪਰ ਅਕਾਲੀ ਦਲ ਦਾ ਜਿਹੜਾ ਜਿਹੜਾ ਬੇਸ ਸੀਗਾ ਇਤੋਂ ਇਹ ਸ਼ੁਰੂ ਹੋਇਆ ਉਹ ਉਹਨਾਂ ਦਾ ਸੈਕਰੀਫਾਈਸ ਸੀਗਾ ਉਹਨਾਂ ਨੇ ਮਤਲਬ ਆ ਉਹਨਾਂ ਦਾ ਕਹਿੰਦੇ ਝੋਲਾ ਟੰਗੇ ਹੀ ਹੁੰਦਾ ਸੀਗਾ ਕਿੱਲੀ ਤੇ ਵੀ ਜਦੋਂ ਵੀ ਜਦੋਂ ਜੇ ਪੁਲਿਸ ਆ ਗਈ ਜਾਂ ਕੁਝ ਵੀ ਆ ਗਈ ਬਸ ਝੋਲਾ ਚੱਕ ਕੇ ਤੇ ਉਹਨਾਂ ਨੇ ਤੁਰੇ ਹੀ ਰਹਿੰਦੇ ਸੀਗੇ ਉਹ ਉਹ ਕਰੇ ਨਹੀਂ ਜੀਂਦੇ ਉਹਨਾਂ ਦਾ ਸੈਕਰੀਫਾਈਸ ਸੀਗਾ ਤੇ ਹੁਣ ਥੋੜਾ ਜਿਹਾ ਸਿਸਟਮ ਗੜਬੜ ਕਰਤਾ ਮਤਲਬ ਇਹਨਾਂ ਨੇ ਬਾਅਦ ਵਾਲਿਆਂ ਨੇ ਪਰ ਇਹ ਇਹ ਵੱਡਾ ਸੈਕਰੀਫਾਈਸ ਸੀਗਾ ਤੇ ਦੂਜੀ ਗੱਲ ਨਿਊਜ਼ੀਲੈਂਡ ਦੇ ਵਿੱਚ ਹਾਲਾਤ ਕਿਦਾਂ ਦੇ ਨੇ ਵੀ ਹੁਣ ਇੱਥੇ ਜੇ ਕਿਸੇ ਨੇ ਨਿਊਜ਼ੀਲੈਂਡ ਮੂਵ ਕਰਨਾ ਜਾਂ ਕੋਈ ਪੜ੍ਹਨ ਆ ਰਿਹਾ ਹੁਣ ਤੀਜੀਆਂ ਥੋੜੀਆਂ ਜਿਹਾ ਰਿਲੈਕਸ ਨੇ ਵੀਜੇ-ਬੂਜੇ ਥੋੜੇ ਬਹੁਤ ਲੱਗ ਜਾਂਦੇ ਨੇ ਕੰਮ-ਕੁਮ ਕਿਵੇਂ ਮਿਲਦਾ ਥੋੜਾ ਜਿਹਾ ਇਹਦੇ ਬਾਰੇ ਦੱਸੋ ਤੇ ਤੁਸੀਂ ਮਤਲਬ ਤੁਸੀਂ ਮੇਨ ਆਕਲੈਂਡ ਤੋਂ ਹੀ ਆ ਹਾਂਜੀ ਮੈਂ ਮੇ ਖਾਸ ਆਕਲੈਂਡ ਦੇ ਵਿੱਚ ਹੀ ਆ ਤੇ ਨਿਊਜ਼ੀਲੈਂਡ ਦਾ ਮਾਹੌਲ ਇਸ ਟਾਈਮ ਮੈਂ ਕਹਿ ਦਵਾਂ ਬਹੁਤ ਵਧੀਆ ਹੈ ਲੇਬਰ ਦੀ ਸ਼ੋਰਟੇਜ ਆ ਬਹੁਤ ਜ਼ਿਆਦਾ ਤੇ ਲੇਬਰ ਨੂੰ ਤੇ ਪੈਂਦੇ ਆ ਭੱਜ ਕੇ ਜੀ ਕਿ ਸਟੂਡੈਂਟ ਆਏ ਨਹੀਂ ਵਾਵਾ ਸਾਲਾਂ ਤੋਂ ਤੇ ਹੁਣ ਵੀਜ਼ੇ ਲੱਗਣੇ ਸ਼ੁਰੂ ਹੋ ਗਏ ਬਟ ਫਿਰ ਵੀ ਕਾਫੀ ਸਟ੍ਰਿਕਟ ਹੈ ਕੁਝ ਦਿਨ ਪਹਿਲਾਂ ਦੀ ਗੱਲ ਹੈ ਕਿ ਇੱਕ ਜਿਹੜਾ ਨਾਲ ਰਹਿੰਦੇ ਆ ਮੇਰੇ ਨਾਲ ਉਹਨਾਂ ਦੇ ਦੋਸਤ ਨੇ ਆਉਣਾ ਸੀਗਾ ਹੂੰ ਹੂੰ ਤੇ ਉਹ 에ਰਪੋਰਟ ਤੇ ਪਹੁੰਚਿਆ ਤੇ ਉਹਨਾਂ ਨੇ 에ਰਪੋਰਟ ਤੇ ਪੁੱਛਿਆ ਕਿ ਤੀ ਦੀ ਪਹਿਲਾਂ ਰਿਫਿਊਜ਼ ਲੱਗੀ ਹੈ ਕੀ ਤੁਹਾਨੂੰ ਹੂੰ ਤੇ ਉਹ ਕਹਿੰਦਾ ਨਹੀਂ ਕਹਿੰਦੇ ਜੀ ਨਹੀਂ ਲੱਗੀ ਤੇ ਉਹ ਕਹਿੰਦੇ ਵੀ ਤੈਨੂੰ ਫੇਰ ਪੁੱਛਦੇ ਆ ਰਿਫਿਊਜ਼ ਲੱਗੀ ਹੈ ਕਿ ਨਹੀਂ ਲੱਗੀ ਫੇਲੋ ਕਿੰਨੇ ਦਿਨ ਲਈ ਕਿ ਉਹ ਕਿਹਦੇ ਲਾਸਟ ਨਹੀਂ ਪੁੱਛਿਆ ਲੱਗਾ ਵੈ ਰਿਫਿਊਜ਼ਲ ਲੱਗੀ ਆ ਕਿ ਨਹੀਂ ਲੱਗੀ ਹਾਂ ਕਿਹਦੇ ਨਹੀਂ ਲੱਗੀ ਕਿਹਦੇ ਪੁੱਤਰਾ ਤੇਰੇ ਰਿਕਾਰਡ ਤੇ ਆ ਕਿ ਲੱਗੀ ਆ ਚੱਲ ਮੁੜ ਜਾ ਵਾਪਸ ਓਅਰਬੋਰਡ ਦੇ ਮੋੜ ਦਾ ਮਤਲਬ ਰਿਫਿਊਜ਼ਲ ਕੈਨੇਡਾ ਸੀ ਕਿ ਕਿਹਦੇ ਹੋਰ ਕੰਟਰੀ ਪਤਾ ਨਹੀਂ ਕਿਹੜੇ ਮੁਲਕ ਦੀ ਸੀਗੀ ਬਟ ਆਈ ਥਿੰਕ ਹੁਣ ਇੰਟਰਨੈਟ ਕਰਕੇ ਨਾ ਸ਼ਾਇਦ ਦੂਜੀਆਂ ਕੰਟਰੀਆਂ ਸ਼ੇਅਰ ਕਰਦੀਆਂ ਨੇ ਡੇਟਾ ਆਪਣਾ ਇਨਫੋਰਮੇਸ਼ਨ ਪਹਿਲੋਂ ਚੱਲ ਜਾਂਦਾ ਹੁੰਦਾ ਹੀ ਕੰਮ ਹਾਂ ਹਾਂ ਪਹਿਲੋਂ ਚੱਲ ਜਾਂਦਾ ਹੁੰਦਾ ਹੀ ਕੰਮ ਕਿ ਮੈਂ ਨਹੀਂ ਦੱਸਿਆ ਕਿ ਰਿਫਿਊਜ਼ਨ ਨਹੀਂ ਲੱਗੀ ਮੈਂ ਦੱਸਣਾ ਹੀ ਨਹੀਂ ਪਰ ਉਹਨਾਂ ਡਿclare ਕਰਨਾ ਪੈਂਦਾ ਇਸ ਫਰਾਡ ਦੇ ਮਾਮਲੇ 'ਚ ਉਹ ਨਿਊਜ਼ੀਲੈਂਡ ਕਾਫੀ ਸਟ੍ਰਿਕਟ ਹੈ ਬਟ ਹੁਣ ਬੱਚੇ ਆ ਰਹੇ ਨੇ ਤੇ ਜਿਹੜਾ ਬੱਚੇ ਆਉਂਦੇ ਨੇ ਹੁਣ ਇੱਕ ਹੋਰ ਮੁੰਡਾ ਸਾਡਾ ਰਿੰਦ ਨਵਾਂ ਨਵਾਂ ਹੀ ਆਇਆ ਉਹਨੂੰ ਕਰਦਾ ਦੋ ਜੋਬਾਂ ਇਸ ਟਾਈਮ ਬਟ ਆਈ ਥਿੰਕ ਉਹ 13-14 ਹਫ਼ਤੇ ਦੇ ਕਮਾ ਰਿਆ ਪੈਸੇ ਉਹ ਸਹੀ ਹੈ 13-1400 ਡਾਲਰ ਹਮ 80 ਡਾਲਰ 80 ਘੰਟੇ ਕੰਮ ਕਰਦਾ ਪਿਆ ਤੇ ਲੇਬਰ ਨੂੰ ਹਾਂ ਠੀਕ ਹੈ 인ਫਲੇਸ਼ਨ ਕਰਕੇ ਜਿਹੜੇ ਮੈਨੇਜਮੈਂਟ ਰੋਲ ਨੇ ਥੋੜੇ ਜੇ ਉਹ ਸਫਰ ਕਰਦੇ ਪਏ ਨੇ ਕਿਉਂਕਿ ਉਹ ਜਿਹੜੀਆਂ ਜੌਬਾਂ ਮੈਨੇਜਮੈਂਟ ਵਾਲੀਆਂ ਜਾਂ ਤਗੜੀ ਕੰਪਨੀਆਂ ਬਾਹਰੋਂ ਇੰਪੋਰਟ ਹੁਣ ਕਾਫੀ ਕਰਨ ਲੱਗ ਪਏ ਚਾਈਨਾ ਸਸਤਾ ਪੈਂਦਾ ਪਰ ਜਿਹੜੇ ਬੇਸਿਕ ਜੌਬਸ ਨੇ ਐਂਟਰੀ ਲੈਵਲ ਜੌਬਸ ਨੇ ਉੱਤੇ ਤੇ ਬਹੁਤ ਜ਼ਿਆਦਾ ਲੇਬਰ ਦੀ ਸ਼ਾਰਟੇਜ ਹੈ ਹੂੰ ਸਹੀ ਗੱਲ ਹੈ ਕਿ ਹੁਣ ਮਿਨੀਮਮ ਵੀ ਆਈ ਥਿੰਕ ਚੱਕਤਾ ਇਹਨਾਂ ਨੇ ਸਾਡੇ 22 ਤੇ ਹੀ ਡਾਲਰ ਹੋ ਗਿਆ ਤੁਹਾਡੇ ਤੇ ਆਈ ਥਿੰਕ ਜ਼ਿਆਦਾ ਹੀ ਹੈ ਪਰ ਸਾਡੇ 22 ਦੇ ਹੀ ਡਾਲਰ ਹੋ ਗਿਆ ਜਦੋਂ ਮੈਂ ਸ਼ੁਰੂ ਕੀਤਾ ਸੀ ਨਿਊਜ਼ੀਲੈਂਡ ਉਦੋਂ ਆਈ ਥਿੰਕ 14 ਡਾਲਰ ਹੁੰਦਾ ਸੀ ਤੇ ਪਿਛਲੇ 7-8 ਸਾਲ ਤੋਂ 14 ਡਾਲਰ ਤੋਂ ਏ 22 ਡਾਲਰ ਤੇ ਆਪਾਂ ਆ ਗਏ ਆ ਮਿਨਿਮਮ ਵੇਜ ਨਹੀਂ ਇਹੀ ਹੈ ਇਨਫਲੇਸ਼ਨ ਵੀ ਵਧੀਆ ਮਤਲਬ ਤਨਖਾਹਾਂ ਵੀ ਤਾਂ ਵਧੀਆ ਹੀ ਨੇ ਉਹੀ ਉਹੀ ਲੋਕ ਰੋਈ ਜੰਨੇ ਆ ਨਜਾਇਜ਼ ਜੀ ਮੈਨੂੰ ਸੈਂ ਮਤਲਬ ਹੈਗਾ ਹਾਂ ਇਹ ਕੋਈ ਇੱਕ 사이 ਇੱਕ ਬੈਲੈਂਸ ਬਣਾ ਕੇ ਚੱਲਣਾ ਪੈਂਦਾ ਹੈ ਠੀਕ ਹੈ ਮਿੰਗੀਆਂ ਹੋ ਗਈਆਂ ਚੀਜ਼ਾਂ ਬਟ ਤਨਖਾਹਾਂ ਵੀ ਤੁਹਾਡੀਆਂ ਨਾਲ ਨਾਲ ਵਧਦੀਆਂ ਨੇ ਬਟ ਮੈਨੂੰ ਕੈਨੇਡਾ ਜਾ ਕੇ ਥੋੜੀ ਹੈਰਾਨੀ ਸੀ ਕਿ ਉਹਨਾਂ ਦਾ ਹਜੇ ਵੀ 16 ਡਾਲਰ ਹੀ ਹੈ ਮਿਨਿਮਮ ਵੇਜ 16 ਜਾਂ 15 16 ਡਾਲਰ ਹੀ ਸੀਗਾ ਮੈਂ ਕਿਹਾ ਯਾਰ ਬਹੁਤ ਜ਼ਿਆਦਾ ਘਟਿਆ ਜੀ ਨਹੀਂ ਇਹ ਚੀਜ਼ ਮੈਨੂੰ ਨਾ ਹੁਣ ਇਹ ਮੈਂ ਹੁਣ ਬਹੁਤ ਪ੍ਰਾਪਰਟੀ ਰੀਅਲ ਸੇਲ ਨੂੰ ਬਹੁਤ ਨੇੜੇ ਤੋਂ ਦੇਖ ਰਿਹਾ ਵੀ ਕਿਵੇਂ ਆਪਣੇ ਮਤਲਬ ਕਿਵੇਂ ਰੇਟ ਚੱਕੇ ਜਾਂਦੇ ਆ ਇਟਸ ਨਾਟ ਵੀ ਹੁਣ ਕਿਸੇ ਨੇ ਨਾ ਮੈਂ ਵੀਡੀਓ ਪਾਈ ਸੀਗੀ ਤੇ ਕਿਸੇ ਬੰਦੇ ਨੇ ਕਮੈਂਟ ਕੀਤਾ ਕਹਿੰਦਾ ਵੀ ਕਿਉਂਕਿ ਮੈਂ ਜਿਹੜੀ ਕੰਪਨੀ ਦਾ ਕੰਮ ਹੈਦਾ ਏਜੰਸੀ ਚ ਕੰਮ ਕਰ ਰਿਹਾ ਤੇ ਰਸ਼ਵੀਰ ਭਾਜੀ ਦੀ ਟੀਮ ਦੇ ਵਿੱਚ ਮੈਂ ਹੈਗਾ ਤੇ ਉਹ ਕਹਿੰਦੇ ਟੀਮ ਰੈਸ਼ ਤੁਸੀਂ ਸਭ ਤੋਂ ਮਹਿੰਗੇ ਕਰ ਵੇਚਦੇ ਹੋ ਤੇ ਹੁਣ ਅਸੀਂ ਮਹਿੰਗੇ ਵੇਚ ਰਹੇ ਹਾਂ ਅਸੀਂ ਸਾਡਾ ਹੱਥ ਥੋੜੀ ਆ ਜਦੋਂ ਉੱਥੇ ਉਸ ਕਿਉਂਕਿ ਅਸੀਂ ਕੰਮ ਕਰਨਾ ਹੁੰਦਾ ਸੈਲਰ ਦੇ ਬੈਸਟ ਇੰਟਰਸਟ ਚ ਤੇ ਜੇ ਕਿਉਂਕਿ ਹੁਣ ਰੀਚ ਹੈਗੀ ਆ ਹੁਣ ਬਾਈ ਹੋਣਾ ਆਪਣਾ ਏਜੰਸੀ ਦਾ ਟਾਪ ਦਾ ਬੰਦਾ ਆ ਉਹ ਟਾਪ ਦੀ ਟੀਮ ਆ ਤੇ ਜਦੋਂ ਲਿਸਟਿੰਗ ਆਉਂਦੀ ਆ ਕੋਈ ਉਹ ਚ ਐਕਸਪੋਜ਼ਰ ਮਿਲ ਜਾਂਦਾ ਜਿੰਨਾ ਵੱਧ ਐਕਸਪੋਜ਼ਰ ਹੁੰਦਾ ਤੇ ਉਨੇ ਜ਼ਿਆਦਾ ਲੋਕ ਪ੍ਰਾਪਰਟੀ ਦੇਖਣ ਆਉਣਗੇ ਜਿੰਨੇ ਜ਼ਿਆਦਾ ਲੋਕ ਪ੍ਰਾਪਰਟੀ ਦੇਖਣਗੇ ਉਹਨਾਂ ਵਧੀਆ ਪ੍ਰਾਈਸ ਸੈਲਰ ਨੂੰ ਮਿਲੂਗਾ ਤੇ ਸਪੈਸ਼ਲੀ ਉਹਨਾਂ ਏਰੀਆ ਦੇ ਵਿੱਚ ਜਿੱਥੇ ਜ਼ਿਆਦਾ ਆਪਣੀ ਕਮਿਊਨਿਟੀ ਰਹਿੰਦੀ ਆ ਉਹ ਫਿਰ ਉਹਨਾਂ ਨਾਲ ਵੇਚਦੇ ਆ ਜਿਹੜੇ ਉਹਨਾਂ ਨੂੰ ਵਧੀਆ ਰੇਟ ਦਵਾਉਂਦੇ ਆ ਹੁਣ ਵੇਚਣ ਵਾਲੇ ਨੇ ਤਾਂ ਉਹਨੂੰ ਹੀ ਵੇਚਣਾ ਨਾ ਉਹੀ ਬੰਦਾ ਹਾਰ ਕਰਨਾ ਜਿਹੜਾ ਉਹਨੂੰ ਵੱਧ ਤੋਂ ਵੱਧ ਪੈਸੇ ਦਵਾਵੇ ਤੇ ਤੇ ਜਿਹੜਾ ਮਾਰਕੀਟ 'ਚ ਚੱਲਦਾ ਹੋਵੇ ਤੇ ਇੱਕ ਇਹ ਚੀਜ਼ ਕੈਨੇਡਾ ਨਾਲ ਰਿਲੇਟ ਕਰ ਸਕਦਾ ਆ ਵਾ ਵੀ ਆਪਣੇ ਲੋਕ ਕਿਵੇਂ ਜਿਹੜੇ ਲੈਣੇ ਵਾਲੇ ਵੀ ਕਿਵੇਂ ਚੀਜ਼ਾਂ ਨੂੰ ਜਾਂ ਕਿਵੇਂ ਰੇਟ ਚੱਕ ਦਿੰਦੇ ਨੇ ਉਹ ਉਹ ਵੀ ਲੋਕੀ ਇਦਾਂ ਵੀ ਸੋਚਦੇ ਆ ਵੀ ਅਸੀਂ 30 ਸਾਲ ਦਾ 30 ਸਾਲ ਵਾਸਤੇ ਮਕਾਨ ਦੀਆਂ ਕਿਸ਼ਤਾਂ ਸਾਡੀਆਂ ਬਣਨੀਆਂ ਨੇ ਜੇ 50000 ਮਹਿੰਗਾ ਵੀ ਲੈ ਲਿਆ ਤਾਂ ਵੀ ਕੀ ਚੱਕਰ ਆ ਵੀ ਕੀ ਫਰਕ ਮੈਗਾ 30 ਸਾਲਾਂ ਦੇ ਵੰਡਿਆ ਜਾ ਲੈ ਸਹੀ ਗੱਲ ਆ ਉਹ ਵੀ ਮਤਲਬ ਉਹ ਠੀਕ ਵੀ ਹੈਗਾ ਅਗਲਾ ਇਦਾਂ ਸੋਚਦਾ ਵੀ ਹੁਣ ਜੇ ਮੇਰੇ ਪੇਰੈਂਟਸ ਆਉਣਗੇ ਮੇਰੇ ਫਾਦਰ ਮਦਰ ਇੱਥੇ ਰਹਿਣਗੇ ਉਹ ਸਾਡੇ ਨਾਲ ਦਾ ਸਾਡੇ ਪਿੰਡ ਦਾ ਫਲਾਣਾ ਬੰਦਾ ਉਹ ਨਾਲ ਦੀ ਗਲੀ 'ਚ ਰਹਿੰਦਾ ਤੇ ਉਹਨਾਂ ਵਾਸਤੇ ਵਧੀਆ ਹੋ ਜੂ ਤੇ ਸਾਰੇ ਪਾਸੇ ਵਧੀਆ ਸੋਸ਼ਲ ਸਰਕਰ ਬਣ ਜਾਂਦਾ ਨਾ ਨਾਟ ਈਵਨ ਲਾਈਕ ਆਪਣੇ ਵਾਸਤੇ ਨਹੀਂ ਪੇਰੈਂਟਸ ਵਾਸਤੇ ਗਾਹਾਂ ਬੱਚਿਆਂ ਵਾਸਤੇ ਤੇ ਗਾਹਾਂ ਵਾਈਫ ਵਾਸਤੇ ਇੱਕ ਮੈਂ ਤੁਹਾਨੂੰ ਇੱਕ ਬਹੁਤ ਇੰਟਰਸਟਿੰਗ ਚੀਜ਼ ਦੱਸਦਾ ਜਿਹੜੇ ਏਰੀਆ ਦੇ ਵਿੱਚ ਸਭ ਤੋਂ ਵੱਧ ਮਲਟੀਕਲਚਰਲ ਕਮਿਊਨਿਟੀ ਰਹਿੰਦੀ ਆ ਕਿਉਂਕਿ ਆਸਟ੍ਰੇਲੀਆ ਵਾਸਤੇ ਚੀਜ਼ਾਂ ਨਵੀਆਂ ਨੇ ਇਹ ਜਿਹੜੇ ਏਰੀਆ ਦੇ ਵਿੱਚ ਮਲਟੀਕਲਚਰਲ ਕਮਿਊਨਿਟੀ ਰਹਿੰਦੀ ਆ ਉਹੋ ਏਰੀਆ ਦੇ ਸਕੂਲ ਆਪ ਹੀ ਵਧੀਆ ਹੋ ਜਾਂਦੇ ਆ ਹੂੰ ਆਪ ਹੀ ਯਾ ਯਾ ਇੱਥੇ ਇੱਥੇ ਹੁਣ ਇੱਕ ਆਪਣਾ ਰਿਵਰਟਨ ਏਰੀਆ ਦੇ ਵਿੱਚ ਕਈ ਵਧੀਆ ਸਕੂਲ ਨੇ ਉੱਥੋਂ ਦੀ ਪ੍ਰਿੰਸੀਪਲ ਹੁਣ ਮੂਵ ਹੋ ਕੇ ਕਿਸੇ ਦੂਜੇ ਸਕੂਲ ਦੇ ਵਿੱਚ ਗਈ ਆ ਪਰ ਇਹੇ ਚੀਜ਼ਾਂ ਕਨੈਕਟ ਕਰਦੀਆਂ ਨੇ ਕਹਿੰਦੇ ਵੀ ਜਿਵੇਂ ਮਲਟੀਕਲਚਰ ਅਲੱਗ-ਅਲੱਗ ਕਮਿਊਨਿਟੀ ਦੇ ਬੱਚੇ ਰਹਿੰਦੇ ਆ ਜਿੱਥੇ ਅਲੱਗ-ਅਲੱਗ ਕਲਚਰ ਮਿਕਸ ਹੋ ਜਾਂਦੇ ਆ ਉਹਨਾਂ ਦੇ ਸਕੂਲਾਂ ਦਾ ਲੈਵਲ ਆਪਣੇ ਆਪ ਹੀ ਚੱਕਿਆ ਜਾਂਦਾ ਕਿ ਬੱਚਿਆਂ ਦਾ ਫਿਰ ਇੰਟੈਲੀਜੈਂਸ ਲੈਵਲ ਵੀ ਉੱਪਰ ਚਲਾ ਜਾਂਦਾ ਕਿਉਂਕਿ ਵੱਖਰੇ ਵੱਖਰੇ ਬੱਚੇ ਅਲੱਗ ਅਲੱਗ ਤਰੀਕੇ ਦੀਆਂ ਵੈਲਿਊਜ਼ ਉਹ ਸਕੂਲ 'ਚ ਲਿਆਉਂਦੇ ਆ ਠੀਕ ਹੈ ਤੇ ਫਿਰ ਬੱਚੇ ਦੂਜੇ ਕਲਚਰਾਂ ਤੋਂ ਵੀ ਬਹੁਤ ਸਿੱਖਦੇ ਆ ਤੇ ਹੋ ਹੋ ਸਕਦਾ ਹੈ ਕਿ ਦੂਜੀ ਲੈਂਗੁਏਜ ਵੀ ਪਿਕ ਕਰ ਲੈਣ ਅੰਗਰੇਜ਼ੀ ਤੇ ਚੱਲ ਉਹ ਬੋਲਦੇ ਹੀ ਆ ਸੋਚੋ ਕੋਈ ਇੰਡੀਅਨ ਬੰਦਾ ਸਪੈਨਿਸ਼ ਬੱਚੇ ਨਾਲ ਕੰਮ ਕਰਦਾ ਪਿਆ ਹੈ ਉਹ ਦੋਨਾਂ ਕੋ ਆਪਰਚੂਨਿਟੀ ਆ ਕਿ ਉਹ ਪੰਜਾਬੀ ਉਹਨੂੰ ਸਿਖਾ ਦੇਵੇ ਕੁਝ ਵਰਡ ਸਿਖਾ ਦਵੇ ਤੇ ਉਧਰੋਂ ਚਾਂਸ ਨੇ ਮੇ ਵੀ ਸਪੈਨਿਸ਼ ਦਾ ਤੇ ਮੈਂ ਮੰਨਦਾ ਵਕਿ ਜਿੰਨੇ ਡਿਵਰਸਿਟੀ ਜਿੰਨੀ ਜ਼ਿਆਦਾ ਹੋਏਗੀ ਨਾ ਜਿੰਨੇ ਬੱਚੇ ਜ਼ਿਆਦਾ ਘੁਲਣ ਮਿਲਣਗੇ ਉਹ ਬੱਚੇ ਉਨੇ ਹੀ ਜ਼ਿਆਦਾ ਇੰਟੈਲੀਜੈਂਟ ਹੋਣਗੇ ਇਮੋਸ਼ਨਲੀ ਵੀ ਤੇ ਇੰਟੈਲੈਕਚੁਅਲੀ ਵੀ ਹਾਂਜੀ ਆਬਵੀਅਸਲੀ ਨਹੀਂ ਇਹ ਚੀਜ਼ ਬਹੁਤ ਵਧੀਆ ਮੈਨੂੰ 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 ਖੁਦ ਲੱਗਦਾ ਵੀ ਪਹਿਲਾਂ ਮੈਨੂੰ ਲੱਗਦਾ ਸੀ ਵੀ ਨਹੀਂ ਵੀ ਬੰਦਾ ਉੱਥੇ ਰਹੇ ਜਿੱਥੇ ਆਪਣੇ ਬੰਦਾ ਕੱਲਾ ਜਾਂ ਆਈਸੋਲੇਟ ਜਾਂ ਰਹੇ ਆਈਸੋਲੇਟ ਰਹਿ ਲਈ ਆਪਣੀ ਕਮਾਈ ਜਾਂਦਾ ਜੇ ਤੁਸੀਂ ਅ ਜੇ ਮੇ ਫੈਮਿਲੀ ਹੈਗੀ ਆ ਤੁਹਾਡੀ ਤਾਂ ਤੁਹਾਨੂੰ ਉਹ ਏਰੀਆ ਦੇ ਵਿੱਚ ਰਹਿਣਾ ਪੈਣਾ ਮਤਲਬ ਤੁਸੀਂ ਰਹੋਗੇ ਤਾਂ ਉਹ ਵਧੀਆ ਵਾ ਮਤਲਬ ਹਰੇਕ ਪਾਸੇ ਨੂੰ ਹਰੇਕ ਪਾਸੇ ਨੂੰ ਉਸ ਚੀਜ਼ ਦਾ ਫਾਇਦਾ ਚਾਹੇ ਬੰਦੇ ਦੇ ਇੰਡੀਵਿਜੂਅਲ ਬੇਸਿਸ ਦੇ ਉੱਤੇ ਫੈਮਿਲੀ ਬੇਸਿਸ ਦੇ ਉੱਤੇ ਗਾਹਾਂ ਬੱਚਿਆਂ ਵਾਸਤੇ ਉਹ ਚੀਜ਼ ਦਾ ਫਾਇਦਾ ਹੈਗਾ ਤੇ ਨਿਊਜ਼ੀਲੈਂਡ ਦੇ ਵਿੱਚ ਕਿੱਦਾਂ ਮਤਲਬ ਜਿਵੇਂ ਹੁਣ ਇੱਥੇ ਪੰਜਾਬੀ ਇੰਟਰੋਡਿਊਸ ਕੀਤੀ ਹੈ ਹਾਈ ਸਕੂਲਸ ਦੇ ਵਿੱਚ ਤੇ ਉੱਥੇ ਮਤਲਬ ਕੁਝ ਮਤਲਬ ਜਾਂ ਐਕਸਟਰਾ ਸਕੂਲ ਕਰਿਕੂਲਮ ਐਕਟੀਵਿਟੀਜ਼ ਜਿਵੇਂ ਹੁੰਦੀਆਂ ਪੰਜਾਬੀ ਦੀਆਂ ਉੱਥੇ ਹੁੰਦੀਆਂ ਨੇ ਉੱਥੇ ਕਿੱਦਾਂ ਮਤਲਬ 아이 ਦੀ ਕੋਚ ਜਿਹੜੇ ਕਮਿਊਨਿਟੀ ਬੇਸਡ ਸਕੂਲ ਨੇ ਜਿੱਦਾਂ ਸਾਡੇ ਇੱਥੇ ਹੈਗਾ ਆ ਏਰੀਆ ਪਾਪਟੋਏ ਹੂੰ ਉੱਥੇ ਪੰਜਾਬੀ ਕਾਫੀ ਨੇ ਹੂੰ ਤੇ ਉਹ ਫੇ ਕਿਹਨੇ ਸੋਚਿਆ ਹੋਗਾ ਕਿਉਂ ਨਾ ਆਪਾਂ ਇੱਕ ਪੰਜਾਬੀ ਲੈਂਗੁਏਜ ਦੀ ਆਪਸ਼ਨ ਰੱਖੀਏ ਜਿਹੜੇ ਪੰਜਾਬੀਆਂ ਦੇ ਬੱਚੇ ਹੁੰਦੇ ਆ ਤਾਂ ਉਹ ਉਹ ਇੱਕ ਅਟਰੈਕਟ ਕਰਨ ਵਾਲੀ ਗੱਲ ਆ ਬੱਚਿਆਂ ਨੂੰ ਜਿੱਦਾਂ ਕੋਈ ਮੁਸਲਮ ਸਕੂਲ ਆ ਉਹ ਵੀ ਬੱਚਿਆਂ ਮੁਸਲਮ ਬੱਚਿਆਂ ਨੂੰ ਅਟਰੈਕਟ ਕਰਨ ਵਾਸਤੇ ਕਰਦੇ ਕਿ ਇਹ ਹੀ ਪ੍ਰੇਅਰ ਵੀ ਸਿਖਾਵਾਂਗੇ ਇਹਨਾਂ ਨੂੰ ਹੂੰ ਠੀਕ ਹੈ ਇਹਨਾਂ ਨੂੰ ਅਰੈਬਿਕ ਵੀ ਸਿਖਾਵਾਂਗੇ ਹੂੰ ਠੀਕ ਹੈ ਉਹ ਹੁੰਦੇ ਆ ਪਰ ਉਹ ਟਾਵੇਂ ਟਾਵੇਂ ਮਿਲਦੇ ਆ ਉਹ ਕਮਿਊਨਿਟੀਆਂ ਦੇ ਵਿੱਚ ਮਿਲਦੇ ਆ ਤੁਹਾਨੂੰ ਜੇ ਦਾ ਫੋਰ ਐਗਜ਼ਾਮਪਲ ਤੁਸੀਂ ਚਾਹਦੇ ਹੋ ਕਿ ਤੁਹਾਡਾ ਬੱਚਾ ਇੱਕ ਆ ਸਰਦਾਰ ਹੋਵੇ ਜੂੜਾ ਰੱਖੇ ਪਰਨਾ ਵੀ ਬੰਨੇ ਹੂੰ ਠੀਕ ਹੈ ਫਿਰ ਉਹ ਕੋਈ ਸਕੂਲ ਆਫਰ ਕਰਦੇ ਨੇ ਇਦਾਂ ਦੀ ਸਰਵਿਸਿਜ਼ ਕਿ ਅਸੀਂ ਉਹਨਾਂ ਨੂੰ ਸਿੱਖੀ ਨਾਲ ਜੋੜਾਂਗੇ ਉਹ ਸਿਰਫ ਆਪਸ਼ਨਲ ਹੈ ਉਹ ਜਦੋਂ ਫਿਰ ਉਹ ਫਿਰ ਬੰਦਾ ਥੋੜਾ ਜਿਹਾ ਆਈਸੋਲੇਟ ਹੋ ਜਾਂਦਾ ਨਾ ਜਿੱਦਾਂ ਤੁਸੀਂ ਕਿਹਾ ਜਿੱਥੇ ਮਿਕਸਡ ਕਲਚਰ ਨੇ ਫਿਰ ਉਹ ਆਪਸ਼ਨ ਨਹੀਂ ਰਹਿਣੀ ਤੁਹਾਡੇ ਕੋ ਉਹ ਫਿਰ ਤੁਸੀਂ ਆਪਣੀ ਕਮਿਊਨਿਟੀ ਦੇ ਨਾਲ ਸੀਮਿਤ ਰਹਿ ਜਾਂਦੇ ਹੋ ਜੋ ਚੰਗੀ ਵੀ ਚੀਜ਼ ਹੋ ਸਕਦੀ ਹੈ ਤੇ ਮਾੜੀ ਵੀ ਚੀਜ਼ ਹੋ ਸਕਦੀ ਹੈ ਦੋਵੇਂ ਪੱਖਾਂ ਦੀ ਚੀਜ਼ ਹੈ ਹੂੰ ਤੇ ਆਈ ਥਿੰਕ ਇੱਕ ਇੱਕ ਜਾਂ ਦੋ ਸਕੂਲ ਹੀ ਹੋਣਗੇ ਨਿਊਜ਼ੀਲੈਂਡ ਦੇ ਵਿੱਚ ਜੋ ਉਹ ਚੀਜ਼ ਆਫਰ ਕਰਦੇ ਨੇ ਕਿ ਹਾਂ ਅਸੀਂ ਸਿੱਖੀ ਨਾਲ ਬੱਚਿਆਂ ਨੂੰ ਜੋੜਦੇ ਹਾਂ ਬਟ ਫਿਰ ਉਹਨਾਂ ਨੂੰ ਡਿਵਰਸਿਟੀ ਤੋਂ ਉਹ ਥੋੜਾ ਜਿਹਾ ਦੂਰ ਲੈ ਜਾਂਦੇ ਨੇ ਹਮ ਸਹੀ ਗੱਲ ਹੈ ਨਹੀਂ ਬਹੁਤ ਵਧੀਆ ਕਿਤੇ ਇੱਕ ਹੋਰ ਚੀਜ਼ ਜਿਹੜੀ ਚੀਜ਼ ਦੀ ਮਤਲਬ ਤੋਂ ਤੋਂ ਨਿਊਜ਼ੀਲੈਂਡ ਵਾਲਿਆਂ ਤੋਂ ਥੋੜਾ ਜਿਹਾ ਜੈਲਸ ਹੈਗਾ ਜਿਹੜੀ ਚੀਜ਼ ਬਾਰੇ ਤੇ ਇਹਨਾਂ ਆਸਟ੍ਰੇਲੀਆ ਨਿਊਜ਼ੀਲੈਂਡ ਮਤਲਬ ਇਹ ਦੋਨੇ ਕੰਟਰੀਆਂ ਦੇ ਵਿੱਚ ਨਿਊਜ਼ੀਲੈਂਡ ਦਾ ਪੰਜਾਬ ਖਾਸ ਕਰਕੇ ਪੰਜਾਬੀ ਮੀਡੀਆ ਜ਼ਿਆਦਾ ਸਟਰੋਂਗ ਹੈ ਤੇ ਉਹਦਾ ਕਾਰਨ ਇਹ ਹੈ ਵੀ ਨਿਊਜ਼ੀਲੈਂਡ ਦੀ ਸਰਕਾਰ ਵੀ ਸਪੋਰਟ ਕਰ ਰਹੀ ਆ ਤੇ ਮੇਨ ਗੱਲ ਸਰਕਾਰ ਤੇ ਹੀ ਆ ਜ਼ਿਆਦਾਤਰ ਪਾਟ ਹੈ ਵੀ ਸਰਕਾਰ ਦੀਆਂ ਗ੍ਰਾਂਟਾਂ ਵਗੈਰਾ ਹੈਗੀਆਂ ਨੇ ਉੱਥੇ ਤੇ ਬਾਕੀ ਬੰਦੇ ਵੀ ਹਿੰਮਤੀ ਨੇ ਇਕੱਲੇ ਪੈਸੇ ਨਾਲ ਕੰਮ ਨਹੀਂ ਨਾ ਚੱਲਦਾ ਹੈਗਾ ਤੇ ਉਹ ਉਹ ਚੀਜ਼ ਬਹੁਤ ਵਧੀਆ ਵੀ ਉੱਥੇ ਵਧੀਆ 베ਸ ਆ ਤੇ ਵਧੀਆ ਪੰਜਾਬੀ ਦੀ ਨਹੀਂ ਆਈ ਥਿੰਕ ਕਿਉਂਕਿ ਕਿਉਂਕਿ ਨਿਊਜ਼ੀਲੈਂਡ ਨਾਲ ਥੋੜਾ ਛੋਟਾ ਆ ਹੂੰ ਠੀਕ ਹੈ ਆਸਟ੍ਰੇਲੀਆ ਨਾਲੋਂ ਤੇ ਇੱਥੇ ਪੰਜਾਬੀ ਕਮਿਊਨਿਟੀ ਨਾਲ ਇੱਕ ਜਗ੍ਹਾ ਤੇ ਹੀ ਆ ਠੀਕ ਹੈ ਜ਼ਿਆਦਾ ਖਿਲਰੀ ਨਹੀਂ ਆ ਹੂੰ ਆਕਲੈਂਡ ਤੋਂ ਬਾਹਰ ਡਾਈਵਰਸਿਟੀ ਤੁਹਾਨੂੰ ਬਹੁਤ ਘੱਟ ਮਿਲੇਗੀ ਆਕਲੈਂਡ ਤੋਂ ਬਾਹਰ ਜਿੱਦਾਂ ਮੈਂ ਆਪਾਂ ਹੀ ਗੱਲ ਕਰਦੇ ਪਏ ਸੀ ਕਿ 5 ਮਿਲੀਅਨ ਨਿਊਜ਼ੀਲੈਂਡ 'ਚ ਬੰਦਾ ਹੈ ਹੂੰ ਤੇ ਡੇਢ ਮਿਲੀਅਨ ਲਗਭਗ ਆਕਲੈਂਡ ਦੇ ਵਿੱਚ ਹੀ ਹੈ ਹੂੰ ਔਰ ਪੰਜਾਬੀ ਜਾਂ ਜਿਆਦਾ ਏਸ਼ੀਅਨ ਲੋਕ ਹੋਗੇ ਹੂੰ ਹੂੰ ਇੰਡੀਅਨ ਲੋਕ ਹੋਗੇ ਉਹ ਜ਼ਿਆਦਾ ਆਕਲੈਂਡ ਦੇ ਵਿੱਚ ਹੀ ਨੇ ਸਹੀ ਗੱਲ ਹੈ ਇੱਕ ਜਿੱਦਾਂ ਕਮਿਊਨਿਟੀ ਨਾ ਬੱਜੀ ਹੋਈ ਇੱਕ ਜਗ੍ਹਾ ਤੇ ਮਿਲ ਗਈ ਤੁਹਾਨੂੰ ਤੇ ਕਿਉਂਕਿ ਇੱਕ ਜਗ੍ਹਾ ਤੇ ਅਗਰ ਕਿਸੇ ਸਰਕਾਰੀ ਬੰਦੇ ਨੇ ਜਾਂ ਐਮ.ਐਲ.ਏ ਹੋ ਗਿਆ ਜਾਂ ਐਮ.ਪੀ ਹੋ ਗਿਆ ਉਹਨਾਂ ਇਸ ਪੂਰੀ ਕਮਿਊਨਿਟੀ ਨੂੰ ਖੁਸ਼ ਕਰਨਾ ਤੇ ਆਬਵੀਅਸਲੀ ਉਹਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੇਗਾ ਤੇ ਆਸਟ੍ਰੇਲੀਆ 'ਚ ਇਹ ਹੋ ਸਕਦਾ ਹੈ ਕਿ ਕਮਿਊਨਿਟੀ ਪੰਜਾਬੀਆਂ ਦੀ ਸਾਰੀ ਅਲੱਗ-ਅਲੱਗ ਜਗ੍ਹਾ ਦੇਵੇ ਹੂੰ ਜਿੱਦਾਂ ਕੁਝ ਹੋ ਗਏ ਮੈਲਬਨ ਦੇ ਵਿੱਚ ਕੁਝ ਹੋ ਗਏ ਸਿਡਨੀ ਦੇ ਵਿੱਚ ਠੀਕ ਕੁਝ ਹੋ ਗਏ ਪਰਥ ਦੇ ਵਿੱਚ ਉਹ ਮਤਲਬ ਇੱਕ ਗੜ ਜਾਣੀ ਹੈਗਾ ਸ਼ਾਇਦ ਆਸਟ੍ਰੇਲੀਆ ਦੇ ਵਿੱਚ ਤੇ ਇਹ ਇੱਕ ਕਾਰਨ ਹੋ ਸਕਦਾ ਹੈ ਕਿ ਇੱਥੇ ਜ਼ਿਆਦਾ ਤਾਦਾਦ ਦੇ ਵਿੱਚ ਹੋਣ ਕਰਕੇ ਇਕੱਠੇ ਹੋਣ ਕਰਕੇ ਉਹਨਾਂ ਨੂੰ ਖੋਸ਼ ਰੱਖਣ ਦੀ ਕੋਸ਼ਿਸ਼ ਕਰਨ ਕਰਕੇ ਉਹਨਾਂ ਨੂੰ ਜ਼ਿਆਦਾ ਸਪੋਰਟ ਹੈ ਪੋਲਿਟੀਕਲ ਸਪੋਰਟ ਹੈ ਹੂੰ ਮੇਬੀ ਨਹੀਂ ਦੇ ਹੁਣ ਹੋਪਫੁਲੀ ਦੇਖੋ ਗਾਂ ਗਾਂ ਕੀ ਹੁੰਦਾ ਪਰ ਇਹ ਚੀਜ਼ ਦਾ ਇੱਕ ਫਾਇਦਾ ਵੀ ਹੈਗਾ ਵੀ ਹੁਣ ਐਵੇਂ ਕੋਈ ਦਫ਼ਤਰ ਖੋਲ ਕੇ ਵੀ ਨਹੀਂ ਬੈਠਾ ਹੈਗਾ ਵੀ ਕਹਿੰਦਾ ਅਸੀਂ ਅਖਬਾਰ ਚਲਾ ਰਹੇ ਹਾਂ ਪੈਸੇ ਲੈਣ ਦਾ ਮਾਰਾ ਤੇ ਉਹ ਵੀ ਵਧੀਆ ਵਾ ਮਤਲਬ ਜਿਹੜੇ ਜੇ ਚੱਲ ਰਹੇ ਆ ਮਤਲਬ ਜੇ ਹੁਣ ਅਸੀਂ ਅਖਬਾਰ ਵੀ ਚਲਾ ਰਹੇ ਹਾਂ ਇਰੇ ਵਿੱਚ ਜਿੰਨੇ ਕੁ ਬੰਦੇ ਸਾਨੂੰ ਸਪੋਰਟ ਕਰ ਰਹੇ ਆ ਬਹੁਤ ਗਿਣਵੇਂ ਚੋਣਵੇਂ ਹੀ ਬੰਦੇ ਨੇ 2-4 ਕੀ ਬੰਦੇ ਹੋਣਗੇ ਜਿਹੜੇ ਸਾਨੂੰ ਮਤਲਬ ਜਿਹੜੇ ਰੈਗੂਲਰ ਸਾਡੇ ਨਾਲ ਖੜੇ ਆ ਜਿਹੜੇ ਕਹਿੰਦੇ ਆ ਕਰਕੇ ਵੀ ਤੁਹਾਨੂੰ ਹਾਰਡ ਕਾਪੀਜ਼ ਤੋਂ ਸੌਫਟ ਕਾਪੀਜ਼ ਵੱਲ ਵੀ ਥੋੜਾ ਧਿਆਨ ਦੇਣਾ ਚਾਹੀਦਾ ਹੈ ਕਿ ਠੀਕ ਐ ਅਖਬਾਰ ਫਿਜ਼ੀਕਲੀ ਬਹੁਤ ਹੁਣ ਘਟ ਵਿਗਦੀ ਐ ਤੇ ਕਿਉਂ ਨਹੀਂ ਤੁਸੀਂ ਐਪ ਵੀ ਆਪਣੀ ਲਾਂਚ ਕਰਦੇ ਮੇਬੀ ਇਹਦੇ ਹੁਣ ਤੁਸੀਂ ਅ ਬਹੁਤ ਕੁਝ ਆ ਰਿਹਾ ਬਹੁਤ ਕੁਝ ਆ ਰਿਹਾ ਬਹੁਤ ਕੁਝ ਅਸੀਂ ਅਗਲੇ ਆ ਸਾਲ ਦੇ ਵਿੱਚ ਵਿੱਚ ਬਹੁਤ ਕੁਝ ਲੈ ਕੇ ਆਉਣਾ ਤੇ bigger better ਤੇ ਮਤਲਬ ਜਿੱਥੋਂ ਹੁਣ ਅਸੀਂ ਪੰਜਾਬੀ ਕਿੰਗ ਰੂ ਮਤਲਬ ਇਹ ਚੱਲ ਰਿਹਾ ਹੈ ਇੱਥੋਂ ਹੁਣ ਨਵੀਂ ਚੀਜ਼ ਸ਼ੁਰੂ ਕਰ ਰਹੇ ਹਾਂ ਇਹ ਲੈਵਲ ਤੋਂ ਤੇ ਮਤਲਬ ਉਹਦੇ ਵਿੱਚ ਅਸੀਂ ਸਾਰੀ ਮਤਲਬ ਸਭ ਕੁਝ ਲੈ ਕੇ ਆਵਾਂਗੇ ਹਰੇਕ ਤਰ੍ਹਾਂ ਦੀ ਸਟੋਰੀ ਕਵਰ ਕਰਾਂਗੇ ਜਿੰਨੇ ਸਾਡੇ ਮਤਲਬ ਹੁਣ ਪੰਜਾਬੀ ਕਾਂਗਰਸ ਦੇ ਸਿਰਫ ਅਸੀਂ ਪੌਪ ਮੈਂ ਇਹਨੂੰ ਸਿਰਫ ਇੱਕ ਪੋਡਕਾਸਟ ਚੈਨਲ ਬਣਾ ਦੇਣਾ ਵੀ ਇਹ ਤੇ ਸਿਰਫ ਅਸੀਂ ਪੋਡਕਾਸਟਿੰਗ ਕਰਨੀ ਆ ਅ ਬਹੁਤ ਚੀਜ਼ਾਂ ਨੇ ਅਸੀਂ ਸਟੂਡੀਓ ਵਗੈਰਾ ਹੋਪਫੁਲੀ ਆ ਸਾਲ ਦੇ ਵਿੱਚ ਵਿੱਚ ਸਾਡਾ ਕਿਤੇ ਸੈਟਅਪ ਕਰਕੇ ਨਾ ਜਿਵੇਂ ਵਧੀਆ ਰਣਵੀਰ ਹੋਣੀ ਜਿਵੇਂ ਬੈ ਕੇ ਤਸੱਲੀ ਨਾਲ ਪੋਡਕਾਸਟ ਕਰਦੇ ਆ ਬਹੁਤਾਂ ਪੋਡਕਾਸਟਿੰਗ ਕਰਨੀ ਆ ਵੀ ਬੰਦਾ ਜਿਵੇਂ ਮੈਂ ਕਿਤੇ ਇਲਨ ਮਸਕ ਦੀ ਪਿੱਛੇ ਜੇ ਕੋਈ ਪੋਡਕਾਸਟ ਦੇਖਦਾ ਸੀ ਤੇ ਉਹ ਬੰਦਾ ਗਿਆ ਤੇ ਜਿਹੜੇ ਬੰਦੇ ਨੇ ਉਹਨੂੰ ਇਨਵਾਈਟ ਕਰਿਆ ਸੀਗਾ ਮੁੰਡਿਆਂ ਨੇ ਉਹਨਾਂ ਦੀ ਆਪਣੀ ਬੀਅਰ ਸੀਗੀ ਆਪਣੀ ਬੀਅਰ ਦੀ ਕੰਪਨੀ ਸੀਗੀ ਉਹ ਕੋਈ ਸੀਗਾ ਉਹ ਨਾਮ ਭੁੱਲ ਗਿਆ ਨਾ ਉਹਦਾ ਉਹ ਬੈਠੇ ਉਹਨੇ ਉਹਨਾਂ ਨੂੰ ਥੋੜਾ ਜਿਹਾ ਡਰਿੰਕ ਡਰੰਕ ਆਫਰ ਕੀਤੇ ਉਹ ਬਹਿ ਕੇ 2 2.5 ਘੰਟੇ ਦਾ ਪੋਡਕਾਸਟ ਐਪੀਸੋਡ ਆ ਉਹ ਤੇ ਬੰਦਾ ਰਿਲੈਕਸ ਹੋ ਕੇ ਉੱਥੇ ਬਹਿ ਕੇ ਉੱਥੇ ਗੱਲਾਂ ਬਾਤਾਂ ਕਰ ਰਿਹਾ ਤੇ ਉਹ ਮੈਨੂੰ ਚੀਜ਼ ਬਹੁਤ ਵਧੀਆ ਲੱਗਦੀ ਆ ਵੀ ਜੇ ਤੁਸੀਂ ਤੇ ਗੱਲਾਂ ਬਾਤਾਂ ਵੀ ਉਹ ਬੰਦਾ ਕਰੇ ਜਿਨੇ ਲਾਈਫ ਦੇ ਵਿੱਚ ਕੁਝ ਅਚੀਵ ਕਰਿਆ ਹੋਇਆ ਕਿਉਂਕਿ ਸਾਡਾ ਬਣਾ ਮੇਨ ਮੋਟਿਵ ਹੀ ਇਹੀ ਆ ਵੀ ਸਾਡੀ ਜੇ ਅਸੀਂ ਕੋਈ ਕੰਮ ਕਰ ਰਹੇ ਹਾਂ ਨਾ ਤੇ ਕਿਸੇ ਬੰਦੇ ਨੂੰ ਯਾਰ ਕੋਈ ਬੰਦਾ ਦੇਖ ਕੇ ਉਹ ਉਹਦੀ ਥੋੜੀ ਬਹੁਤ ਲਾਈਫ ਹੀ ਚੇਂਜ ਹੋ ਜੇ ਯਾਰ ਕਹਿੰਦਾ ਵੀ ਕਹੇ ਵੀ ਹਾਂ ਆ ਚੀਜ਼ ਇਹ ਬੰਦੇ ਨੇ ਸਾਹਮਣੇ ਵਾਲੇ ਨੇ ਕਰੀ ਹੈ ਮੈਂ ਵੀ ਕਰ ਸਕਦਾ ਤੇ ਮੈਂ ਆਪਣੀਆਂ ਗਲਤੀਆਂ ਜੋ ਵੀ ਹੈਗਾ ਸਾਰਾ ਕੁਝ ਦੱਸਣ ਦਾ ਕਾਰਨ ਵੀ ਇਹੀ ਆ ਵੀ ਜੇ ਅਸੀਂ ਖਿੱਚੀ ਫਿਰਦੇ ਹਾਂ ਕੰਮ ਨੂੰ ਤੇ ਤੁਸੀਂ ਵੀ ਖਿੱਚੋ ਕੋਈ ਕੋਈ ਬੜੀ ਗੱਲ ਨਹੀਂ ਹੈਗੀ ਇੱਥੇ ਇੱਥੇ ਤੁਹਾਡੇ ਕੋਲ ਓਪਰਚੁਨਿਟੀ ਹੈਗੀ ਆ ਤੁਸੀਂ ਸੈੱਟ ਕਰੋ ਸਨ ਮੈਨੂੰ ਦੱਸੋ ਮੇਰੇ ਤੋਂ ਪੁੱਛੋ ਕੀ ਪੁੱਛਣਾ ਮੈਂ ਦੱਸ ਦਾਂ ਤੁਹਾਨੂੰ ਸਾਰਾ ਕੁਝ ਆਪਾਂ ਤਾਂ ਮੈਂ ਸਾਰਾ ਕੁਝ ਦੱਸਿਆ ਹੀ ਹੋਇਆ ਵੈਸੇ ਤੁਸੀਂ ਮੂਰੇ ਆਓ ਤੁਸੀਂ ਖਿੱਕਾਂ ਮੈਨੂੰ ਖਿੱਚੋ ਪੂਰਾ ਗਾਹ ਪਾ ਦਿਓ ਪੰਜਾਬੀ ਪੰਜਾਬੀ ਕਰ ਦਿਓ ਸਾਰੇ ਪਾਸੇ ਤੇ ਪ੍ਰਾਪਰਟੀ ਪ੍ਰਾਈਸਿਸ ਕੀ ਨੇ ਤੇ ਇੱਕ ਆਪਣੇ ਇੰਟਰਸਟ ਦੀ ਗੱਲ ਵੀ ਪੁੱਛ ਲਾਂ ਕਰਕੇ ਇਹ ਵੀ ਘਰਾਂ ਕੋਰਾਂ ਦੀ ਕਿੱਦਾਂ ਅਫੋਰਡੇਬਿਲਟੀ ਕਰਕੋਟ ਮਿਲ ਜਾਂਦੇ ਆ ਤੇ ਮੇਨ ਮੀਡੀਅਨ ਹਾਊਸ ਇਸ ਜਿਹੜੀ ਰੇਂਜ ਆ ਉਹ ਕਿੰਨੀ ਆ ਆਈ ਥਿੰਕ ਪ੍ਰੋਪਰਟੀ ਕਾਰਨ ਹੀ ਨਾ ਤੁਹਾਨੂੰ ਨਿਊਜ਼ੀਲੈਂਡ ਥੋੜਾ ਪਾਉਂਦਾ ਨਹੀਂ ਜਿਹੜੇ ਵੀ ਨਿਊਜ਼ੀਲੈਂਡ ਤੋਂ ਭੱਜਦੇ ਨੇ ਨਾ ਉਹ ਪ੍ਰੋਪਰਟੀਆਂ ਦੀ ਰੇਟ ਕਰਕੇ ਨਿਕਲਦੇ ਨੇ ਇੱਥੋਂ ਕਿ ਪ੍ਰੋਪਰਟੀਆਂ ਬਹੁਤ ਮਹਿੰਗੀਆਂ ਨੇ ਤੇ ਅਗਰ ਤੁਸੀਂ ਨਾਰਮਲ ਘਰ ਵੀ ਲੈਣਾ ਤਿੰਨ ਬੈੱਡਰੂਮ ਕਹਿ ਲਓ ਆਕਲੈਂਡ ਦੇ ਵਿੱਚ ਤੇ 9 ਲੱਖ ਤੋਂ ਸ਼ੁਰੂ ਹੁੰਦੇ ਨੇ ਅੱਛਾ ਠੀਕ ਹੈ 9 ਲੱਖ ਤੇ ਨਾਰਮਲ ਹੈ ਪ੍ਰਾਈਸ ਤੇ ਅਗਰ ਥੋੜਾ ਜਿਹਾ ਪੁਰਾਣਾ ਆ ਤੇ ਪੁਰਾਣਾ ਟੁੱਟਾ ਫੁੱਟਾ ਜਾਨੂੰ ਤੁਸੀਂ ਰੀਨੋਵੇਸ਼ਨ ਕਰਾਉਣੀ ਤੇ ਉਹ ਵੀ ਤੁਹਾਨੂੰ 7-8 ਲੱਖ ਦਾ ਹੀ ਮਿਲਣਾ ਤੇ ਪ੍ਰਾਪਰਟੀਆਂ ਪੱਖੋਂ ਇਹ ਬਹੁਤ ਜ਼ਿਆਦਾ ਮਹਿੰਗਾ ਹੈ ਰੈਂਟ ਬਹੁਤ ਜ਼ਿਆਦੇ ਨੇ ਓਕੇ ਠੀਕ ਹੈ ਜਿਹੜੀ ਐਸ ਕੰਪੇਰੀ ਆਹ ਜੀ ਹਾਂ ਜੀ 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 ਤੇ ਇੱਥੇ ਵੀ ਸਿਸਟਮ ਤਾਂ ਹੁਣ ਸਾਰੇ ਪਾਸੇ ਚੱਲ ਹੀ ਰਿਹਾ ਵਾ ਤੇ ਹੁਣ ਰੇਟ ਮੈਨੂੰ ਲੱਗਦਾ ਹੋਰ 2-3 ਸਾਲਾਂ ਦੇ ਵਿੱਚ ਪਰਤ ਦੀ ਪ੍ਰਾਪਰਟੀ ਮਾਰਕੀਟ ਕਿੱਕ ਆਫ ਕਰ ਜਾਣੀ ਆ ਤੁਸੀਂ ਮਤਲਬ ਹੁਣ ਹੁਣ ਵਾਰੀ ਹਰੇਕ ਬੰਦਾ ਕਹਿ ਰਿਹਾ ਵੀ ਹੁਣ ਵਾਰੀ ਬੈਸਟ ਆਸਟ੍ਰੇਲੀਆ ਦੀ ਆ ਸਾਰੇ ਤੁਸੀਂ ਜਗਾ ਵੀ ਦੇਖ ਲਿਓ ਨਾ ਕਰਕੇ ਵੀ ਸਾਰਾ ਆਸਟ੍ਰੇਲੀਆ ਇੱਕ ਪਾਸੇ ਇੱਧਰ ਇੱਕ ਇਕੱਲਾ ਹੀ ਵਿਚਾਰਾ ਇੱਕ ਇੱਕ ਸ਼ਹਿਰ ਇੱਕ ਸਟੇਟ ਇੱਕ ਪਾਸੇ ਕੀਤੀ ਹੋਈ ਆ ਤੇ ਹੁਣ ਸਾਰੇ ਪਾਸੇ ਅਫੋਰਡੇਬਿਲਟੀ ਲੋਕਾਂ ਦੇ ਹੱਥ ਖੜੇ ਹੋ ਰਹੇ ਆ ਤੇ ਹੁਣ ਇੱਥੇ ਵੀ ਹੋਪਫੁਲੀ ਸਾਰਾ ਕੁਝ ਵਧੀਆ ਹੋ ਜਾਣਾ ਤੇ ਇੱਕ ਚੀਜ਼ ਹੋਰ ਵੀ ਐਵਰੇਜ ਬੰਦਾ ਜਿਵੇਂ ਐਵਰੇਜ ਕਪਲ ਫੁੱਲ ਟਾਈਮ ਜੌਬ ਕਰ ਰਿਹਾ 40 ਘੰਟੇ ਕੰਮ ਕਰਕੇ ਕੀ ਉਹਦੇ ਵਾਸਤੇ ਵੀ ਇੱਕ ਠੀਕ ਠਾਕ ਕਰ ਲੈਣਾ ਅਫੋਰਡੇਬਲ ਮਤਲਬ ਅਫੋਰਡੇਬਲ ਹੈਗਾ ਤੇ ਕਿਵੇਂ ਜੇ ਸਿਸਟਮ ਚੱਲ ਰਿਹਾ ਕਿ ਬਾਲਾ ਔਖਾ ਕਿਵੇਂ ਆ ਕੰਮ ਇਹ ਓਵਰਆਲ ਨਹੀਂ ਅਫੋਰਡੇਬਲ ਦੇਖੋ ਮੈਂ ਪਰਸਨਲੀ ਇਹ ਚੀਜ਼ ਨੂੰ ਮੈਂ ਦੇਖਦਾ ਹਾਂ ਕਿ ਜਦੋਂ ਤੁਸੀਂ ਕਪਲ ਹੋ ਕੇ ਕਰ ਲੈ ਲੈਂਦੇ ਹੋ ਨਾ ਤੁਹਾਡੀ ਲਾਈਫ ਬੜੀ ਲਿਮਟਿਡ ਜੀ ਹੋ ਜਾਂਦੀ ਹੈ ਤੁਹਾਡੀਆਂ ਆਪਸ਼ਨਸ ਬੜੀਆਂ ਲਿਮਟਿਡ ਹੋ ਜਾਂਦੀਆਂ ਕਿ ਮੈਨੂੰ ਲੱਗਦਾ ਕਿ ਘਰ ਤੁਸੀਂ ਉਦੋਂ ਤੁਸੀਂ ਲਓ ਜਦੋਂ ਅਫੋਰਡ ਦੀ ਜਗ੍ਹਾ ਤੁਸੀਂ ਤੁਹਾਡੇ ਕੋਲ ਡਿਸਪੋਜ਼ੀਬਲ ਇਨਕਮ ਵੀ ਜਾਰੀ ਹੋਵੇ ਤੁਹਾਡਾ ਕੋਈ ਬਿਜ਼ਨਸ ਹੋਵੇ ਨਾ ਤੇ ਐਟ ਦਿਸ ਪੁਆਇੰਟ ਆਫ ਟਾਈਮ ਅਗਰ ਮੈਂ ਕਰ ਲੈਂਦਾ ਵਾ ਉਹ ਸਿਰਫ ਇਨਵੈਸਟਮੈਂਟ ਵਾਸਤੇ ਹੋਏਗਾ ਕਿ ਮੈਨੂੰ ਨਹੀਂ ਹੁੰਦਾ ਕਿ ਮੇਰੀ ਸਾਰੀ ਜਿਹੜੀ ਮਾਰਗੇਜ ਬੰਨੀ ਜਾਵੇ ਉਹ 20 30 ਸਾਲਾਂ ਤੱਕ ਮੈਂ ਕੁਝ ਹੋਰ ਬਾਏ ਹੀ ਨਾ ਕਰ ਸਕਾਂ ਜੋ ਇੱਥੇ ਹੁੰਦਾ ਆ ਕਪਲ ਅਫੋਰਡ ਤੇ ਉਹ ਕਰ ਲੈਂਦੇ ਆ ਕਰ ਲੈਂਦੇ ਆ ਫਿਰ ਉਹਨਾਂ ਦੀਆਂ ਚੁਆਇਸਿਜ਼ ਐਡੀਸ਼ਨਲ ਚੀਜ਼ਾਂ ਉਹਨਾਂ ਦੇ ਲੈਣੀਆਂ ਬਹੁਤ ਘੱਟ ਹੋ ਜਾਂਦੀਆਂ ਉਹ ਲਾਈਫ ਇੰਜੋਏ ਨਹੀਂ ਕਰ ਪਾਉਂਦੇ ਸਹੀ ਗੱਲ ਉਹਨਾਂ ਇਦਾਂ ਹੀ ਜੀ ਕੰਮ 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 ਮੈਂ ਬਹੁਤ ਜਿਹੜੇ ਨਵੇਂ ਕਪਲ ਮੇਰੀ ਉਮਰ ਦੇ ਹੀ ਆ ਹੂੰ ਠੀਕ ਹੈ ਜਿਨ੍ਹਾਂ ਨੇ ਘਰ ਲਏ ਦੋ ਦਿਨ ਜਾਣੇ ਉਹ ਨਾ ਦੇ ਵੀਕਐਂਡ ਦੇ ਬਾਹਰ ਨਿਕਲ ਸਕਦੇ ਆ ਹੂੰ ਠੀਕ ਹੈ ਉਹਨਾਂ ਨੇ ਹੀ ਕੰਮ ਕੀਤਾ ਹੋਇਆ ਡਬਲ ਦੋ ਦੋ ਸ਼ਿਫਟਾਂ ਲਾ ਕੇ ਥੱਕੇ ਹੋਏ ਆ ਸਾਨੂੰ ਰੈਸਟ ਚਾਹੀਦੀ ਆ ਹੂੰ ਠੀਕ ਹੈ ਤੇ ਉਹ ਮੈਨੂੰ ਆਸਪੈਕਟ ਨਹੀਂ ਵਧੀਆ ਲੱਗਦਾ ਬੜੇ ਤੇ ਘਰ ਅਫੋਰਡ ਅਗਰ ਲੈਣਾ ਹੀ ਹੈ ਤੁਸੀਂ ਫਹਾ ਲੈਣਾ ਹੀ ਹੈ ਹੂੰ ਤੇ ਅਗਰ ਦੋ ਜਾਨੇ ਕੰਮ ਕਰਦੇ ਬਏ ਆ ਹੂੰ ਸੇਵਿੰਗਸ ਹੈਗੀਆਂ ਤੁਸੀਂ ਜਿਆਦਾ ਬਾਹਰ ਮਨੀ ਸਪੈਂਡ ਨਹੀਂ ਕਰਦੇ ਹਾਂ हां ਠੀਕ ਹੈ ਤੁਹਾਡੇ ਲਈ ਘਰ ਲੈਣਾ ਬਹੁਤ ਸੌਖਾ ਹੈ ਪਰ ਅਗਰ ਤੁਸੀਂ ਇਨਵੈਸਟਮੈਂਟ ਘਰ ਦੇਖਣਾ ਹੈ ਸੋਚੋ ਇਹ ਤਿੰਨ ਫਰੈਂਡ ਨੇ ਜਾਂ ਚਾਰ ਫਰੈਂਡ ਨੇ ਤੁਸੀਂ ਕਰ ਲੈਣਾ ਆ ਉਹ ਹੋਰ ਵੀ ਜਿਆਦਾ ਸੌਖਾ ਹੈ ਜਦੋਂ ٹرسٹ ਦਾ ਤੁਸੀਂ ਬਣਾਉਂਦੇ ਹੋ ਬੈਂਕ ਤੁਹਾਨੂੰ ਬੈਂਕ ਲੋਨ ਬਹੁਤ ਜੀਤੀ ਛੇਤੀ ਦਿੰਦਾ ਹੈ ਡੈਫੀਨਿਟ ਪਰ ਕਪਲਸ ਲਈ ਲੈਣਾ ਔਖਾ ਨਹੀਂ ਹੈ ਬਟ ਭਾਵੇਂ ਆਸਟ੍ਰੇਲੀਆ ਹੋਵੇ ਪਰ ਖਾਸ ਕਰਕੇ ਨਿਊਜ਼ੀਲੈਂਡ ਕਿਉਂਕਿ ਘਰ ਜਿਆਦਾ ਮਹਿੰਗੇ ਨੇ ਤੇ ਇੰਟਰਸਟ ਰੇਟ ਵਧਣ ਦੇ ਨਾਲ ਨਾਲ ਫਿਰ ਤੁਹਾਡੀ ਉਹ ਕਿਸ਼ਤਾਂ ਵੀ ਵਧਦੀਆਂ ਰਹਿੰਦੀਆਂ ਨੇ ਤੇ ਉਹ ਚੀਜ਼ ਮਾਰਦੀ ਹੈ ਬਹੁਤ ਵਧੀਆ ਨਹੀਂ ਮੈਨੂੰ ਇਹ ਚੀਜ਼ ਨਾ ਪ੍ਰਾਪਰਟੀ ਪ੍ਰਾਈਸes ਦਾ ਸਾਰਾ ਕੁਝ ਦੇਖ ਕੇ ਮੈਨੂੰ ਨਾ ਥੋੜਾ ਜਿਹਾ ਵਧੀਆ ਇਹ ਹੁੰਦਾ ਵੀ ਚਲੋ ਮੈਂ ਵੈਸਟਰਨ ਆਸਟ੍ਰੇਲੀਆ 'ਚ ਹੈਗਾ ਤੇ ਇੱਥੇ ਫਿਲਹਾਲ ਚੀਜ਼ਾਂ ਅਫੋਰਡੇਬਲ ਨੇ ਤੇ 2021 ਦੇ ਵਿੱਚ ਜਿਹੜੇ ਮਕਾਨ ਦੇ ਵਿੱਚ ਮੈਂ ਬੈਠਾ ਇਹਦਾ ਪ੍ਰਾਈਸ 2021 ਦੇ ਵਿੱਚ 4 ਲੱਖ ਸੀਗਾ ਤੇ ਅੱਜ ਦੇ ਟਾਈਮ ਦੇ ਵਿੱਚ ਇਹ 5 20 ਦਾ ਹੋਇਆ ਹੋਇਆ ਤੇ ਇਦਾਂ ਦੀ ਸਿਮਿਲਰ ਪ੍ਰਾਪਰਟੀ ਮੈਲਬਨ ਸਿਡਨੀ ਦੇ ਵਿੱਚ ਤੁਹਾਨੂੰ ਘੱਟੋ ਘੱਟ 8-9 ਲੱਖ ਦੀ ਮਿਲਣੀ ਹੈ ਮਿਲੀਅਨ ਦੇ ਆਸ-ਪਾਸ ਚਲੇ ਜਾਣਾ ਕੰਮ ਜੋ ਵੀ ਸਿਟੀ ਤੋਂ ਸਿਟੀ ਤੋਂ 20-30 ਮਿੰਟ ਦੂਰ ਤੇ ਤੇ ਉੱਥੇ ਸਵਾਲ ਨਹੀਂ ਪੈਦਾ ਹੁੰਦਾ ਗਾ ਤੁਸੀਂ ਇੱਥੋਂ ਮਤਲਬ 5 ਮਿੰਟ ਤੇ ਫਰੀਵੇ ਆ ਫਿਲਹਾਲ ਵੈਸਟਰਨ ਆਸਟ੍ਰੇਲੀਆ ਵਧੀਆ ਓਪਰਚੁਨਿਟੀ ਵਾਸਤੇ ਵੀ ਤੇ ਹੁਣ ਹੋਪਫੁਲੀ ਮੈਂ ਨਵਾਂ ਕੰਮ ਵੀ ਸ਼ੁਰੂ ਕੀਤਾ ਹੁਣ ਦੇਖੋ ਗਾਂ ਗਾਂ ਕੀ ਹੁੰਦਾ ਪਰ ਹੁਣ ਫਿਲਹਾਲ ਬਹੁਤ ਮਜ਼ਾ ਆ ਰਿਹਾ ਮਜ਼ਾ ਆ ਰਿਹਾ ਵਲੇ ਵਲੇ ਵਈ ਪਈਆ ਕਰਕੇ ਮੈਂ ਨਾ ਇਤਾਂ ਕੀ ਇੱਥੇ ਕਮਿਸ਼ਨ ਕੇ ਹਿਸਾਬ ਨਾਲ ਹੁੰਦਾ ਜਦੋਂ ਤੁਸੀਂ ਕਾਰ ਵੇਚਦੇ ਹੋ ਕਿਉਂਕਿ ਮੈਨੂੰ ਤੇ ਆਈਡੀਆ ਨਹੀਂ ਹੈ ਬਟ ਇਹ ਕੀ ਬੈਨੀਫੀਸ਼ੀਅਲ ਹੈ ਇੱਕ ਨਾਰਮਲ ਜੌਬ ਨਾਲੋਂ ਅਗਰ ਮੈਂ ਮੈਨੇਜਮੈਂਟ ਦੇ ਵਿੱਚ ਆ ਤੁਸੀਂ ਕੀ ਮੈਨੂੰ ਕਹੋਗੇ ਕਿ ਯਾਰ ਸ਼ਾਇਦ ਉਹ ਕਾਰਪੋਰੇਟ এনवायरमेंट ਜਿੰਨਾ ਪੈਸਾ ਨਹੀਂ ਜਿੰਨਾ ਇਹਦੇ ਵਿੱਚ ਐਜ਼ ਅ ਸੇਲਸਮੈਨ ਹੈ ਨਹੀਂ ਇਹਦੇ ਵਿੱਚ ਇਹ ਚ ਡਿਪੈਂਡ ਕਰਦਾ ਸਾਰਾ ਕੁਝ ਕੀ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਤੇਰੀ ਅ ਡਿਪਾਰਟਮੈਂਟ ਦੀ ਕੰਡੀਸ਼ਨ ਇਹ ਆ ਵੀ ਤੁਸੀਂ 2 ਸਾਲ ਕਿਸੇ ਬੰਦੇ ਥੱਲੇ ਕੰਮ ਕਰਨਾ 2 ਸਾਲ ਤੁਸੀਂ ਮਿਨੀਮਮ ਪੇ ਉਹ ਤੋਂ ਲੈਣੇ ਉਹ ਤੋਂ ਬਾਅਦ ਤੁਹਾਨੂੰ ਲਾਇਸੈਂਸ ਮਿਲਦਾ ਮੇਨ ਲਾਇਸੈਂਸੀ ਦਾ ਮਤਲਬ ਮੇਨ ਲਾਇਸੈਂਸ ਤੁਹਾਨੂੰ ਦੋ ਡਿਪਾਰਟਮੈਂਟ ਨੂੰ ਸਭ ਕੁਝ ਭੇਜ ਕੇ ਫਿਰ ਤੁਹਾਨੂੰ ਲਾਇਸੈਂਸ ਮਿਲਦਾ ਫਿਰ ਤੁਸੀਂ ਇੰਡੀਪੈਂਡੈਂਟ ਹੋਗੇ ਕੋਈ ਕੰਮ ਕਰ ਸਕਦੇ ਹੋ ਇਹਦੇ ਵਿੱਚ ਇੱਕ ਚੀਜ਼ ਸਭ ਤੋਂ ਇੰਪੋਰਟੈਂਟ ਮੈਨੂੰ ਇਹ ਲੱਗਦੀ ਆ ਵੀ ਤੁਸੀਂ ਇਹ ਦੇਖੋ ਵੀ ਇੱਥੇ ਆਸਟ੍ਰੇਲੀਆ ਦੇ ਵਿੱਚ ਆਪਾਂ ਆਪਾਂ ਆਪਣੇ ਆਪਣੇ ਬੰਦਿਆਂ ਦੀ ਵੀ ਗੱਲ ਕਰਦੇ ਆਂ ਸਭ ਦੀ ਗੱਲ ਕਰਦੇ ਆਂ ਸਭ ਤੋਂ ਕੀਮਤੀ ਚੀਜ਼ ਇੱਥੇ ਹਰੇਕ ਬੰਦੇ ਕੋਲ ਸਭ ਤੋਂ ਕੀਮਤੀ ਚੀਜ਼ ਉਹਦਾ ਘਰ ਆ। ਹੂੰ ਤੇ ਕੋਈ ਬੰਦਾ ਆਪਣਾ ਘਰ ਕਿਸੇ ਨੂੰ ਮੈਨੂੰ ਵੇਚਣ ਨੂੰ ਜਾਂ ਕਿਸੇ ਚਲ ਬੇ ਕਿਸੇ ਨੂੰ ਵੇਚਣ ਨੂੰ ਦੇ ਰਿਹਾ ਉਹ ਤੇ ਤੁਹਾਨੂੰ ਟਰਸਟ ਹੋਣਾ ਚਾਹੀਦਾ ਤੁਹਾਨੂੰ ਹੋਣਾ ਚਾਹੀਦਾ ਵੀ ਹਾਂ ਵੀ ਮੇਰੇ ਨਾਲ ਇਹ ਗਲਤ ਪ੍ਰਾਈਸ ਨਾਲ ਮੇਰਾ ਘਰ ਨਹੀਂ ਵੇਚੂਗਾ ਇਹ। ਆ ਮੇਰਾ ਬਾਤ ਤੋਂ ਬਾਅਦ ਫਾਇਦਾ ਕਰਾਉ ਕਿਉਂਕਿ ਜਿਹੜਾ ਵੇਚ ਰਿਹਾ ਜਿਹੜਾ ਸੈਲਰ ਆ ਨਾਰਮਲ ਜਿਹੜੇ ਸੇਲਜ਼ ਰੈਪ ਨੇ ਜਿਵੇਂ ਅਸੀਂ ਆ ਅਸੀਂ ਸੈਲਰ ਵਾਸਤੇ ਕੰਮ ਕਰਦੇ ਆ ਜੇ ਤੁਸੀਂ ਬਾਹਰ ਏਜੰਟ ਐਸ ਅ ਬਾਹਰ ਏਜੰਟ ਕੰਮ ਕਰਦੇ ਹੋ ਤੇ ਤੁਸੀਂ ਬਾਹਰ ਵਾਸਤੇ ਬਾਹਰ ਤੋਂ ਪੈਸੇ ਲੈ ਕੇ ਬਾਹਰ ਨੂੰ ਵਧੀਆ ਪ੍ਰਾਪਰਟੀ ਲੱਭ ਕੇ ਦਿੰਨੇ ਹੋ ਇਹ ਸੇਮ ਟਾਈਮ ਤੇ ਤੁਸੀਂ ਸੈਲਰ ਤੋਂ ਤੇ ਬਾਹਰ ਤੋਂ ਇੱਕ ਕੰਪਨੀ ਦੇ ਵਿੱਚ ਜਾਂ ਇੱਕ ਹੀ ਬੰਦਾ ਪੈਸੇ ਨਹੀਂ ਲੈ ਸਕਦਾ ਜਾਂ ਤੁਸੀਂ ਸੈਲਰ ਤੋਂ ਪੈਸੇ ਲਓਗੇ ਤੇ ਜਾਂ ਤੁਸੀਂ ਬਾਹਰ ਤੋਂ ਪੈਸੇ ਲਾਉਂਗੇ ਅਸੀਂ ਵੇਚਦੇ ਆਂ ਤੇ ਟਰਸਟ ਬਣਦੇ ਬਣਦੇ ਨੂੰ ਲੋਕਾਂ ਤੇ ਟਾਈਮ ਲੱਗਦਾ ਜਦੋਂ ਤੁਸੀਂ ਲੋਕਾਂ ਨੂੰ ਮਿਲਦੇ ਹੋ ਤੇ ਕੋਈ ਵੀ ਬੰਦਾ ਹੋ ਸਕਦਾ x y z ਬੰਦਾ ਹੋ ਸਕਦਾ ਉਹਨੂੰ ਤੁਸੀਂ ਮਿਲਦੇ ਹੋ ਉਹਨਾਂ ਨਾਲ ਗੱਲਬਾਤ ਕਰਦੇ ਵੀ ਮੈਂ ਆ ਕੰਮ ਸ਼ੁਰੂ ਕਰਿਆ ਉਹਨੂੰ ਤੁਸੀਂ 6 ਮਹੀਨੇ ਬਾਅਦ ਫੇਰ ਮਿਲਦੇ ਹੋ ਉਹਨੂੰ ਸਾਲ ਬਾਅਦ ਫੇਰ ਮਿਲਦੇ ਹੋ 2 ਸਾਲ ਬਾਅਦ ਫੇਰ ਮਿਲਦੇ ਹੋ ਕੀ ਪਤਾ ਤੁਹਾਨੂੰ ਕੰਮ ਦਵੇ ਹੀ ਨਾ ਹੋ ਪਰ ਜੇ ਕਿਤੇ 5 ਸਾਲ ਬਾਅਦ ਜੇ ਉਹਨੂੰ ਲੱਗਦਾ ਯਾਰ ਵੀ ਹਾਂ ਵਾਕੇ ਹੀ ਆ ਬੰਦਾ ਕੰਮ ਕਰ ਰਿਹਾ ਤੇ ਕੰਮ ਵਧੀਆ ਕਰ ਰਿਹਾ ਮੈਂ ਇਹਦੇ ਇਹਦੇ ਰਿਗਾਰਡਿੰਗ ਕੋਈ 네ਗੇਟਿਵ ਚੀਜ਼ ਨਹੀਂ ਦੇਖ ਸੁਣੀ ਹੈਗੀ ਸਹੀ ਹੈ ਸਾਰਾ ਕੁਝ ਲੈਟਸ ਟ੍ਰਾਈ ਇੱਕ ਜਾਂ ਕਿਸੇ ਫਰੈਂਡ ਨੂੰ ਰეკਮੈਂਡ ਕਰਤਾ ਜਾਂ ਆਪਣੀ ਪ੍ਰਾਪਰਟੀ ਦੇਤੀ ਕੁਝ ਵੀ ਆ ਜਿੰਨਾ ਚਿਰ ਤੱਕ ਸਾਹਮਣੇ ਵਾਲੇ ਬੰਦੇ ਦੇ ਫੋਨਾਂ ਦੇ ਵਿੱਚ ਜਿਹਨੂੰ ਤੁਸੀਂ ਨਵੇਂ ਬੰਦੇ ਨੂੰ ਮਿਲਦੇ ਹੋ ਜਿੰਨਾ ਚਿਰ ਤੱਕ ਉਹਦੇ ਫੋਨ ਦੇ ਵਿੱਚ ਤੁਹਾਡਾ ਨਾਮ ਮੇਰਾ ਨਾਮ ਨਵਪ੍ਰੀਤ ਹੈ ਸੇਲ ਡੀਲੀਜੈਂਟ ਜਾਂ ਰੀਅਲ ਏਸਟੇਟ ਕੁਛ ਵੀ ਜੋ ਵੀ ਉਹਦੇ ਉਹਨੂੰ ਠੀਕ ਲੱਗੇ ਜਿੰਨਾ ਚਿਰ ਤੱਕ ਉਹ ਸੇਵ ਨਹੀਂ ਹੁੰਦਾ ਤੇ ਲਗਾਤਾਰ 4-5 ਸਾਲ ਸੇਵ ਹੋਈ ਜਾਣ ਜਦੋਂ ਲੋਡ ਪਵੇ ਮੈਨੂੰ ਫੋਨ ਆਵੇ ਉਦੋਂ ਜਾ ਕੇ 4-5 ਸਾਲ ਬਾਅਦ ম্যাਜਿਕ ਸ਼ੁਰੂ ਹੋਣਾ 5 ਸਾਲ ਬਾਅਦ ਮੈਨੂੰ ਲੱਗਦਾ ਹੈ ਉਦੋਂ ਕਹਿ ਸਕਦੇ ਆਂ ਵੀ ਹਾਂ ਵਧੀਆ ਵਾ ਤੁਹਾਨੂੰ ਉਸ ਚੀਜ਼ ਵਾਸਤੇ ਜੋ ਵੀ ਵਟ ਏਵਰ ਇਟ ਟੋਕਸ ਤੁਹਾਨੂੰ ਸਾਰਾ ਕੁਝ ਉਸ ਚੀਜ਼ ਵਾਸਤੇ ਕਰਨਾ ਪੈਣਾ ਇਟਸ ਨੋਟ ਬੀ ਇਦਾਂ ਨਹੀਂ ਹੈਗਾ ਇਹ ਵੀ ਤੁਸੀਂ ਸਵੇਰੇ 9 ਵਜੇ ਦਫ਼ਤਰ ਚਲੇਗੇ ਤੇ 4 ਵਜੇ ਛੁੱਟੀ ਬਾਜੀ ਮੈਂ ਹੁਣ ਕੁਝ ਨਹੀਂ ਕਰਨਾ ਮੈਂ ਕਹਿੰਦਾ ਫੋਨ ਨਹੀਂ ਚੁੱਕਾਂਗਾ ਇਹ ਤਾਂ 24 ਜਾਂ ਗੁੱਡਵਿll ਜਾਂ ਕਨੈਕਸ਼ਨ ਜਾਂ ਰੈਪਿਊਟੇਸ਼ਨ ਆਪਣੀ ਬਣਾਉਣੀ ਤੇ ਰਿਲੇਸ਼ਨਸ਼ਿਪ ਬਣਾਉਣੀ ਸਾਰਾ ਕੁਝ ਆ ਇਹ ਚ ਸਾਰਾ ਕੁਝ ਆ ਡਿਪਾਰਟਮੈਂਟ ਦੀ ਜਿਹੜਾ ਡਿਪਾਰਟਮੈਂਟ ਆਫ ਮਾਈਂਸ ਜਿਹੜਾ ਮੇਨ ਇਹਨੂੰ ਰੈਗੂਲੇਟ ਕਰਦਾ ਉਹਦੀ ਜੇ ਤੁਸੀਂ ਐਜ਼ ਅ ਸੇਲਜ਼ ਰੈਪ ਵੀਰ ਆਪਣੀ ਰਜਿਸਟ੍ਰੇਸ਼ਨ ਕਰਾਉਣੀ ਹੈ ਡਿਪਲੋਮਾ ਕਰਨ ਤੋਂ ਬਾਅਦ ਤੇ ਉਹਦੀ ਸਭ ਤੋਂ ਮੇਨ ਪਹਿਲੀ ਕੈਰੈਕਟਰ ਆਪਣੀ ਰਿਕੁਆਇਰਮੈਂਟ ਇਹੀ ਆ ਯੂ ਹੈਵ ਟੂ ਬੀ ਆਫ ਗੁੱਡ ਕੈਰੈਕਟਰ ਤੁਹਾਡਾ ਕੈਰੈਕਟਰ ਵਧੀਆ ਹੋਣਾ ਚਾਹੀਦਾ ਸਭ ਤੋਂ ਪਹਿਲੀ ਰਿਕੁਆਇਰਮੈਂਟ ਪਹਿਲੀ ਕੰਡੀਸ਼ਨ ਇਹੀ ਆ ਤੇ ਆਬਵੀਅਸਲੀ ਚਲੋ ਉਹਨਾਂ ਨੂੰ ਪੁਲਿਸ ਕਲੀਅਰੈਂਸ ਆ ਵਗੈਰਾ ਸਾਰਾ ਕੁਝ ਦੇ ਕੇ ਉਹਨਾਂ ਨੂੰ ਦੇਣੀਆਂ ਵੀ ਪੈਂਦੀਆਂ ਨੇ ਪਰ ਇਹਦੇ ਵਿੱਚ ਪਹਿਲੀ ਸਭ ਤੋਂ ਪਹਿਲੀ ਚੀਜ਼ ਆਹੀ ਆ ਵੀ ਤੁਹਾਡਾ ਤੁਹਾਡਾ ਨਾਮ ਕਹੇ ਜਾ ਤੁਸੀਂ ਕੀ ਕਰ ਰਹੇ ਹੋ ਤੇ ਜਦੋਂ ਨਾਰਮਲੀ ਇਹ ਚ ਤੁਸੀਂ ਇੱਕ ਚੀਜ਼ ਆ ਦੇਖੋ ਅੱਜ ਮੈਂ ਹੁਣ ਆਫਿਸ ਤੋਂ ਹੀ ਆ 22 ਉਹਨਾਂ ਦੀ ਅਪਾਇੰਟਮੈਂਟ ਸੀਗੀ ਤੇ ਉਹ ਜਿਹੜੀ ਪ੍ਰਾਪਰਟੀ ਸੀਗੀ ਉਹ ਬਹੁਤ ਬਹੁਤ ਮਹਿੰਗੀ ਆ ਉਹ ਮਤਲਬ ਬਹੁਤ ਡੇ ਨੰਬਰਾਂ ਚ ਆ ਉਹ ਤੇ ਜਿਹੜੇ ਬੰਦੇ ਨੇ ਜਿਹੜਾ ਬੰਦਾ ਵੇਚ ਰਿਹਾ ਤੇ ਉਹ ਉਹਨੇ 22 ਨੂੰ ਕਾਫੀ ਸ਼ਾਪ ਤੇ ਬੁਲਾਇਆ ਹੂੰ ਤੁਸੀਂ ਉੱਥੇ ਮਤਲਬ ਉੱਥੇ ਜਾ ਕੇ ਤੁਹਾਨੂੰ ਆਪਣੇ ਸਾਰੇ ਟੂਲ ਸੈਲਰ ਸਾਹਮਣੇ ਰੱਖਣੇ ਪੈਂਦੇ ਆ ਆਹਾ ਮੈਂ ਆ ਮੇਰੀ ਪ੍ਰੋਫਾਈਲ ਆ ਮੈਂ ਉਹ ਬੰਦਾ ਆ ਸਾਲ ਦੀਆਂ 250 ਤੋਂ 300 ਲਿਸਟਿੰਗਾਂ ਵੇਚ ਰਿਹਾ ਵੀ ਮੈਂ ਇੰਨੀਆਂ ਲਿਸਟਿੰਗਾਂ ਵੇਚਦਾ ਆ ਆਹ ਤਰੀ ਫਲਾਣੀ ਗਲੀ 'ਚ ਵੀ ਮੈਂ ਵੇਚਿਆ ਇੱਥੇ ਵੀ ਮੈਂ ਵੇਚਿਆ ਸਾਰਾ ਕੁਝ ਮੈਂ ਕਰਿਆ ਆ ਮੇਰਾ ਟਰੈਕ ਰਿਕਾਰਡ ਆ ਇੰਨੇ ਦਿਨਾਂ 'ਚ ਮੈਂ ਵੇਚ ਦੂੰਗਾ ਪੂਰਾ ਉਹਨੂੰ ਦੱਸਣਾ ਪੈਂਦਾ ਫੇਰ ਅਗਲੇ ਨੇ ਤੁਹਾਡੇ ਨਾਲ ਲਿਸਟਿੰਗ ਸਾਈਨ ਕਰਨੀ ਆ ਤੇ ਲਿਸਟਿੰਗ ਲੈਣਾ ਹੀ ਇੰਪੋਰਟੈਂਟ ਆ ਉਹੀ ਇੰਪੋਰਟੈਂਟ ਆ ਵੀ ਮੈਂ ਤੇਰੇ ਨਾਲ ਵੇਚਣਾ ਕਿਉਂਕਿ ਬਹੁਤ ਲੋਕ ਨੇ ਜਿਹੜੇ ਪਾਰਟ ਟਾਈਮ ਕੰਮ ਕਰ ਰਹੇ ਆ ਜਿਨ੍ਹਾਂ ਨੇ ਰਜਿਸਟ੍ਰੇਸ਼ਨਾਂ ਕਰਾ ਕੇ ਰੱਖੀਆਂ ਹੋਈਆਂ ਨੇ ਵੀ ਜੇ 2-3 ਮਹੀਨੇ ਚ ਇੱਕ ਅੱਧਾ ਘਰ ਵੇਖ ਜਾਂਦਾ ਉਹਨਾਂ ਦੀ ਬੱਲੇ ਬੱਲੇ ਆ ਪਰ ਉਹ ਫਿਰ ਉਹ ਹੁੰਦੇ ਨਹੀਂ ਫਿਰ ਉਹ ਕੀ ਕਹਿੰਦੇ ਹੁੰਦੇ ਆ ਉਹ ਮਾਰਕੀਟ ਨੂੰ ਡਿਸਟਰਬਟ ਜਾਂ ਕਰਦੇ ਆ ਫਿਰ ਉਹ ਤੇ ਜਿਹੜਾ ਇਹ ਟਾਈਮ ਪੀਰੀਅਡ ਹੁੰਦਾ ਕਿ ਮੈਂ 1 ਮਹੀਨੇ ਚ ਘਰ ਵੇਚ ਦੂੰਗਾ ਇਹ ਦੋ ਮਹੀਨੇ ਘਰ ਵੇਚ ਦੂੰਗਾ ਕੀ ਇਹ ਅਚੀਵेबल ਵੀ ਹੁੰਦਾ ਕਿ ਵੇਖ ਵੀ ਜਾਂਦਾ ਜਾਂ ਉਹਨੂੰ ਕਦੀ ਕਦੀ ਟਾਈਮ ਜ਼ਿਆਦਾ ਲੱਗ ਜਾਂਦਾ ਘਰ ਤਾਂ 24 ਘੰਟੇ ਚ ਵਿਕ ਰਹੇ ਆ ਅੱਛਾ ਇੰਨੀ ਜ਼ਿਆਦਾ ਡਿਮਾਂਡ ਹੈ ਤੁਸੀਂ ਮਤਲਬ ਉਹ ਅਚੀਵेबल ਆ ਮਤਲਬ ਉਹ ਲਿਸਟਿੰਗ ਲੈ ਕੇ ਆਓ ਜੇ ਲਿਸਟਿੰਗਾਂ ਵਧੀਆਂ ਨੇ ਜੇ ਘਰ ਵਧੀਆਂ ਨੇ ਜੋ ਰੇਟ ਬਾਹਰ ਨੂੰ ਚਾਹੀਦਾ ਉਹ ਪ੍ਰਾਪਰਟੀ ਆਫ ਦਾ ਆਫ ਮਾਰਕੀਟ ਵੀ ਬੇਚ ਸਕਦੇ ਆ ਤੁਹਾਨੂੰ ਮਾਰਕੀਟਿੰਗ ਦਾ 1 ਡਾਲਰ ਵੀ ਦੇਣ ਦੀ ਲੋੜ ਨਹੀਂ ਹੈਗੀ ਜਿਵੇਂ realestate.com ਹੈ ਤੋ ਨਿਊਜ਼ੀਲੈਂਡ ਵੀ ਚੱਲਦੀ ਹੋਣੀ ਹੈ ਸ਼ਾਇਦ ਉਹ ਕਾਫੀ ਵੱਡੀ ਵੈਬਸਾਈਟ ਆ ਉਹ ਤੇ ਉਹੀ ਵੈਬਸਾਈਟ ਦੇ ਉੱਤੇ ਲਿਸਟ ਕਰਨ ਦਾ 1500 ਡਾਲਰ ਲੈ ਲੈਂਦੇ ਆ ਘਰ ਹੋਰ ਤੁਸੀਂ ਬੋਰਡ ਲਾਉਣੇ ਆ ਸਾਈਨਿੰਗ ਲਾਉਣੇ ਆ ਮਾਰਕੀਟਿੰਗ ਦਾ ਵੀ ਖਰਚਾ ਹੁੰਦਾ ਪਰ ਫਿਲਹਾਲ ਵੈਸਟਨ ਆਸਟ੍ਰੇਲੀਆ ਦੀ ਪ੍ਰਾਪਰਟੀ ਮਾਰਕੀਟ ਬਹੁਤ ਬਹੁਤ ਹੌਟ ਆ ਸਾਰੇ ਮੈਂ ਤੁਹਾਨੂੰ ਦੱਸਿਆ ਆਪਣਾ ਅਸੀਂ ਸੈਟਰਡੇ ਇੱਕ ਪ੍ਰਾਪਰਟੀ ਲਿਸਟ ਕੀਤੀ ਆ ਤੇ ਅੱਜ ਮੰਡੇ ਹੋਇਆ ਸੈਟਰਡੇ ਸਵੈਰੀ ਲਿਸਟ ਕਰਕੇ ਸੈਟਰਡੇ ਸ਼ਾਮ ਸ਼ਾਮ ਤੱਕ ਸਾਡੇ ਕੋਲ 6 ਆਫਰ ਸੀਗੇ ਤੇ ਮੈਕਸਿਮਮ ਆਫਰ ਉਹ 70000 ਉੱਤੇ ਦੀ ਵੇਗੀ ਪ੍ਰਾਪਰਟੀ ਉਹ ਉਹ ਪਹਿਲਾਂ ਹੀ ਮਾਰਕਟ ਕਰਕੇ ਮਾਰਕਟ ਹੌਟ ਆ ਪਹਿਲਾਂ ਹੀ ਥੋੜਾ ਜਿਹਾ ਰੇਟ ਉਹਦਾ ਠੀਕ ਵਧੀਆ ਸੀਗਾ ਤੇ ਉਹ ਤੋਂ ਵੀ ਹੁਣ 70000 ਉੱਤੇ ਗਈ ਆ ਦੈਟਸ ਫੈਂਟੈਸਟਿਕ ਮੈਨ ਜੀ ਨਹੀਂ ਬਹੁਤ ਵਧੀਆ ਪੂਰਾ ਮਜ਼ਾ ਆ ਰਿਹਾ ਜੋੜਾ ਸ਼ੋਰਾ ਦਾ ਕੰਮ ਚੱਲ ਰਿਹਾ ਪੂਰਾ ਜੋੜਾ ਸ਼ੋਰਾ ਤੇ ਆ ਇੱਕ ਮੈਨੂੰ ਲੱਗਦਾ ਇੱਕ ਇੱਕ ਪ੍ਰੋਬਲਮ ਹੈ ਇਹ ਮੈਨੂੰ ਇਹ ਲੱਗਦਾ ਨਾ ਵੀ ਨਾਲ ਕੰਮ ਮੈਂ ਸ਼ੁਰੂ ਕਰਿਆ ਬੇਸ਼ੱਕ ਨਾਲ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਕਿਉਂਕਿ ਕੋਈ ਦੱਸਣ ਵਾਲਾ ਨਹੀਂ ਕੋਈ ਸਮਝਾਉਣੇ ਵਾਲਾ ਨਹੀਂ ਤੇ ਮੈਨੂੰ ਇਹ ਆ ਵੀ ਚਾਹੇ ਬੇਸ਼ੱਕ ਮੈਂ ਕਿਸੇ ਕਿਸੇ ਦਾ ਘਰ ਵੇਚਾਂ ਨਾ ਵੇਚਾਂ ਕਿਸੇ ਨੂੰ ਲੈ ਕੇ ਦਵਾਂ ਨਾ ਲੈ ਕੇ ਦਵਾਂ ਪਰ ਮੈਂ ਐਟ ਲੀਸਟ ਲੋਕਾਂ ਦੀ ਮਦਦ ਕਰ ਸਕਦਾ ਜਿਹੜੇ ਲੋਕ ਨਹੀਂ ਕਰਦੇ ਠੀਕ ਆ ਤੁਸੀਂ ਇਹ ਚੀਜ਼ ਦੇਖ ਲਓ ਇਹ ਅੱਜ ਤੋਂ ਨਹੀਂ ਪਿਛਲੇ 3 ਸਾਲ ਤੋਂ ਹੀ ਆ ਪੂਰਾ ਆਸਟ੍ਰੇਲੀਆ ਵਾਇਡ ਪੰਜਾਬੀ ਕੈਂਗਰੂ ਚੱਲਦਾ ਤੇ ਕੋਈ ਐਸਾ ਫੇਸਬੁੱਕ ਤੇ ਪੇਜ ਜਾਂ ਕੋਈ ਐਸਾ ਇੰਸਟਾਗ੍ਰam ਚੈਨਲ ਇਹ ਨਹੀਂ ਹੋਣਾ ਜਿਨੇ ਸਿੱਧਾ ਹੀ ਆਪਣੇ ਫੋਨ ਨੰਬਰ ਪਾਏ ਹੋਏ ਆ ਮੇਰਾ ਫੋਨ ਨੰਬਰ ਸਾਰੇ ਪਾਸੇ ਪਿਆ ਤੇ ਵਧੀਆ ਕਿਉਂਕਿ ਮੈਨੂੰ ਇਹ ਲੱਗਦਾ ਵੀ ਇਹ ਵੀਨ ਵਧੀਆ ਇਹ ਬਹੁਤ ਵਧੀਆ ਚੀਜ਼ ਆ ਤੇ ਮੈਂ ਨਾ ਆਪਣੀ ਜਿਹੜੀ ਮੇਰੀ ਇੱਕ ਰੈਪਿਊਟੇਸ਼ਨ ਜਾਂ ਮਤਲਬ ਇੱਕ ਮੇਰੀ ਇਮੇਜ ਬਣੀ ਆ ਇਹ ਇੱਕ ਵੱਡੇ ਭਰਾ ਵਾਲੀ ਇਮੇਜ ਬਣ ਗਈ ਆ ਮੈਨੂੰ ਲੱਗਦਾ ਇੱਕ ਵੀ ਮੈਨੂੰ ਮੈਨੂੰ ਫੋਨ ਕਰਨ ਤੋਂ ਪਹਿਲਾਂ ਕੋਈ ਹੈਜ਼ਿਟੇਟ ਨਹੀਂ ਕਰਦਾ ਮੈਨੂੰ ਮੈਨੂੰ ਫੋਨ ਤੇ ਗੱਲਾਂ ਮੈਨੂੰ ਦੱਸ ਦਿਆਂ ਕੀ ਚੱਲ ਰਿਹਾ ਸਾਰਾ ਕੁਝ ਹੈਗਾ ਜੇ ਮੇਤੋਂ ਕੁਝ ਹੁੰਦਾ ਮੈਂ ਕਰਾ ਨਾ ਨਹੀਂ ਤੁਸੀਂ ਇਹ ਦੇਖ ਲਓ ਮਾਈਗ੍ਰੇਸ਼ਨ ਵਾਲੇ ਕਈ ਬੰਦੇ ਹੈਗੇ ਆ ਜਿਹੜੇ ਸ਼ਨੀਵਾਰ ਜਾਂ ਐਤਵਾਰ ਨੂੰ ਸਪੈਸ਼ਲੀ ਫੋਨ ਨਹੀਂ ਚੱਕਦੇ ਤੇ ਚੱਕਦੇ ਹੀ ਨਹੀਂ ਹੈਗੇ ਪਤੰਤਰ ਉਹ ਤਾਂ ਮੰਡੇ ਦਫਤਰ ਚ ਫੋਨ ਛੱਡ ਜਾਂਦੇ ਆ ਤੇ ਮਤਲਬ ਫਰਡੇ ਨੂੰ ਤੇ ਮੰਡੇ ਜਾ ਕੇ ਦਫਤਰ ਦੇ ਵਿੱਚ 10 ਵਜੇ ਬਹਿ ਕੇ ਫੇਰ ਉੱਥੋਂ ਕਾਲ ਬੈਕ ਕਰਦੇ ਆ ਤੇ ਕੋਵਿਡ ਦੇ ਵਿੱਚ ਇੰਨਾ ਕੁਝ ਹੋਇਆ ਲੋਕਾਂ ਦੇ ਵੀਜ਼ੇ ਮੁੱਕਰੇ ਸੀ ਇੰਨਾ ਕੁਝ ਹੋ ਰਿਹਾ ਸੀਗਾ ਆਪਾਂ ਐਤਵਾਰ ਨੂੰ ਬਾਈ ਜਿਹੜੇ ਕਈ ਮਾਈਗ੍ਰੇਸ਼ਨ ਵਾਲਾ ਨੂੰ ਫੋਨ ਕਰ ਕਰਕੇ ਉਹਨਾਂ ਬੰਦਿਆਂ ਦੀ ਮਦਦ ਕਰੀ ਆ ਤੇ ਉਹ ਵੀ ਬਾਈ ਧੰਨ ਨੇ ਸਾਰੀ ਜਿਹੜੇ ਮਤਲਬ ਜਿਹੜੇ ਸਾਹਮਣੇ ਹੁਣ ਮੈਂ ਤਾਂ ਫੋਨ ਹੀ ਕਰਿਆ ਨਾ ਉਹ ਸਾਹਮਣੇ ਐਫਰਟ ਤਾਂ ਉਹ ਬੰਦੇ ਨੇ ਨਾ ਜਿਹੜੇ ਜਿਹੜੇ ਸਪੈਸ਼ਲੀ ਆ ਠੁੱਟੀ ਵਾਲੇ ਦੇਨ ਜਾ ਕੇ ਉੱਥੇ ਕੰਮ ਕਰ ਰਹੇ ਆ ਕਿਸੇ ਬੰਦੇ ਦੀ ਫਾਈਲ ਪਾ ਰਹੇ ਆ ਮੈਂ ਤਾਂ ਇੱਕ ਵਿਚਾਲਾ ਬੰਦਾ ਵਾਂ ਠੀਕ ਹੈ ਇੱਕ ਮੀਡੀਅਨ ਬਣਿਆ ਕਰਕੇ ਪਰ ਮੈਂ ਕੁਝ ਨਹੀਂ ਕਰਿਆ ਪਰ ਵਧੀਆ ਮੈਨੂੰ ਸਹੀ ਆ ਮੈਂ ਕਿਸੇ ਬੰਦੇ ਦੀ ਮਦਦ ਕਰ ਰਿਹਾ ਜੇ ਮੈਂ ਕੋਈ ਛੋਟਾ ਜਿਹਾ ਕੰਮ ਕਰ ਰਿਹਾ ਕਿਸੇ ਬੰਦੇ ਦੀ ਹੈਲਪ ਹੋ ਰਹੀ ਹੈ ਤੇ ਮੈਨੂੰ ਮੈਨੂੰ ਵਧੀਆ ਲੱਗਦਾ ਇਹ 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 ਕਿਵੇਂ ਬਹੁਤ ਘੱਟ ਬੰਦਿਆਂ ਦੇ ਹਿੱਸੇ ਆਉਂਦਾ ਇਹ ਹਰੇਕ ਬੰਦੇ ਦੇ ਨਹੀਂ ਕੰਮ ਮਤਲਬ ਹਿੱਸੇ ਆਉਂਦਾ ਹੈ ਸੇਵਾ ਲੱਗੀ ਆ ਕਰੀ ਜਾਓ ਜੀ ਜੀ ਵਧੀਆ ਮੈਨੂੰ ਮੈਨੂੰ ਵਧੀਆ ਲੱਗਦਾ ਸਾਰਾ ਕੁਝ ਵਧੀਆ ਫੀਲ ਹੋ ਰਿਹਾ ਬਾਕੀ ਤੁਸੀਂ ਦੱਸੋ ਹੁਣ ਅੱਗੇ ਦੇ ਕੀ ਪਲਾਨ ਨੇ ਅੱਗੇ ਹੁਣ ਕੀ ਕਰਨਾ ਚਾਹੁੰਦੇ ਹਾਂ ਖਲਾਸੇ ਖਲੂਸੇ ਕਿਵੇਂ ਸਿਸਟਮ ਕਰੋਗੇ ਹੁਣ ਗਾਹਾਂ ਗਾਹਾਂ ਤੇ ਪੋਡਕਾਸਟਿੰਗ ਜਾਂ ਪੋਡਕਾਸਟਿੰਗ ਮਤਲਬ ਇਹ ਚੀਜ਼ ਦੇ ਉੱਤੇ ਵੀ ਕਿਹੜੀਆਂ ਚੀਜ਼ਾਂ ਹੋਰ ਤੁਸੀਂ ਪੋਡਕਾਸਟ ਦੇ ਵਿੱਚ ਇੰਟਰੋਡਿਊਸ ਕਰਨਾ ਚਾਹੁੰਦੇ ਹੋ ਕਿਉਂਕਿ ਹੁਣ ਮੈਨੂੰ ਲੱਗਦਾ ਵੀ ਹੁਣ ਪੋਡਕਾਸਟਿੰਗ ਦੇ ਵਿੱਚ ਕੰਪੀਟੀਸ਼ਨ ਬਹੁਤ ਹੋ ਚੱਲਿਆ ਤੇ ਵੀ ਇੱਕ ਇਦਾਂ ਵਾ ਵੀ ਜਿਵੇਂ ਤੁਸੀਂ ਇਹ ਵੀ ਕਰਦੇ ਸੀ ਨਾਰਮਲੀ ਜਿਵੇਂ ਤੁਸੀਂ ਫੁੱਲ ਟਾਈਮ ਮਤਲਬ ਯਾਰ ਮੈਂ ਸਵਾਲ ਗੜਬੜ ਜਾਊਗਾ ਕੰਮ ਹਨਾ ਪਰ ਤੁਹਾਡਾ ਫਿਊਚਰ ਕੀ ਆ ਹਾਂ ਪੋਡਕਾਸਟਿੰਗ ਦੇ ਵਿੱਚ ਮੈਂ ਇੱਕ ਤੇ ਸੈਂਸੇਸ਼ਨਲਿਜ਼ਮ ਨਹੀਂ ਹੈਗਾ ਮੇਰੇ ਪੋਡਕਾਸਟ ਨਾਲ ਇਹ ਤੇ ਮੈਂ ਕਰਨਾ ਚਾਹੁੰਦਾ ਕਿ ਜਿੱਦਾਂ ਹੋ ਗਿਆ ਨਾ ਕਿ ਜੋ ਟ੍ਰੈਂਡ ਦੇ ਵਿੱਚ ਚੀ ਚੱਲਦੀ ਬਈ ਆ ਮੈਂ ਹਮੇਸ਼ਾ ਉਹਨੂੰ ਟਾਰਗੇਟ ਨਹੀਂ ਕਰਦਾ ਹੂੰ ਮੈਨੂੰ ਆ ਕਿ ਅਗਰ ਮੈਂ ਅੱਜ ਫੀਲ ਕਰਦਾ ਪਿਆਵਾ ਫਿਟਨੈਸ ਦੇ ਉੱਤੇ ਯੂ نو ਆ ਚੀਜ਼ ਬਹੁਤ ਜ਼ਰੂਰੀ ਆ ਠੀਕ ਹੈ ਤੇ ਮੈਂ ਫਿਟਨੈਸ ਦੇ ਉੱਤੇ ਬੋਲਾਂਗਾ ਹੂੰ ਠੀਕ ਹੈ ਜੇ ਮੈਨੂੰ ਕੱਲ ਨੂੰ ਲੱਗਦਾ ਪਿਆ ਕਿ ਯਾਰ ਯਾਰ ਏਲੀయన్స్ ਕਾਸ਼ ਮੈਂ ਦੇਖ ਪਾਂਦਾ ਜੇ ਇੱਕਦਮ ਮੇਰੇ ਥਾਟ ਆ ਗਿਆ ਕਿ ਯਾਰ ਮੈਂ ਏਲੀਅਨ ਸੇ ਕਿਉਂ ਨਾ ਕਰਾਂ ਮੈਂ ਏਲੀਅਨ ਸੇ ਕਰ ਲੈਣਾ ਆ ਹੂੰ ਠੀਕ ਹੈ YouTube ਤੇ ਭਾਵੇਂ ਸਲੋ ਹੱਪ ਬਟ ਜੋ ਮੇਰੇ Spotify ਦੇ ਲਿਸਨਰਸ ਆ ਜਾਂ ਮੇਰੇ ਪੌਡਕਾ Apple ਪੌਡਕਾਸਟ ਵਾਲੇ Google ਪੌਡਕਾਸਟ ਵਾਲੇ YouTube ਚ ਤੁਹਾਨੂੰ ਦੱਸ ਦਿੰਦੇ ਆ ਕਿ ਚਲੋ ਅਗਰ 1 ਘੰਟੇ ਦੀ ਵੀਡੀਓ ਹੈ ਨਾ ਤੁਹਾਡੀ ਤੁਹਾਡੀ 30 ਮਿੰਟ ਐਵਰੇਜ ਲੋਕਾਂ ਨੇ ਸੁਣਿਆ 30 ਮਿੰਟ ਨਹੀਂ ਦੇਖਿਆ ਹੂੰ ਕਿਉਂਕਿ ਜਿਹੜੇ ਵੀਡੀਓ ਆ ਜਿਹੜੇ ਆਡੀਓ ਸੁਣਨ ਵਾਲੇ ਆ ਉਹ ਲਗਭਗ ਅਗਰ 2 ਘੰਟੇ ਦਾ ਪੌਡਕਾਸਟ ਹੈ ਨਾ 2 ਘੰਟੇ ਦੇ 2 ਘੰਟੇ ਦੀ ਪੂਰੀ ਐਵਰੇਜ ਆ ਕੋਈ ਪੌਡਕਾਸਟ ਵਿੱਚ ਨਹੀਂ ਨਿਕਲਦਾ ਕੋਈ ਛੱਡ ਕੇ ਨਹੀਂ ਜਾਂਦਾ ਪੌਡਕਾਸਟ ਹੂੰ ਤੇ ਮੇਰੇ ਆਈ ਥਿੰਕ ਉਹ ਆਡੀਅנס ਕਈ ਕਈ ਮੈਂ ਬਾਇਸ ਹੋ ਜਾਂਦਾ ਮੈਂ ਉਹਨਾਂ ਦਾ ਜ਼ਿਆਦਾ ਧਿਆਨ ਰੱਖਦਾ ਉਹ ਆਡੀਅנס ਦਾ ਠੀਕ ਹੈ ਤੇ YouTube ਦਾ ਕਿ YouTube ਦੇ ਉਹ ਚੀਜ਼ ਚੱਲਦੀ ਜਿਹੜੀ ਬਿਲਕੁਲ ਟ੍ਰੈਂਡ ਦੇ ਆਉਂਦੀ ਪਈ ਹੈ ਨਾ ਕਿ ਆ ਇੱਥੇ ਆ ਬੰਦੇ ਨੇ ਇਦਾਂ ਕਰਤਾ ਇਹਦੇ ਉੱਤੇ ਹੁਣ ਬੋਲੀਏ ਹੂੰ ਹੂੰ ਠੀਕ ਹੈ ਧਰਮ ਨੇ ਇਦਾਂ ਕਰਤਾ ਪੰਜਾਬ ਦੇ ਵਿੱਚ ਇਹਦੇ ਉੱਤੇ ਬੋਲੀਏ ਉਸ ਪੱਖੋਂ ਮੈਂ ਬਹੁਤ ਸਲੋ ਹਾਂ ਹੂੰ ਮੈਨੂੰ ਆ ਕਿ ਜੋ ਮੇਰੇ ਮਨ 'ਚ ਆ ਜਾਂ ਜੋ ਮੇਰੇ ਦਿਮਾਗ 'ਚ ਚੀਜ਼ ਆਈ ਮੈਂ ਉਸ ਹਾਂ ਨਾਲ ਚੱਲਣਾ ਹੈ ਮੈਨੂੰ ਸਲੂਟਾ ਤਾਂ ਇਹ ਮੈਨੂੰ ਮਤਲਬ ਹੋ ਗਿਆ ਇੰਨਾ ਮੇਰਾ ਚੈਨਲ ਗਰੋ ਨਹੀਂ ਹੋਇਆ ਕਿ ਮੈਂ ਉਹਦੇ ਪਿੱਛੇ ਜਾਂਦਾ ਨਹੀਂ ਤੇ ਨਾ ਹੀ ਮੈਂ ਜਾਵਾਂ ਹੋਪਫੁਲੀ ਮੈਂ ਥਿੰਕ ਸਲੋ ਸਲੋ ਆਪਣੀ ਰਫਤਾਰ ਨਾਲ ਚੱਲਦਾ ਰਹਾ ਮੇਰਾ ਇਹੀ ਪਲਾਨ ਹੈ ਕਿ ਜਿਹੜਾ ਕਛੂਕੋ ਮੈਂ ਨਾ ਕਛੂਕੋ ਮੇਰਾ ਮੈਂ ਫੈਨ ਹਾਂ ਖਰਗੋਸ਼ ਦਾ ਮੈਂ ਫੈਨ ਨਹੀਂ ਜ਼ਿਆਦਾ ਸਹੀ ਗੱਲ ਹੈ ਕਛੂਕਾ ਮੇਦੀ ਚਾਲ ਚੱਲੀ ਹੈ ਕਿਉਂਕਿ ਕਛੂਕਾ ਮੈਂ ਹਮੇਸ਼ਾ ਜਿੱਤਦਾ ਹੁੰਦਾ ਤੇ ਮੈਨੂੰ ਕੰਪੀਟੀਸ਼ਨ ਨਾਲ ਨਹੀਂ ਹੈਗਾ ਮੈਨੂੰ ਇਹੀ ਹੈ ਕਿ ਜਦੋਂ ਮੈਂ ਕੋਈ ਨਵਾਂ ਪੋਡਕਾਸਟ ਸੋੰਦਾ ਮੈਂ ਪੰਜਾਬ ਦੇ ਵਿੱਚ ਆਉਂਦਾ ਉਹ ਮੇਰੇ ਲਈ ਇੱਕ ਓਪਰਚੁਨਿਟੀ ਹੈ ਕਿ ਮੈਂ ਆਪਣੇ ਪੋਡਕਾਸਟ ਨੂੰ ਬੈਟਰ ਕਰਾਂ ਹੂੰ ਠੀਕ ਹੈ ਜਿੱਦਾਂ ਹੁਣ ਫੋਰ ਐਗਜ਼ਾਮਪਲ ਮੈਂ ਆਪਣੇ ਆਪਣੇ ਸੈਟਅਪ ਦੀ ਹੀ ਗੱਲ ਕਰਦਾ ਜਦੋਂ ਮੈਂ ਨਵੇਂ ਪੋਡਕਾਸਟ ਹੁੰਦੇ ਨੇ ਕਿ ਯਾਰ ਉਹ ਪੋਡਕਾਸਟ ਦੇ ਵਿੱਚ ਉਹਨਾਂ ਦਾ ਬੈਕਗ੍ਰਾਉਂਡ ਇਦਾਂ ਦਾ ਸੀ ਹੂੰ ਮੈਂ ਕਿਉਂ ਨਾ ਆਪਣਾ ਵੀ ਥੋੜਾ ਜਿਹਾ ਚੇਂਜ ਕਰਾਂ ਬੈਕਗ੍ਰਾਉਂਡ ਉਹਨਾਂ ਦਾ ਮਾਇਕ ਇਦਾਂ ਦਾ ਸੀ ਉਹਨਾਂ ਦਾ ਥੌਟ ਇਦਾਂ ਦੇ ਸੀ ਉਹਨਾਂ ਨੇ ਆਪਣੇ ਗੈਸਟ ਨੂੰ ਇਦਾਂ ਪੇਸ਼ ਕੀਤਾ ਤੇ ਉਹਨਾਂ ਨੇ ਇਸ ਟਾਪਿਕ ਨੂੰ ਇਸ ਤਰ੍ਹਾਂ ਟੈਕਲ ਕੀਤਾ ਉਹ ਚੀਜ਼ ਆ ਮੇਰੇ ਲਈ ਇੰਪੋਰਟੈਂਟ ਨੇ ਪਰ ਇਹ ਮੇਰੇ ਲਈ ਕੰਪਨੀ ਇਦਾਂ ਨਹੀਂ ਕਿ ਯਾਰ ਉਹਨੇ ਇਹ ਟਾਪਿਕ ਨੂੰ ਕਵਰ ਕੀਤਾ ਤਾਂ ਮੈਂ ਵੀ ਇਹ ਕਰਤਾਂ ਕਿਉਂਕਿ ਅਗਰ ਇੱਕ ਟਾਪਿਕ 트ੈਂਡ 'ਚ ਹੈ ਨਾ ਉੱਥੇ ਤੁਹਾਨੂੰ 3600 ਵੀਡੀਓ ਉਸੇ ਦੇਣ ਹੀ ਮਿਲ ਜਾਣਗੀਆਂ ਹਾਂ ਉਹੀ ਕੁਝ بڑے ਚੈਨਲ ਉਹਨਾਂ ਨੂੰ ਕਵਰ ਕਰ ਲੈਂਦੇ ਆ ਮੈਂ ਕਿ ਅਗਰ 3600 ਚੈਨਲ ਕਵਰ ਕਰ ਦੇ ਪਏ ਤੇ ਮੈਂ ਕਿਉਂ ਕਰਾਂ ਹੂੰ ਠੀਕ ਹੈ ਕਿਉਂ ਨਾ ਮੈਂ ਕੁਝ ਅਲੱਗ ਵਾਲੀ ਵੀ ਟ੍ਰੈਂਡਿੰਗ ਵਾਲੀ ਵੀ ਇਹ ਬਹੁਤ ਰੇਸ ਆ ਇਹ ਹਾਂ ਇਹ ਇਹ ਬਹੁਤ ਵੱਡੀ ਰੇਸ ਆ ਇਹ ਇਹਦੇ ਵਿੱਚ ਤੁਸੀਂ ਇਤਾਂ ਨਹੀਂ ਕਰ ਸਕਦੇ ਵੀ ਮੈਂ ਅੱਜ ਅੱਜ ਪਾਤਾ ਤੇ ਅੱਜ ਕੋਈ ਵੀਡੀਓ ਪਾਤੀ ਤੇ ਕੱਲ ਨੂੰ ਜਾਂ ਪਰਸੋਂ ਨੂੰ ਹੋਰ ਨਹੀਂ ਪਾਉਂਗਾ ਇਹ ਤੁਹਾਨੂੰ ਉਸ ਭੀੜ ਤੋਂ ਮੂਰੇ ਰਹਿਣਾ ਹੀ ਪੈਣਾ ਤੇ ਇੱਕ ਮੈਂ ਤੁਹਾਨੂੰ ਹਾਂਜੀ ਸੌਰੀ ਕੰਟੀਨਿਊ ਕਰੋ ਜੀ ਜੀ ਯਾ ਤੇ ਇੱਕ ਥੋੜੀ ਪੋਡਕਾਸਟ ਦੀ ਜੇ ਦੇ ਬੇਸ਼ੱਕ ਠੀਕ ਆ ਸਬਸਕ੍ਰਾਈਬਰ ਹੌਲੀ ਹੌਲੀ ਵਧਦੇ ਆ ਪਰ ਜਿਵੇਂ ਥੋਡੀ ਰੀਟੈਂਸ਼ਨ ਰੇਟ ਆ ਜਿਵੇਂ 8 8 9000 ਸਬਸਕ੍ਰਾਈਬਰ ਦੇ ਆਸ-ਪਾਸ ਪਰ 3500 3000 5000 ਮਤਲਬ ਇਹ ਤੋਂ ਮਿਨੀਮਮ ਵਿਊਜ਼ ਹਰੇਕ ਵੀਡੀਓ ਤੇ ਪੈਂਦੇ ਆ ਹਮਮ ਕਿਉਂਕਿ ਜਿਹੜੀ ਥੋਡੀ ਆਡੀਅנס ਜਿਹੜੀ ਤੁਹਾਨੂੰ ਸੁਣ ਰਹੀ ਆ ਉਹ ਐਕਟਿਵ ਆਡੀਅנס ਹੈ ਹਮ ਤੁਹਾਡੀ ਥੋਡੀ ਆਡੀਅנס ਐਕਟਿਵ ਆ ਔਰ ਰਿਸਪੌਂਸ ਵੀ ਕਰਦੀ ਆ ਉਹ ਦੱਸਦੀ ਵੀ ਆ ਕੀ ਚੱਲ ਰਿਹਾ ਮੈਸੇਜਸ ਵੀ ਕਰਦੀ ਆ ਇਹ ਅਲੱਗ-ਅਲੱਗ ਆਡੀਅנס ਦਾ ਫਰਕ ਆ ਮੈਨੂੰ ਲੱਗਦਾ ਵੀ ਜਿਹੜੀ ਤੁਹਾਡੀ ਆਡੀਅנס ਬਹੁਤ ਐਕਟਿਵ ਆਡੀਅנס ਆ ਕਿਉਂਕਿ ਤੁਸੀਂ ਗੱਲਾਂ ਵੀ ਇਹ ਜਿਹਿਆਂ ਹੁੰਦੀਆਂ ਨੇ ਜਿਹੜੀਆਂ ਹੋਰ ਪਾਸੇ ਨਹੀਂ ਹੁੰਦੀਆਂ ਐਕਸਕਲੂਸਿਵ ਚੀਜ਼ਾਂ ਹੁੰਦੀਆਂ ਨੇ ਤੇ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਵੀ ਸਾਡੇ ਤੇ ਕਿਸੇ ਹੋਰ ਬੰਦੇ 'ਚ ਕੀ ਫਰਕ ਰਹਿ ਗਿਆ ਜੇ ਅਸੀਂ ਉਹੀ ਕੋਸ਼ਿਸ਼ ਕਰਨਾ ਫਿਰ ਯਾ ਤੇ ਮੈਂ ਉਹੀ ਨਾ ਕਿ ਕਦੀ-ਕਦੀ ਮੈਂ ਜ਼ਰੂਰ ਚੈੱਕ ਕਰਦਾ ਹੁੰਦਾ ਕਿ ਮੇਰੇ ਵਰਡਸ ਦੇ ਵਿੱਚ ਕੋਈ ਵੇਟ ਹੈਗਾ ਕਿ ਨਹੀਂ ਹੈਗਾ ਉਦੋਂ ਮੈਂ ਕੀ ਕਰਦਾ ਮੈਂ ਨਾ ਹਲਕਾ ਜਿਹਾ ਥੰਬਨੇਲ ਲਾ ਦਿੰਦਾ ਕੋਈ ਕੌਂਟਰੋਵਰਸੀ ਹ ਹੁੰਦਾ ਨਹੀਂ ਉਹਦੇ ਵਿੱਚ ਕੁਝ ਬਿਲਕੁਲ ਸਿੰਪਲ ਜਿਹਾ ਕਿ ਦੇਖਦੇ ਆ ਕਿੰਨੀ ਕੁ ਆਡੀਅנס ਆਂਦੀ ਹੈ ਕਿ ਕੀ ਉਹ ਮੈਨੂੰ ਸੁਣਨ ਕਰਕੇ ਆਂਦੀ ਹੈ ਜਾਂ ਉਹਨਾਂ ਨੂੰ ਇਹ ਕਿ ਉਹ ਥੰਬਨੇਲ ਆ ਲਾਇਆ ਹੈ ਇੱਥੇ ਕੋਈ ਪਟਾਕਾ ਹੀ ਹੋਊਗਾ ਅੰਦਰ ਹੂੰ ਠੀਕ ਹੈ ਉਹ ਕਦੀ ਕਦੀ ਮੈਂ ਆਪਣੇ ਆਪ ਨੂੰ ਟੈਸਟ ਕਰਦਾ ਵਾਂ ਤੇ ਜਦੋਂ ਮੇਰੀ ਚੈਨਲ ਦੀ ਸ਼ੁਰੂਆਤ ਹੋਈ ਸੀ ਉਦੋਂ ਮੈਂ TED Talks ਤੋਂ ਬੜਾ ਜ਼ਿਆਦਾ ਇਨਫਲੂਐਂਸ ਸੀਗਾ ਉਦੋਂ ਮੈਂ ਉਸ ਟਾਈਮ TED Talks ਬਹੁਤ ਹੁੰਦਾ ਹੁੰਦਾ ਸੀਗਾ ਤੇ ਉਦੋਂ ਮੈਨੂੰ ਸੀਗਾ ਕਿ ਹਾਂ TED Talks ਹੈਗਾ ਹੀ ਅੰਗਰੇਜ਼ੀ ਦੇ ਵਿੱਚ ਆ ਤੇ ਅਗਰ ਮੇਰੇ ਮਮੀ ਪਾਪਾ ਨੇ ਟੈਕਟਾਕਸ ਹੁੰਦੀਆਂ ਨੇ ਉਹ ਕਿੱਦਾਂ ਸੁਣ ਸਕਦੇ ਨੇ ਤੇ ਉਦੋਂ ਮੇਰਾ ਕਨਸੈਪਟ ਸੀ 3 ਸਾਲ ਪਹਿਲੋਂ ਕਿ ਕਿਉਂ ਨਾ ਮੈਨੂੰ ਸਿਰਫ ਟਰਾਂਸਲੇਟ ਹੀ ਕਰ ਦਵਾਂ ਹੂੰ ਕਿਉਂ ਨਾ ਜੋ ਟੈਕਟਾਕਸ ਤੇ ਗੱਲ ਹੁੰਦੀ ਪਈ ਆ ਜਿੱਦਾਂ ਇਮੋਰਟੈਲਿਟੀ ਦੀ ਹੋ ਗਈ ਪੋਪੂਲੇਸ਼ਨ ਦੇ ਉੱਤੇ ਹੋ ਗਈ ਪੋਪੂਲੇਸ਼ਨ ਕ੍ਰਾਈਸਿਸ ਹੋ ਗਿਆ ਕਿ ਇਹ ਚੰਗੀ ਚੀਜ਼ ਆ ਜਾਂ ਮਾੜੀ ਚੀਜ਼ ਆ ਉਦਾਂ ਦੀਆਂ ਚੀਜ਼ਾਂ ਜਿਹੜੀਆਂ ਟੈਕਟਾਕਸ ਤੇ ਹੁੰਦੀਆਂ ਸੀ ਨਾ ਮੈਂ ਕਿਹਾ ਮੇਰਾ ਕਿਉਂ ਨਾ ਮੈਨੂੰ ਟਰਾਂਸਲੇਟ ਹੀ ਕਰਾਂ ਅੰਗਰੇਜ਼ੀ ਜੀ ਉਦੋਂ ਮੇਰਾ ਆਪਣਾ ਕੰਮ ਨਹੀਂ ਸੀਗਾ ਸਹੀ ਗੱਲ ਹੈ ਕਿ ਮੈਂ ਆਪਣਾ opinion ਨਹੀਂ ਦੇਣਾ ਮੈਂ ਉਦੋਂ ਸਿਰਫ ਟਰਾਂ ਠੀਕ ਹੈ ਅੰਗਰੇਜ਼ੀ ਦੀ ਸੁਣੀ ਪੰਜਾਬੀ ਚ ਕੱਢਦੀ ਅੰਗਰੇਜ਼ੀ ਦੀ ਸੁਣੀ ਪੰਜਾਬੀ ਚ ਕੱਢਦੀ ਉਦੋਂ ਇਹ ਸੀ ਬਟ ਅਲੋਂਗ ਦਾ ਵੇ ਸਿੱਖਣ ਨੂੰ ਬਹੁਤ ਚੀਜ਼ਾਂ ਮਿਲੀਆਂ ਅਲੋਂਗ ਦਾ ਵੇ ਟਰਾਂਸਲੇਟ ਕਰ ਕਹਿੰਦੇ ਹੁੰਦੇ ਨਾ ਕਿ ਸਕੂਲ ਦੇ ਵਿੱਚ ਟੀਚਰ ਕਹਿੰਦੇ ਤੂੰ ਨਕਲ ਹੀ ਮਾਰ ਲੈ ਨਕਲ ਮਾਰਦੇ ਹੀ ਸਿੱਖ ਜਾਏਗਾ ਕੁਝ ਨਕਲ ਵੀ ਹਕਲ ਨਾਲ ਵਜਦੀ ਹੈ ਨਕਲ ਵੀ ਹਕਲ ਨਾਲ ਵਜਦੀ ਹੈ ਤੇ ਉਹ ਮੈਂ ਆਈ ਥਿੰਕ ਜਿਹੜਾ ਪ੍ਰੋਸੈਸ ਸੀ ਨਾ ਟੈਕ ਟਾਕਸ ਤੋਂ ਟੈਕ ਟਾਕ ਸੁਣੀਆਂ ਫਿਰ ਉਹ ਆਪਣੀ ਓਪੀਨੀਅਨਸ ਫਾਰਮ ਹੋਣ ਲੱਗ ਪਈਆਂ ਫਿਰ ਮੈਂ ਕਹਾ ਠੀਕ ਹੈ ਜਰੂਰੀ ਨਹੀਂ ਕਿ ਮੈਂ ਟ੍ਰਾਂਸਲੇਟ ਹੀ ਕਰਨਾ ਮੈਂ ਆਪਣੀ opinion ਵੀ ਦੇ ਸਕਦਾ ਹਾਂ ਤੇ ਤੁਸੀਂ ਦੇਖੋਗੇ ਸ਼ੁਰੂ-ਸ਼ੁਰੂ ਵਿੱਚ ਵੀਡੀਓ ਮੈਂ ਬੜਾ ਰਿਜਿਡ ਹੁੰਦਾ ਸੀ ਇਦਾਂ ਕਿ ਮੈਂ ਬਿਲਕੁਲ ਹੀ emotions ਨਾ ਸ਼ੋਅ ਕਰਾਂ ਬਿਲਕੁਲ ਯੂ نو ਟੂ ਦਾ ਟੂ ਦਾ ਪੁਆਇੰਟ ਪਰ ਹੁਣ ਮੈਨੂੰ ਆਮ ਜਸਟ ਆਮ ਇਨਜੋਇੰਗ ਦਾ ਪ੍ਰੋਸੈਸ ਯੂ نو ਫਨ ਕਰਦੇ ਹੋਏ ਗੱਲਬਾਤ ਕਰਦੇ ਹੋਏ ਹੁਣ ਇਦਾਂ ਕਿ ਨਰਵਸਨੈਸ ਨਹੀਂ ਹੁੰਦੀ ਮੈਨੂੰ ਬਿਲਕੁਲ ਵਿੱਚ ਜੋਗ ਆ ਗਿਆ ਜੋਗ ਬੋਲਦਾ ਠੀਕ ਹੈ ਕੁਝ ਕਦੀ ਕਦੀ ਇਰੈਲੇਵੈਂਟ ਦੀਆਂ ਚੀਜ਼ਾਂ ਵੀ ਮੈਂ ਵਿੱਚ ਪਾ ਦਿੰਦਾ ਹਾਂ ਕਿ ਮੇਰਾ ਟਾਰਗੇਟ ਇਹੀ ਹੈ ਕਿ ਅਗਰ ਮੈਂ ਕੁਝ ਬੋਲਨਦਿਆਂ ਤੇ ਮੇਰੇ ਵਰਡਸ ਦੀ ਵੈਲਿਊ ਹੋਵੇ ਵਰਡਸ ਮੇਰੇ weight ਕੈਰੀ ਕਰਨ ਤੇ ਆਈ ਥਿੰਕ ਜਿਹੜੀ ਮੇਰੀ ਆਡੀਅנס ਆ ਮੈਂ ਅਪਰੀਸ਼ੀਏਟ ਕਰਦਾ ਉਹਨਾਂ ਨੂੰ ਜਦੋਂ ਵੀ ਚੈਨਲ ਤੇ ਆਉਂਦੇ ਆ ਜ਼ਿਆਦਾਤਰ ਵਧੀਆ ਹੀ ਚੀਜ਼ਾਂ ਉਹ ਦੱਸਦੇ ਵੀ ਆ ਬਹੁਤ ਜ਼ਿਆਦਾ ਕ੍ਰਿਟਿਸਿਜ਼ਮ ਹੁੰਦਾ ਤੇ ਉਦੋਂ ਹੀ ਹੁੰਦਾ ਜਦੋਂ ਕੋਈ ਮੈਂ ਧਰਮ ਦੇ ਉੱਤੇ ਬੋਲਾਂ ਤੇ ਆਈ ਥਿੰਕ ਉਹ ਥੋੜਾ ਐਕਸੈਪਟੇਬਲ ਮੈਂ ਕਰਦਾ ਵੀ ਆ ਕਿ ਤੁਸੀਂ ਧਰਮ ਦੇ ਉੱਤੇ ਹਰੇਕ ਬੰਦੇ ਨੂੰ ਮਨਾ ਨਹੀਂ ਸਕਦੇ ਨਾ ਦੀ ਨਾ ਓਪੀਨੀਅਨ ਬਣ ਚੁੱਕੀ ਆ ਹਰ ਇੱਕ ਬੰਦੇ ਦੀ ਆਪਣੀ ਰਾਏ ਆ ਕੀ ਪਤਾ ਉਹਦੀ ਉਹਦੀ ਰਾਏ ਉਹਨੂੰ ਉਹਦੇ ਉਹਦੀ ਪੇਰੈਂਟਸ ਤੋਂ ਮਿਲੀ ਹੋਵੇ ਕਿਉਂਕਿ ਜਿਹੜੀਆਂ ਚੀਜ਼ਾਂ ਬੰਦਾ ਛੋਟੇ ਹੁੰਦੇ ਤੋਂ ਦੇਖ ਰਿਹਾ ਸੁਣ ਰਿਹਾ ਸਿੱਖ ਰਿਹਾ ਜਿਹੜੇ ਉਹਦੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਬਹਿ ਗਈਆਂ ਨੇ ਉਹ ਚੀਜ਼ਾਂ ਬਦਲਦੀਆਂ ਨਹੀਂ ਹੈਗੀਆਂ ਉਹ ਬਦਲਦੀਆਂ ਨਹੀਂ ਤੇ ਮੈਂ ਉਹ ਮੈਂ ਮੰਨਦਾ ਮੈਂ ਥੋੜਾ ਬਹੁਤ ਮੰਨ ਜੂਗਾ ਪਰ ਉਹਨੇ ਉੱਥੇ ਉਹੀ ਸਿਚੁਏਸ਼ਨ ਤੇ ਬਹੁਤ ਛੇਤੀ ਪਹੁੰਚ ਜਾਣਾ ਜਿਹੜਾ ਥੰਬਨੇਲ ਵਾਲਾ ਸਿਸਟਮ ਆ ਮੈਨੂੰ ਲੱਗਦਾ ਮੈਂ ਇਹ ਬਹੁਤ ਚੀਜ਼ ਇਹ ਚੀਜ਼ਾਂ ਬਹੁਤ ਨੇੜੇ ਤੋਂ ਦੇਖੀਆਂ ਨੇ ਵੀ ਇਹਦਾ ਕੀ ਇੰਪੈਕਟ ਆ ਤੇ ਕਿਵੇਂ ਇਹ ਚੱਲਦਾ ਕਿਵੇਂ ਸਾਰਾ ਕੁਝ ਹੁੰਦਾ ਤੁਸੀਂ ਇਹ ਇਹ ਦੇਖ ਲਓ ਹੁਣ ਮੈਂ ਪਿਛਲੇ ਸਾਲ ਪੂਰਾ ਸਾਰਾ ਸਾਲ ਪਿਛਲੇ 2 2.5 ਸਾਲ ਤੋਂ ਅਖਬਾਰ ਤਾਂ ਚੱਲ ਹੀ ਰਿਹਾ ਅਖਬਾਰ ਦੇ ਨਾਲ ਨਾਲ ਫੇਸਬੁੱਕ ਤੇ ਆਪਾਂ ਨਿਊਜ਼ ਫੇਸਬੁੱਕ ਤੇ ਪਬਲਿਸ਼ ਕਰਦੇ ਆ एवरीडे ਵੈਬਸਾਈਟ ਅਪਡੇਟ ਹੁੰਦੀ ਆ ਤੇ ਉਹ ਤੋਂ ਬਾਅਦ ਖਬਰਾਂ ਜਿਹੜੀਆਂ ਆਪਣੀਆਂ ਫੇਸਬੁੱਕ ਤੇ ਪੈਂਦੀਆਂ ਨੇ ਐਵਰੀ ਡੇ ਮਾਈਗ੍ਰੇਸ਼ਨ ਦੀਆਂ ਖਬਰਾਂ ਹੁੰਦੀਆਂ ਸਾਰਾ ਕੁਝ ਹੁੰਦਾ ਇਹ ਤਾਂ ਪਤਾ ਨਹੀਂ ਹੁਣ ਆਪਣੇ ਲੋਕਾਂ ਨੂੰ ਮਸਾਲਾ ਜਾਂ ਸਾਰਾ ਕੁਝ ਦੇਖਣ ਦੀ ਆਦਤ ਹੀ ਨਹੀਂ ਪੈ ਗਈ ਆ ਵੀ ਉਹਨਾਂ ਨੂੰ ਕੋਈ ਸਿੰਪਲ ਚੀਜ਼ ਪਸੰਦ ਨਹੀਂ ਆਉਂਦੀ ਇਹ 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 ਐ ਨਹੀਂ ਹੈਗਾ ਵੀ ਆਪਾਂ ਨੂੰ ਇਹ ਕਰਨਾ ਹੀ ਪੈਣਾ ਯੂ ਹੈਵ ਟੂ ਡੂ ਇਟ ਲਾਈਕ ਵੀ ਨਹੀਂ ਤੁਸੀਂ ਲੋਕਾਂ ਦੀ ਅਟੈਂਸ਼ਨ ਗ੍ਰੈਬ ਨਹੀਂ ਕਰ ਸਕਦੇ ਲੋਕਾਂ ਦੀ ਮਤਲਬ ਆਪਣੇ ਬੰਦੇ ਨਹੀਂ ਅਟੈਂਸ਼ਨ ਐਦਾਂ ਦੀ ਹੋ ਗਈ ਆ ਵੀ ਉਹ ਕਿਸੇ ਚਮਕਵੀਂ ਚੀਜ਼ ਨਾਲ ਹੀ ਉਹ ਗ੍ਰੈਬ ਹੁੰਦੀ ਆ ਉਹ ਕਿਸੇ ਨਾਰਮਲ ਚੀਜ਼ ਨਾਲ ਗ੍ਰੈਬ ਨਹੀਂ ਹੁੰਦੀ ਤੁਸੀਂ ਆਹ ਦੇਖ ਲਓ ਆਸਟ੍ਰੇਲੀਆ ਨਿਊਜ਼ੀਲੈਂਡ ਹਰੇਕ ਮੋਲਕ ਦੇ ਵਿੱਚ ਕੈਨੇਡਾ ਸਾਰੇ ਪਾਸੇ ਜਿੰਨੇ ਵੀ ਮੀਡੀਆ ਹਾਊਸ ਚੱਲਦੇ ਆ ਵੱਡੇ ਮੀਡੀਆ ਹਾਊਸ ਚੱਲਦੇ ਆ ਤੁਸੀਂ ਕਦੇ ਉਹਨਾਂ ਦੀ ਖਬਰ ਦੇ ਉੱਤੇ ਥੰਬਨੇਲ ਲਿਖਿਆ ਦੇਖਿਆ ਵੀ ਫਲਾਣੇ ਮੰਤਰੀ ਦਾ ਆ ਬਿਆਨ ਸਿੰਪਲ ਬਿਆਨ ਹੁੰਦਾ ਉੱਥੇ ਵੀ ਆਹਾ ਫਲਾਣੇ ਮੰਤਰੀ ਦੀ ਸਟੇਟਮੈਂਟ ਆ ਜਾਂ ਆਸਟ੍ਰੇਲੀਆ ਦੇ ਪੀਐਮ ਨੇ ਆ ਕੇ ਆ ਦੈਟਸ ਇਟ ਤੇ ਥੰਬਨੇਲ ਦੇ ਵਿੱਚ ਦੋ ਚਾਰ ਚੀਜ਼ਾਂ ਉਹਨਾਂ ਨੇ ਲਿਖੀਆਂ ਵੀ ਹੁੰਦੀਆਂ ਨੇ ਥੋੜਾ ਰਿਵੀਲ ਵੀ ਕਰ ਦਨੇ ਆ ਉਹ ਤੇ باوجود ਵੀ ਲੋਕ ਖਬਰਾਂ ਪੜਦੇ ਆ ਲੋਕ ਦੇਖਦੇ ਆ ਸਕਰੋਲ ਕਰਦੇ ਆ ਠੀਕ ਆ ਤੇ ਉੱਥੇ ਆਪਸ਼ਨ ਮਤਲਬ ਉੱਥੇ ਜਾਂ ਐਜ਼ ਆ ਕਈ ਵਾਰ ਕੁਝ ਜਿਹੜੇ ਨੋਟ-ਫੋਰ-ਪ੍ਰੋਫਿਟ মিডিਆ ਹਾਊਸ ਹੁੰਦੇ ਆ ਉੱਥੇ ਟਿਪ ਦੇਣ ਦੀ ਵੀ ਆਪਸ਼ਨ ਹੁੰਦੀ ਆ ਵੀ ਕੋਸ਼ਿਸ਼ ਸਾਨੂੰ ਪੈਸੇ ਡੋਨੇਟ ਕਰੋ ਤੁਸੀਂ ਉਹ ਕਰੋ ਇੱਥੇ ਪੰਜਾਬੀ ਦੇ ਵਿੱਚ ਇਹ ਚੀਜ਼ ਪੋਸਿਬਲ ਨਹੀਂ ਹੈਗੀ ਪਤਾ ਨਹੀਂ ਇਹ ਮੈਨੂੰ ਇਹ ਚੀਜ਼ ਸਮਝ ਨਹੀਂ ਆਈ ਹੈਗੀ ਤੁਸੀਂ ਨਾਰਮਲ ਖਬਰ ਆਮ ਹੀ ਲਿਖਿਆ ਹੋਇਆ ਵੀ ਕੋਈ ਇਮੀਗ੍ਰੇਸ਼ਨ ਦੀ ਬਹੁਤ ਵੱਡੀ ਖਬਰ ਤੁਸੀਂ ਨਾਰਮਲੀ ਪਾ ਦੋ ਵੀ ਅੰਤਰਰਾਸ਼ਟਰੀ ਵਿਦਿਆਰਥੀਆਂ ਵਾਸਤੇ ਤੁਸੀਂ ਰਿਵੀਲ ਕਰਦੇ ਹੋ ਖਬਰ ਦੇ ਵਿੱਚ ਇਹ ਕੁਝ ਵੀ ਦੱਸ ਦਿਓ ਉਹ ਖਬਰ ਕਿਸੇ ਨੇ ਪੜ੍ਹਨੀ ਨਹੀਂ ਹੈਗੀ ਜਦ ਤੱਕ ਉਹਨਾਂ ਨੂੰ ਉਹਨੂੰ ਫੈਂਸੀ ਬਣਾ ਕੇ ਨਾ ਲਿਖਿਆ ਜਾਵੇ ਦੇ ਇਹ ਪਤਾ ਨਹੀਂ ਸਿਸਟਮ ਇਹ ਇਦਾਂ ਹੀ ਚੱਲਦਾ ਇਹ ਯੂ ਹੈਵ ਟੂ ਡੂ ਇਟ ਲਾਈਕ ਨਹੀਂ ਤਾਂ ਹੀ ਹੁਣ ਇਹ ਵਨ ਆਫ ਦਾ ਪੁਆਇੰਟ ਮੇਰਾ ਇਹ ਹੀ ਸੀ ਕਿ ਅਗਰ ਮੈਂ ਚੈਨਲ ਕੋਈ ਕਰਦਾ ਪਿਆ ਹਾਂ ਠੀਕ ਹੈ ਉਹਦੀ ਜਿਹੜੀ ਗ੍ਰੋਥ ਹੈ ਸਲੋ ਆ ਬਟ ਲੋਕੀ ਅਗਰ ਆਉਣਗੇ ਉਹ ਸਿਰਫ ਮਸਾਲੇ ਕਰਕੇ ਨਹੀਂ ਆ ਰਹੇ ਇੱਥੇ ਕਿਉਂ ਨੂੰ ਪਤਾ ਕੋਈ ਮਸਾਲਾ ਨਹੀਂ ਇੱਥੇ ਮਿਲਦਾ ਨੂੰ ਜੇ ਚਾਹਦੀ ਗੱਲ ਸੁਣਨੀ ਹੈ ਤੇ ਆਓ ਠੀਕ ਹੈ ਤੇ ਹੁਣ ਜਿਹੜੇ ਮਸਾਲੇ ਵਾਲੇ ਹੁੰਦੇ ਨਾ ਉਹਨਾਂ ਦੀ ਲੌਂਗ ਟਰਮ ਲਾਈਫ ਨਹੀਂ ਹੁੰਦੀ ਇਹਨਾਂ ਦੀ ਹੂੰ ਹੂੰ ਮੈਂ ਦੇਖਦਾ ਕਿ ਇੱਕ ਕੰਟੈਂਟ ਨਾਲ ਤੁਹਾਡੇ ਨਾਲ ਕਨੈਕਟ ਨਹੀਂ ਕਰਦੇ ਉਹ ਕਨੈਕਟ ਨਹੀਂ ਕਰਦੇ ਉਦੋਂ ਮੈਂ ਕੀ ਦੇਖਦਾ ਕਿ ਠੀਕ ਹੈ ਅਗਰ ਤੁਹਾਡਾ ਪਲਾਨ ਹੈ ਕਿ ਮੈਂ ਆਪਣਾ ਚੈਨਲ ਚਲਾਉਣਾ 10 ਸਾਲ ਹੂੰ ਜਾਂ 20 ਸਾਲ ਹੂੰ ਤੁਹਾਨੂੰ ਲੋਕ ٹرسٹ ਕਰਨੇ ਜਾਂ ਲੋਕਾਂ ਦਾ ਤੁਹਾਡੇ ٹرسٹ ਆਉਣਾ ਚਾਹੀਦਾ ਹੈ ਇਨ ਦਾ ਸੈਂਸ ਕਿ ਹੁਣ ਅਗਰ ਮੈਂ ਆਪਣਾ ਕੰਟੈਂਟ ਦੇਖਦਾ ਉਹ ਹਰੇਕ ਉਮਰ ਵਾਸਤੇ ਬੇਸਿਕਲੀ ਅਗਰ ਤੁਸੀਂ 18 ਪਲੱਸ ਹੋ ਸਹੀ ਗੱਲ ਕੋਈ ਵੀ ਬੰਦਾ ਸੁਣ ਸਕਦਾ ਹਰੇਕ ਬੰਦਾ ਉਤੋਂ ਸਮਝ ਸਕਦਾ ਤੇ ਕਹਿ ਸਕਦਾ ਕਿ ਹਾਂ ਅਗਰ ਕੋਈ ਚੀਜ਼ ਹੈ ਉਹ ਕਿਉਂ ਹੈ ਬਟ ਕੋਚ ਚੈਨਲ ਤੁਸੀਂ ਦੇਖੋਗੇ ਉਹ ਸਿਰਫ ਇੱਕ ਸਪੈਸਿਫਿਕ ਉਮਰ ਵਾਸਤੇ ਹੁੰਦੇ ਜਦੋਂ ਉਹ ਆਡੀਅנס ਗਰੋ ਹੋ ਗਈ ਉਹ ਐਬਸੈਂਟ ਹੋਏ ਨਹੀਂ ਪਹਿਲੀ ਗੱਲ ਤੇ ਅੱਗੇ ਚਲੇ ਜਾ ਤੇ ਜਦੋਂ बार-बार ਤੁਸੀਂ ਥੰਬਨੇਲ ਸੈਂਸੇਸ਼ਨ ਵਾਲੇ ਲਾਏ ਹਮ ਠੀਕ ਇੱਕ ਵਾਰੀ ਬੰਦਾ ਆ ਗਿਆ ਦੋ ਵਾਰੀ ਬੰਦਾ ਆ ਗਿਆ ਤਿੰਨ ਵਾਰੀ ਬੰਦਾ ਗਿਆ ਚਾਰ ਪੰਜਵੀਂ ਵਾਰੀ ਕਹਿਣਾ ਕਿ ਯਾਰ ਥੰਬਨੇਲ ਹੀ ਹੁੰਦੇ ਇਦਾਂ ਦੇ ਬਸ ਅੰਦਰ ਤੇ ਕੁਝ ਨਹੀਂ ਹੁੰਦਾ ਹਮ ਹਮ ਉਹਤੇ ਵੀ ਕਿਤੇ ਨਾ ਕਿਤੇ ਤੁਸੀਂ ਉਹ ٹرسٹ ਲੂਜ਼ ਕਰਦੇ ਹੋ ਹੂੰ ਜੀ ਠੀਕ ਹੈ ਤੇ ਜਿੰਨਾ ਵੀ ਸਿੰਪਲ ਆ ਤੇ ਤੁਹਾਡੇ ਵਰਡਸ ਜ਼ਿਆਦਾ ਅਟਰੈਕਟ ਕਰਨ ਲੋਕਾਂ ਨੂੰ ਨਾ ਕਿ ਤੁਹਾਡਾ ਥੰਬਨੇਲ ਹਾਂ ਠੀਕ ਹੈ ਮਾਰਕੀਟਿੰਗ ਵਾਸਤੇ ਥੰਬਨੇਲ ਜ਼ਰੂਰੀ ਜ਼ਰੂਰੀ ਵੀ ਆ ਹੂੰ ਹੂੰ ਪਰ ਇੰਨੀ ਜ਼ਿਆਦਾ ਓਵਰ ਦਾ ਟਾਪ ਨਾ ਹੋਵੇ ਕਿ ਲੋਕੀ ਕਹਣ ਕਿ ਯਾਰ ਥੰਬਨੇਲ ਜਿਆਦਾ ਮਸਾਲਾ ਸੀ ਖਬਰ ਕੁਝ ਹੈ ਵੀ ਨਹੀਂ ਅੰਦਰ ਦੇ ਵੀਡੀਓ ਦੇ ਕੁਝ ਨਹੀਂ ਖਬਰ ਕੁਝ ਹੈ ਵੀ ਨਹੀਂ ਇਦਾਂ ਦੇ ਚੈਨਲ ਵੀ ਬਹੁਤ ਦੇਖੇ ਕਿ ਥੰਬਨੇਲ ਚ ਬਹੁਤ ਜ਼ਿਆਦਾ ਲੱਗਦਾ ਕਿ ਪਤਾ ਨਹੀਂ ਕੀ ਅੰਦਰ ਹੋਣਾ ਅੰਦਰ ਤੇ ਖਿਲਾਰੇ ਪਿਆ ਹੋਣਾ ਅੰਦਰ ਹੁੰਦਾ ਹੈ ਕਿ ਬਿਲਕੁਲ ਬੇਸਿਕ ਦੀ ਚੀਜ਼ ਹੈ ਸਹੀ ਗੱਲ ਆ ਨਹੀਂ ਇਹ ਚੀਜ਼ ਕਰਕੇ ਨਾ ਇਸ ਸਪੈਸੀਫਿਕ ਚੀਜ਼ ਕਰਕੇ ਜਿਹੜਾ ਥੰਬਨੇਲ ਕੁਝ ਹੋਰ ਅੰਦਰ ਕੁਝ ਹੋਰ ਇਹ ਫੇਸਬੁੱਕ ਵਾਲਿਆਂ ਨੇ ਆਪਣੀ ਸਰਵਿਸ ਹੀ ਸਸਪੈਂਡ ਕਰਤੀ ਆ ਇੱਕ ਇਨਸਟੈਂਟ ਆਰਟੀਕਲਸ ਕਹਿੰਦੇ ਹੁੰਦੇ ਸੀਗੇ ਇਹਨੂੰ ਪਿਛਲੇ ਸਾਲ ਅ ਮਤਲਬ ਸਾਡੇ ਮੇਰੇ ਕੋਲ ਵੀ ਉਹ ਸੀਗਾ ਅਸੀਂ ਮੈਂ ਅਸੀਂ ਵੀ ਯੂਜ਼ ਕਰਦੇ ਸੀਗੇ ਬਹੁਤ ਵਧੀਆ ਸੀਗਾ ਆ ਸਾਲ ਦੇ ਸ਼ੁਰੂ ਦੇ ਵਿੱਚ ਸਰਵਿਸ ਸਪੈਂਡ ਹੋ ਗਈ ਤੇ ਹੁਣ ਉਹ ਤੋਂ ਉਹ ਤੋਂ ਜੋ ਥੋੜੀ ਬਹੁਤ ਰੈਵਨਿਊ ਹੈਗਾ ਫੇਸਬੁੱਕ ਤੋਂ ਕੋਈ ਰੈਵਨਿਊ ਨਹੀਂ ਹੈਗਾ ਜਿਹੜਾ ਹੈਗਾ ਉਹ ਗੂਗਲ ਐਡਸੈਂਸ ਵਗੈਰਾ ਤੋਂ ਹੈਗਾ ਪਰ ਉਹ ਕੁਝ ਨਹੀਂ ਉਹ ਬਿਲਕੁਲ ਨਾਲ ਦੇ ਬਰਾਬਰ ਹੈ ਦੂਜੀ ਗੱਲ ਜਿਵੇਂ ਹੁਣ ਮੇਰਾ ਫੇਸਬੁੱਕ ਅਕਾਊਂਟ ਪੰਜਾਬੀ ਗੈਂਗਰੂ ਦਾ ਸਾਡਾ ਬਹੁਤ ਗਰੋ ਕਰ ਗਿਆ ਉਹਦੇ 2 ਲੱਖ ਦੇ ਆਸ-ਪਾਸ ਫੋਲੋਅਰ ਹੋ ਗਏ ਉਹਦਾ ਗਰੋ ਕਰਨ ਦਾ ਰੀਜ਼ਨ ਵੀ ਇਹੀ ਸੀਗਾ ਵੀ ਥੰਬਨੇਲ ਤਾਂ ਜੋ ਲੱਗਦੇ ਆ ਉਹ ਤਾਂ ਲਾਉਣੀ ਪੈਂਦੇ ਆ ਉੱਥੇ ਯੂ ਹੈਵ ਟੂ ਡੂ ਇਟ ਪਰ ਉਹਦੇ ਵਿੱਚ ਖਬਰ ਹੁੰਦੀ ਆ ਉਹਦੇ ਵਿੱਚ ਜੇ ਪੜ ਕੇ ਲੋਕੀ ਕਲਿੱਕ ਕਰਦੇ ਆ ਲੋਕ ਇਨਫੋਰਮ ਜੇ ਅਸੀਂ ਉਹ ਥੰਬਨੇਲ ਪਾ ਕੇ ਖਬਰیں ਲਿਖੀਏ ਫੇਰ ਤਾਂ ਸਾਡਾ ਇਹ ਪਲੈਟਫਾਰਮ ਚਲਾਉਣ ਦਾ ਮਤਲਬ ਹੀ ਨਹੀਂ ਰਹਿ ਗਿਆ ਕੋਈ ਅਸੀਂ ਤਾਂ ਜੇ ਅਸੀਂ ਕਿਹੜਾ ਕਿਹੇ ਤੋਂ ਪੈਸੇ ਲੈ ਰਹੇ ਹਾਂ ਹੀ ਤਾਂ ਆਪਾ ਪਾ ਰਹੇ ਹਾਂ ਆਈਆਂ ਵੀ ਲੋਕ ਉਹ ਸ਼ੇਅਰ ਵੀ ਕਰਦੇ ਆ ਉੱਥੇ ਪੜਦੇ ਵੀ ਆ ਉਹਦੀ ਸਪੋਰਟ ਵੀ ਹੋਈ ਆ ਕਿਉਂਕਿ ਨਹੀਂ ਤੁਸੀਂ ਬਿਨਾਂ ਫੰਡਿੰਗ ਤੋਂ ਤੇ ਬਿਨਾਂ ਬਹੁਤ ਵੱਡੀ ਟੀਮ ਤੋਂ ਤੁਸੀਂ ਐਡਾ ਵੱਡਾ ਪਲੈਟਫਾਰਮ ਮੈਨੇਜ ਹੀ ਨਹੀਂ ਕਰ ਸਕਦੇ ਤੁਸੀਂ ਚਲਾ ਹੀ ਨਹੀਂ ਸਕਦੇ ਇਹ ਤੁਹਾਨੂੰ ਲੋਕਾਂ ਦੀ ਸਪੋਰਟ ਨਾ ਹੁੰਦੀ ਤੇ ਇਹ ਰੀਜ਼ਨ ਹੈਗਾ ਵੀ ਉਹ ਚੀਜ਼ਾਂ ਕੁਝ ਚੀਜ਼ਾਂ ਤੁਹਾਨੂੰ ਕਰਨੀਆਂ ਪੈਂਦੀਆਂ ਨੇ ਪਰ ਉਹਦੇ ਬਦਲੇ ਉਹਦੇ ਵਿੱਚ ਤੁਹਾਨੂੰ ਕੁਝ ਦੇਣਾ ਵੀ ਪੈਂਦਾ ਇਨਫੋਰਮੇਸ਼ਨ ਦੇਣੀ ਵੀ ਪੈਂਦੀ ਹੈ ਸਿਰਫ ਕੱਲੀ ਚੀਜ਼ ਦੇ ਉੱਤੇ ਕੱਲੀ ਥੰਬਨੇਲ ਦੇ ਉੱਤੇ ਨਹੀਂ ਕੰਮ ਚੱਲਣਾ ਹੈਗਾ ਸੋ ਦੋਸਤੋ ਇਹ ਸਨ ਬਾਈ ਕਾਕਾ ਬਲੀ ਹੁਣੀ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਨੇ ਤੇ ਮੈਨੂੰ ਇਹ ਲੱਗਦਾ ਨਾ ਵੀ ਆਪਣਾ ਥਾਟ ਦੇਣ ਤੋਂ ਪਹਿਲਾਂ ਮੈਂ ਕਿਸੇ ਦੀ ਗੱਲ ਸੁਣੀ ਸੀ ਵੀ ਤੁਹਾਡਾ ਤੁਸੀਂ ਇੱਕ ਅੱਦੇ ਬੰਦੇ ਨੂੰ ਪੜ ਕੇ ਤੁਹਾਡਾ ਥਾਟ ਨਹੀਂ ਬਣਦਾ ਇੱਕ ਅੱਦੇ ਬੰਦੇ ਨੂੰ ਸੁਣ ਕੇ ਤੁਹਾਡਾ ਥਾਟ ਨਹੀਂ ਬਣਦਾ ਤੁਸੀਂ ਬਾਰ-ਬਾਰ ਬਹੁਤ ਬੰਦਿਆਂ ਨੂੰ ਸੁਣਦੇ ਹੋ ਹਰੇਕ ਬੰਦੇ ਤੋਂ ਥੋੜੀ-ਥੋੜੀ ਇਨਫੋਰਮੇਸ਼ਨ ਤੁਸੀਂ ਆਪਣੇ ਗ੍ਰੈਸਪ ਕਰਦੇ ਹੋ ਕੁਝ ਇਹਦੀ ਚੀਜ਼ ਮੈਨੂੰ ਚੰਗੀ ਲੱਗੀ ਉਹ ਮੇਰੇ ਚ ਆ ਗਈ ਕੁਝ ਇਹਦੀ ਚੀਜ਼ ਮੈਨੂੰ ਚੰਗੀ ਆ ਗਈ 2-300 ਬੰਦਿਆਂ ਨੂੰ ਸੁਣ ਕੇ ਇੰਨਾ ਕੁਝ ਪੜ ਕੇ ਫੇਰ ਬੰਦੇ ਦਾ ਇੱਕ ਸਟਰੋਂਗ ਥਾਟ ਬਣਦਾ ਤਾਂ ਮੈਨੂੰ ਲੱਗਦਾ ਉਹ ਕਾਕੇ ਬਾਈ ਦਾ ਹੈਗਾ ਵੀ ਇਹ ਬੰਦਾ ਪੜਿਆ ਲਿਖਿਆ ਐਕਚੁਅਲ ਪੜਿਆ ਲਿਖਿਆ ਤੇ ਇਹ ਬੰਦੇ ਨੂੰ ਪਤਾ ਮੈਂ ਕੀ ਗੱਲ ਕਰ ਰਿਹਾ ਹਾਂ ਅਸੀਂ ਹੈਜ਼ਿਟੇਟ ਕਰਦੇ ਹਾਂ ਅਸੀਂ ਸਾਨੂੰ ਪੱਤਰਕਾਰ ਕਹਿ ਸਕਦੇ ਹਾਂ ਤੇ ਇਹ ਬਾਈ ਨੂੰ ਤੁਸੀਂ ਸੋਸ਼ਲ ਐਕਟਿਵਿਸਟ ਇੱਕ ਵਰਡ ਹੁੰਦਾ ਕਰਕੇ ਵੀ ਨਹੀਂ 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 ਇੱਕ ਆ ਇਹ ਹੁੰਦਾ ਜਿਹੜਾ ਬੰਦਾ ਆਪਣੀਆਂ ਆਪਣੀਆਂ ਗੱਲਾਂ ਦੇ ਨਾਲ ਦੁਨੀਆ ਦੇ ਵਿੱਚ ਚੇਂਜ ਲੈ ਕੇ ਆ ਰਿਹਾ ਇੱਕ ਇੱਕ ਆਪਣੀ ਇੱਕ ਗੱਲ ਰੱਖ ਰਿਹਾ ਲੋਕਾਂ ਮੂਰੇ ਤੇ ਉਹ ਗੱਲ ਦੇ ਵਿੱਚ ਵਜਨ ਹੈ ਮਤਲਬ ਤੂੰ ਐਦਾਂ ਹੀ ਹੁੰਦਾ ਤੁਸੀਂ ਦੁਨੀਆ ਲੋਕਾਂ ਦੀ ਮੈਂਟੈਲਿਟੀ ਚੇਂਜ ਹੁੰਦੀ ਆ ਤੁਸੀਂ ਇੱਕ ਥਾਟ ਮਤਲਬ ਇੱਕ ਸਟਰੋਂਗ ਥਾਟ ਬਾਈ ਦਾ ਹੈਗਾ ਤੇ ਵਧੀਆ ਮੈਂ ਬਾਈ ਨੂੰ ਐਪਰੀਸ਼ੀਏਟ ਕਰੂੰਗਾ ਹੋਰ ਇਹ ਜਿਹੀਆਂ ਚੀਜ਼ਾਂ ਹੋਰ ਲੈ ਕੇ ਆਵੇ ਸੋਚਣ ਤੇ ਮਜਬੂਰ ਕਰਨ ਲੋਕਾਂ ਨੂੰ ਇੱਕ ਵਧੀਆ ਹੋਰ ਨਾ ਅਗਲੇ ਲੈਵਲ ਤੋਂ ਪਹਿਲੇ ਨੰਬਰ ਤੋਂ ਦੂਜੇ ਨੰਬਰ ਤੇ ਜਾਣ ਵਾਸਤੇ ਤੁਹਾਨੂੰ ਇੱਕ ਥੌਟ ਚਾਹੀਦਾ ਹੁੰਦਾ ਸੋਚਣ ਵਾਸਤੇ ਤੇ ਉਹ 22 ਲੋਕਾਂ ਨੇ ਦਿਮਾਗ ਦੇ ਵਿੱਚ ਪਾ ਰਿਹਾ ਤੇ ਇਦਾਂ ਹੀ ਕਰਦਾ ਰਹਿ ਭਰਾਵਾ ਬਹੁਤ ਵਧੀਆ ਕੰਮ ਆ ਤੇ ਇਹ ਵੀ ਬਹੁਤ ਮਿਹਨਤ ਦਾ ਕੰਮ ਆ ਵੀ ਰਿਸਰਚ ਕਰਕੇ ਆ ਤਿਆਰੀ ਕਰਕੇ ਫੇਰ ਕਿਸੇ ਐਪੀਸੋਡ ਬਣਾਉਣਾ ਫੇਰ ਇਨਫੋਰਮੇਸ਼ਨ ਲੋਕਾਂ ਨੂੰ ਦੇਣੀ ਅੱਜ ਦਾ ਬਾਈ ਚੱਕਰ ਪਤਾ ਕੀ ਹੋ ਗਿਆ ਅੱਜ ਦੇ ਆਪਣਾ ਜਿਹੜਾ ਯੂਥ ਹੈ ਨਾ ਉਹ ਸਮਝਦਾਰ ਬਹੁਤ ਆ ਜਿਹੜੇ ਮੁੰਡੇ ਟਰੱਕ ਚਲਾਉਂਦੇ ਨੇ ਜਾਂ ਜਿਹੜੇ ਮੁੰਡੇ ਊਬਰ ਚਲਾਉਂਦੇ ਨੇ ਜਿਹੜੇ ਜਿਹੜੇ ਮੁੰਡਿਆਂ ਦੇ ਕੰਨਾਂ ਦੇ ਵਿੱਚ ਹੈੱਡਫੋਨ ਲੱਗੇ ਹੁੰਦੇ ਆ ਉਹ ਪਸੰਦਰ ਸੁਣਦੇ ਬਹੁਤ ਆ ਉਹ ਬਹੁਤ ਕੁਝ ਸੁਣਦੇ ਆ ਉਹ ਜੇ ਉਹ ਜੇ ਜੇ 8-10 ਘੰਟੇ ਦੀ ਡਰਾਈਵ ਹੈਗੀ ਆ ਲੰਬੀ ਡਰਾਈਵ ਉਹਨਾਂ ਦੀ ਹੈਗੀ ਆ 8 ਘੰਟੇ ਦੇ ਵਿੱਚ ਜੇ ਉਹਨਾਂ ਨੇ 2-4 ਘੰਟੇ ਕਿਸੇ ਨਾਲ ਗੱਲਾਂ ਮਾਰ ਵੀ ਲਈਆਂ ਫਿਰ ਵੀ ਉਹਨਾਂ ਕੋਲ 3-4 ਘੰਟੇ ਸੁਣਨ ਨੂੰ ਹੈਗੇ ਆ ਐਵਰੀ ਡੇ 3-4 ਘੰਟੇ ਕਿੰਨਾ ਟਾਈਮ ਹੋ ਗਿਆ ਤੁਸੀਂ ਦੇਖ ਲਓ ਕਿੰਨੇ ਇਨਫੋਰਮੇਟਿਵ ਕਿੰਨੇ ਅਵੇਅਰ ਹੋਣਗੇ ਉਹ ਤੇ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਦੇਣੀ ਤੇ ਬਾਈ ਦੀ ਵੀ ਮਿਹਨਤ ਆ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਟਾਈਮ ਕੱਢਿਆ ਤੇ ਵੈਸੇ ਜਿਆਦਾ ਗੱਲਾਂ ਮੈਂ ਹੀ ਕਰੀਆਂ ਨੇ ਪਤਾ ਨਹੀਂ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਪੋਡਕਾਸਟ ਪਹਿਲੀ ਗੱਲ ਤੇ ਥੈਂਕ ਯੂ ਵਰਡ ਤੁਸੀਂ ਬਹੁਤ ਵਧੀਆ ਵਰਤੇ ਮੇਰੇ ਵਾਸਤੇ ਜੀ ਤੇ ਠੀਕ ਹੈ ਜੋ ਮੈਂ ਟਰਾਈ ਕਰਦਾ ਸੀ ਆਪਣੇ ਚੈਨਲ ਵਾਸਤੇ ਕਿ ਮੈਂ ਇਹ ਚੇਂਜ ਲਿਆਵਾਂਗਾ ਬਟ ਹੁਣ ਮੈਂ ਇਹ ਚੀਜ਼ ਨੂੰ ਇੰਜੋਏ ਕਰਦਾ ਵਾਂ ਐਂਡ ਹੁਣ ਗੱਲ ਕਰਦਾ ਹਾਂ ਆਮ ਜਸ ਹੈਵਿੰਗ ਫਨ ਅਗਰ along the way ਕੋਈ ਸਿੱਖਦਾ ਹੈ ਦੈਟਸ ਗੁੱਡ ਦੈਟਸ ਅ ਪਲੱਸ ਪੁਆਇੰਟ ਬਟ ਆਮ ਜਸਟ ਰੀਅਲੀ ਹੈਵਿੰਗ ਫਨ ਜੀ ਤੇ ਮੈਂ ਸਿਖਾਉਣਾ ਚਲੋ ਕਿਸੇ ਨੂੰ ਕੀ ਹੈ ਇਹੀ ਹੈ ਨਾ ਜਿਵੇਂ ਮੈਂ মিডিਆ ਵਾਲਿਆਂ ਦੀ ਵੀ ਗੱਲ ਕਰਦਾ ਸੀ ਵੀ ਹਰੇਕ ਬੰਦੇ ਦਾ ਕੋਈ ਕੰਮ ਕਰਨ ਪਿੱਛੇ ਕੋਈ ਕਾਰਨ ਹੈ ਤੇ ਮੈਨੂੰ ਇਹ ਲੱਗਦਾ ਵੀ ਹਾਂ ਤੁਹਾਡੇ ਪੋਡਕਾਸਟ ਦੇ ਵਿੱਚ ਲੋਕਾਂ ਦੇ ਮਾਈਂਡ ਸੈਟ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਤਾਂ ਪਾ ਰਿਹਾ ਹਨਾ ਵੀ ਤੁਸੀਂ ਆਹ ਮੇਰੀ ਗੱਲ ਆ ਤੁਸੀਂ ਸੋਚਣੀ ਆ ਆਪਣੀ ਹਾਹਾਹੀ ਤਾਂ ਨਹੀਂ ਕਰ ਰਹੇ ਬੈਠੇ ਕੋਈ ਕੋ ਕੰਮ ਦੀ ਗੱਲ ਤੋਂ ਦਾਸੀ ਰਹੇ ਆ ਚੱਲ ਆਪਾਂ ਵੀ ਹਾਸੀ ਰਹੇ ਆ ਇਤਨੀ ਹੈਗਾ ਪਰ ਮਤਲਬ ਐਟ ਦਾ ਐਂਡ ਜਦੋਂ ਤੁਹਾਡਾ ਪੋਡਕਾਸਟ ਮੁੱਕਦਾ 20 25 ਮਿੰਟ ਘੰਟੇ ਦੀ ਜਦੋਂ ਗੱਲ ਹੈਗੀ ਆ ਉਹਦੇ ਦਿਮਾਗ ਦੇ ਵਿੱਚ ਚਾਰ ਸਵਾਲ ਤਾਂ ਆਉਂਦੇ ਆ ਉਹਨੂੰ ਦੁਖੀਤਾ ਕਰਦੇ ਆ ਸੋਚਦਾ ਤਾਂ ਹੈ ਉਹ ਵੀ ਕਿਸੇ ਚੀਜ਼ ਬਾਰੇ ਐ ਥੋੜੀ ਵੀ ਤੁਸੀਂ ਨੱਚ ਕੇ ਨੱਚ ਕੇ ਜੇ ਸਾਰਤਾ ਤੇ ਅਗਲਾ ਖੁਸ਼ ਹੋ ਗਿਆ ਤੇ ਬਸ ਤੇ ਕੰਮ ਨਿਬੜਿਆ ਉਹ ਨਹੀਂ ਹੈਗਾ ਉਹਦੇ ਦਿਮਾਗ ਦੇ ਵਿੱਚ ਉਹਦੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਤੁਸੀਂ ਕੋਈ ਇੰਪੈਕਟ ਤਾਂ ਪਾ ਰਹੇ ਹੋ ਨਹੀਂ थैंक यू थैंक यू ਬਹੁਤ ਵਧੀਆ ਵਰਡ ਮੈਂ ਫੇਰ ਕਹਾਂ ਤੁਸੀਂ ਵਰਤੇ ਹੋ थैंक यू वेरी सोशियल ਐਕਟਿਵਿਸਟ ਮੈਂ ਨਹੀਂ ਆ ਬਟ ਫਿਰ ਵੀ थैंक यू ਮੈਨੂੰ ਚੈਨਲ ਤੇ ਜੁੜਨ ਵਾਸਤੇ ਜਿਹੜੇ ਸਮਾਜ ਦੇ ਵਿੱਚ ਨਾ ਜਿਹੜੇ ਲੋਕ ਸਮਾਜ ਦੇ ਵਿੱਚ ਚੇਂਜ ਲੈ ਕੇ ਆ ਰਹੇ ਨੇ ਉਹ ਸਮਾਜਿਕ ਕਾਰਕੂਨੀ ਕਹਿੰਦੇ ਹੁੰਦੇ ਆ ਸਮਾਜਿਕ ਕਾਰਕੂ ਪੰਜਾਬੀ ਦਾ ਵਰਡ ਆ ਇਹ ਉਹ ਉਹੀ ਹੁੰਦੇ ਨੇ ਵੀ ਤੁਸੀਂ ਤੁਸੀਂ ਆਪਣੇ ਗੱਲਾਂ ਦੇ ਨਾਲ ਕਿਉਂਕਿ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਇਹ ਸਿਰਫ ਅੱਜ ਦੀ ਅੱਜ ਦੀ ਲੜਾਈ ਤਲਵਾਰਾਂ ਦੀ ਨਹੀਂ ਹੈਗੀ ਅੱਜ ਦੀ ਲੜਾਈ ਕਲਮ ਦੀ ਲੜਾਈ ਹੈ ਤੇ ਤੁਸੀਂ ਕੁਝ ਤਾਂ ਲਿਖ ਸਕਦੇ ਆ ਜੇ ਤੁਹਾਡੇ ਦਿਮਾਗ ਦੇ ਵਿੱਚ ਕੁਝ ਚੱਲ ਰਿਹਾ ਹੈ ਪਹਿਲਾ ਇੱਥੋਂ ਇੱਥੋਂ ਹੀ ਸ਼ੁਰੂ ਹੋਊਗਾ ਨਾ ਇੱਥੋਂ ਸ਼ੁਰੂ ਹੋ ਕੇ ਤਾਂ ਇੱਥੇ ਤੱਕ ਆਊਗਾ ਜੇ ਤੁਹਾਡਾ ਦਿਮਾਗ ਹੀ ਖਾਲੀ ਪਿਆ ਤੁਸੀਂ ਨੱਚਣੇ ਵਾਲੀਆਂ ਟਿਕਟੋਕ ਤੇ ਉਹ ਵੀ ਚੀਜ਼ ਮਾੜੀ ਨਹੀਂ ਐਂਟਰਟੇਨਮੈਂਟ ਸਾਰਾ ਕੁਝ ਸਹੀ ਆ ਪਰ ਉਹਦੇ ਨਾਲ ਤੁਹਾਡਾ ਤੁਹਾਡਾ ਥਾਟ ਕੀ ਬਣ ਰਿਹਾ ਹੈ ਤੁਸੀਂ ਉਤੋਂ ਲਰਨ ਕੀ ਕਰ ਰਹੇ ਹੋ ਜਾਂ ਤਾਂ ਤੁਸੀਂ ਜੇ ਤਾਂ ਨੱਚਣਾ ਹੀ ਹੁਣ ਮੈਂ ਗੱਲ ਫੇਰ ਥੇੜ ਲਈ ਇਹ ਵੀ ਜੇ ਤੁਸੀਂ ਜੇ ਤਾਂ ਨੱਚਣਾ ਹੀ ਆ ਤੁਸੀਂ ਫੇਰ ਤਾਂ ਤੁਸੀਂ ਇੱਥੋਂ ਟਿਕਟੌਕ ਤੋਂ ਸ਼ੁਰੂ ਕਰਕੇ ਬਾਲੀਵੁੱਡ ਹਾਲੀਵੁੱਡ ਤੱਕ ਪਹੁੰਚੋ ਉੱਥੇ ਅਸੀਂ ਵੀ ਕਹੀਏ ਵੀ ਇਹਨਾਂ ਨੇ ਲਾਈਫ ਦੇ ਵਿੱਚ ਕੁਝ ਅਚੀਵ ਕਰਿਆ ਕਿਸੇ ਚਾਰ ਬੰਦੇ ਵਾਸਤੇ ਮੋਟਿਵੇ ਮੋਟੀਵੇਸ਼ਨ ਆਪਣਾ ਮੋਟੀਵੇਸ਼ਨਲ ਬਣੇ ਨੇ ਇਹ ਠੀਕ ਆ ਉਂ ਹੀ ਲੱਕ ਜਾ ਹਲਾ ਕੇ ਉਹ ਚ ਕੀ ਚੀਜ਼ ਹੁੰਦਾ ਅਸੀਂ ਪਰ ਮੈਂ ਪ੍ਰਮੋਟ ਕਰੂੰ ਤੁਹਾਡੀ ਮੈਂ ਪੋਡਕਾਸਟ ਕਰੂੰ ਇੰਟਰਵਿਊ ਕਰਾਂਗੇ ਜਿਹੜਾ ਅਖਬਾਰ ਤੇ ਖਬਰ ਲਾਵਾਂਗੇ ਤੁਸੀਂ ਕੋਈ ਅਚੀਬਤਾ ਕਰੋ ਨਾ ਪਾਉਣ ਦੇ ਵਕਤ ਬਹਿ ਜਾਂਦਾ ਭਰਾ ਤੇ ਕਰਕੇ ਤੇ ਸਹੀ ਹੈ ਤੁਸੀਂ ਧੰਨਵਾਦ ਆਪਣਾ ਟਾਈਮ ਕੱਟਿਆ ਬਹੁਤ ਬਹੁਤ ਧੰਨਵਾਦ ਤੁਹਾਡਾ